ਹੈਲੋ ਗਾਇਸ ਰਜੀਤ ਤੁਹਾਨੂੰ ਪਤਾ ਹੈ ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਐਡਮਿਟ ਕਾਰਡ ਆ ਚੁੱਕੇ ਨੇ ਐਗਜ਼ਾਮੀਨੇਸ਼ਨ ਡੇਟਸ ਆ ਚੁੱਕੀਆਂ ਨੇ ਗਿਆ ਤੇ ਸਬ ਇੰਸਪੈਕਟਰ ਦੇ ਐਗਜ਼ਾਮ ਦੇ ਵਿੱਚ ਇੱਕ ਐਥਿਕਸ ਵਾਲਾ ਪੋਰਸ਼ਨ ਜਿਹੜਾ ਨਵਾਂ ਜੋ ਕਿ ਸਾਰੇ ਸਟੂਡੈਂਟਸ ਲਈ ਹੈਡੈਕ ਬਣਿਆ ਹੋਇਆ ਠੀਕ ਹੈ ਤਾਂ ਉਹਨੂੰ ਥੋੜਾ ਡੀਕੋਡ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਐਥਿਕਸ ਕੀ ਹੈ ਔਰ ਕਿਸ ਤਰ੍ਹਾਂ ਦੇ ਸਵਾਲ ਐਗਜ਼ਾਮੀਨੇਸ਼ਨ ਦੇ ਵਿੱਚ ਆਪਣੇ ਐਸਆਈ ਦੇ ਵਿੱਚ ਪੁੱਛੇ ਜਾ ਸਕਦੇ ਨੇ ਠੀਕ ਹੈ ਤਾਂ ਦੇਖੋ ਥੋੜਾ ਜਿਹਾ ਐਥਿਕਸ ਜਿਹੜਾ ਇੱਕ ਕੋਰਨਰ ਹੈ ਨਾ ਸੌਫਟ ਜਬ ਟੌਪਿਕ ਹੈ ਸੌਫਟ ਟੌਪਿਕ ਹੈ ਕਮ ਕਮ ਆਉਂਦਾ ਹੈ ਠੀਕ ਹੈ ਮਤਲਬ ਕਿ ਇਹ ਵੀ ਬੜਾ ਥੋੜਾ ਦਿਮਾਗ ਨਾਲ ਨਹੀਂ ਥੋੜਾ ਦਿਲ ਨਾਲ ਸਮਝਣਾ ਪਊਗਾ ਇਸ ਚੀਜ਼ ਨੂੰ ਠੀਕ ਹੈ ਹਾਲਾਂਕਿ ਦੇਖੋ ਸਬਜੈਕਟਿਵ ਪੇਪਰ ਨਹੀਂ ਹੈਗਾ ਆਪਣਾ ਆਪਣੇ ਆਬਜੈਕਟਿਵ ਪੇਪਰ ਹੀ ਲਿਖਣਾ ਹੈਗਾ ਠੀਕ ਹੈ ਆ एमसीक्यू सॉल्व ਕਰ ਲੈਨੇ ਬਟ ਸਟਿਲ ਜਦੋਂ ਇੱਕ ਐਥਿਕਸ ਨੂੰ ਸਮਝਣ ਦੀ ਗੱਲ ਕਰਦਾ ਮੈਂ ਠੀਕ ਹੈ ਤਾਂ ਸਮਝਣਾ ਆਪਾਂ ਥੋੜਾ ਸੌਫਟ ਕਾਰਨ ਹੋਣਾ ਪਏਗਾ ਠੀਕ ਹੈ ਥੋੜਾ ਦਿਲ ਨਾਲ ਸਮਝਣਾ ਪਏਗਾ ਚੀਜ਼ ਨੂੰ ਤਾਂ ਆਪਾਂ ਨੂੰ ਹੌਲੀ ਹੌਲੀ ਹੋਰ ਪਤਾ ਲੱਗੂ ਕੀ ਕੀ ਚੀਜ਼ ਹੈਗੀ ਜਦੋਂ ਜਿਵੇਂ ਜਿਵੇਂ ਪੜਾਂਗੇ ਆਪਾਂ ਠੀਕ ਹੈ ਤਾਂ ਦੇਖਾਂਗੇ ਪਹਿਲਾਂ ਐਥਿਕਸ ਹੈ ਕੀ ਹੈਗਾ ਕਿਵੇਂ ਕਿਵੇਂ ਕਿੱਥੋਂ ਕਿੱਥੋਂ ਆਇਆ ਐਥਿਕਸ ਆਪਣੇ ਕੋਲੇ ਐਥਿਕਸ ਦੀ ਐਪਲੀਕੇਸ਼ਨ ਕੀ ਹੈਗੀ ਹੈ ਠੀਕ ਹੈ ਆਪਾਂ ਨੂੰ ਕਿਉਂ ਪੇਪਰ ਦੇ ਵਿੱਚ ਐਥਿਕ ਕਿਉਂ ਪੁੱਛਿਆ ਜਾ ਰਿਹਾ ਹੈਗਾ ਠੀਕ ਹੈ ਇਹਦੇ ਬਾਰੇ ਆਪਾਂ ਪੜਾਂਗੇ ਕਿਉਂਕਿ ਜਦੋਂ ਇਹ ਚੀਜ਼ਾਂ ਆਪਾਂ ਨੂੰ ਕਲੀਅਰ ਹੋ ਗਈਆਂ ਕਵੈਸ਼ਨ ਵੀ ਸੋਲਵ ਕਰਨ ਦੇ ਜਿਹੜੇ ਕਿ ਏਬਲ ਬਣ ਜਾਗੇ ਕਿ ਕਿਉਂ ਸਾਡੇ ਤੋਂ ਐਥਿਕਸ ਬਾਰੇ ਪੁੱਛਿਆ ਜਾ ਰਿਹਾ ਐਗਜ਼ਾਮੀਨੇਸ਼ਨ ਦੇ ਵਿੱਚ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਵਾਟ ਇਜ਼ ਐਥਿਕਸ ਇਸ ਐਥਿਕਸ ਦਾ 에ਸੈਂਸ ਕੀ ਹੈਗਾ ਇਹਦਾ ਮਤਲਬ ਕਿ ਐਕਚੁਅਲ ਦੇ ਵਿੱਚ ਠੀਕ ਹੈ ਤਾਂ ਤੁਹਾਨੂੰ ਥੋੜਾ ਜਿਹਾ ਵੇਗ ਆਈਡੀਆ ਜ਼ਰੂਰ ਹੋਣਾ ਕਿ ਐਥਿਕਸ ਕੀ ਅੱਛਾ ਕੰਮ ਕਰਨਾ ਹਨਾ ਇਹ ਸਭ ਤਾਂ ਐਕਚੁਅਲ ਦੇ ਵਿੱਚ ਦੇਖਾਂਗੇ ਕੀ ਹੈਗਾ ਤਾਂ ਜੋ ਡਿਫੀਨੇਸ਼ਨ ਬੇਸਡ ਐਥਿਕਸ ਹੀ ਹੈਗੀ ਉਹ ਕੀ ਹੈਗੀ ਹੈ ਜੀ ਕਿ ਇਟ ਇਜ਼ ਅ ਸੈਟ ਆਫ ਟਰੈਡੀਸ਼ਨਸ ਕਸਟਮਸ ਰੂਲਸ ਆਫ ਸੋਸਾਇਟੀ ਮਤਲਬ ਇੱਕ ਸੋਸਾਇਟੀ ਦੇ ਇੱਕ ਸਮਾਜ ਦੇ ਵਿੱਚ ਲੰਬੇ ਸਮੇਂ ਤੋਂ ਓਵਰ ਅ ਪੀਰੀਅਡ ਆਫ ਟਾਈਮ ਸਮਾਜ ਦੇ ਵਿੱਚ ਕੁਝ ਟ੍ਰੈਡੀਸ਼ਨਸ ਕੁਝ ਰੀਤੀ ਰਿਵਾਜ ਕੁਝ ਰਸਮਾਂ ਚੱਲਦੀਆਂ ਆ ਰਹੀਆਂ ਨੇ ਕੁਝ ਰੂਲਸ ਚੱਲਦੇ ਆ ਰਹੇ ਨੇ ਉਹਨੂੰ ਅਸੀਂ ਉਸ ਸੋਸਾਇਟੀ ਦੇ ਐਥਿਕਸ ਕਹਿੰਦੇ ਆ ਫੋਰ ਏਗਜ਼ਾਮਪਲ ਜਿਵੇਂ ਬਾਕੀ ਇਹ ਕੀ ਆਪਾਂ ਵੱਡਿਆਂ ਦਾ ਆਦਰ ਕਰਨਾ ਹੈਗਾ ਠੀਕ ਹੈ ਤਾਂ ਇਹ ਜਿਹੜੀ ਚੀਜ਼ ਹੈ ਇਹ ਸਾਡੇ ਐਥਿਕਸ ਦੇ ਵਿੱਚ ਹੈਗੀ ਹੈ ਸਾਡੇ ਖੂਨ ਦੇ ਵਿੱਚ ਹੈਗੀ ਹੈ ਸਾਡੇ ਟ੍ਰੈਡੀਸ਼ਨ ਦੇ ਵਿੱਚ ਹੈਗੀ ਹੈ ਕਿ ਸੋਸਾਇਟੀ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਇਹ ਚੀਜ਼ ਜਲਦੀ ਆ ਰਹੀ ਹੈ ਆਪਾ ਵੱਡਿਆਂ ਨੂੰ ਪੈਰੀ ਹੱਥ ਲਗਾ ਦਿੰਦੇ ਠੀਕ ਹੈ ਇਹ ਇੰਡੀਅਨ ਸੋਸਾਇਟੀ ਦੇ ਵਿੱਚ ਹੈਗੀ ਹੈ ਚੀਜ਼ ਕਿਸੇ ਹੋਰ ਵੈਸਟਰਨ ਸੋਸਾਇਟੀ ਦੇ ਵਿੱਚ ਇਹ ਚੀਜ਼ ਨਹੀਂ ਹੈਗੀ ਠੀਕ ਹੈ ਤਾਂ ਇਹ ਇੰਡੀਅਨ ਸੋਸਾਇਟੀ ਦੇ ਐਥਿਕਸ ਨੇਗੇ ਆਪਣੇ ਠੀਕ ਹੈ ਐਥਿਕਸ ਦਾ ਜੇ ਗਲਤ ਵੀ ਹੋ ਸਕਦੇ ਨੇ ਸਹੀ ਵੀ ਹੋ ਸਕਦੇ ਨੇ ਠੀਕ ਹੈ ਕਿਸੇ ਇੱਕ ਸੋਸਾਇਟੀ ਦੇ ਐਥਿਕਸ ਕੁਝ ਹੋਰ ਹੋ ਸਕਦੇ ਨੇ ਆਪਣੇ ਕੁਝ ਹੋਰ ਕਿਸੇ ਹੋਰ ਦੇ ਕੁਝ ਹੋਰ ਠੀਕ ਹੈ ਤਾਂ ਡਿਫਰੈਂਸ਼ੀਏਟ ਹੋ ਸਕਦੇ ਨੇਗੇ ਠੀਕ ਹੈ ਐਥਿਕਸ ਹਮੇਸ਼ਾ ਇਹ ਚੇਂਜ ਹੁੰਦੇ ਰਹਿੰਦੇ ਨੇਗੇ ਵਿਦ ਦਾ ਟਾਈਮ ਕਿਉਂਕਿ ਆਪਾਂ ਨੇ ਕਿਹਾ ਵੀ ਸੋਸਾਇਟੀ ਦੀ ਜਿਹੜੀਆਂ tradiitions ਨੇ ਉਹ ਵਿਦ ਦਾ ਟਾਈਮ ਜਿਹੜੇ ਹੈਗੇ ਨੇ ਉਹਨੂੰ ਆਪਾਂ ਐ ਅਪਾ ਨੂੰ ਪਤਾ ਕੀ ਲੱਗਦਾ ਹੈ ਐਥਿਕਸ ਤਾਂ ਕਿੱਥੋਂ ਆਏ ਨੇਗੇ ਦੇਖੋ ਮਤਲਬ ਕੀ ਐਥਿਕਸ ਹੈਗਾ ਦੇਖੋ ਸਿੰਪਲ ਜੀ ਗੱਲ ਹੈ ਜੋ ਐਪਲੀਕੇਸ਼ਨ ਦੀ ਮੈਂ ਗੱਲ ਕਰਾਂ ਐਥਿਕਸ ਦਾ ਮਤਲਬ ਕੀ ਹੈਗਾ ਕਿ ਅਗਰ ਕਿਸੇ ਸਿਚੁਏਸ਼ਨ ਦੇ ਵਿੱਚ ਆਪਾਂ ਬੈਠੇ ਆ ਠੀਕ ਹੈ ਮੰਨ ਲਓ ਐਕਸ ਸਿਚੁਏਸ਼ਨ ਦੇ ਵਿੱਚ ਬੈਠੇ ਆ ਤਾਂ ਇਸ ਸਿਚੁਏਸ਼ਨ ਦੇ ਵਿੱਚ ਮੈਨੂੰ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਹੈਗਾ ਠੀਕ ਹੈ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਸਾਨੂੰ ਐਥਿਕਸੋਂ ਮਿਲਦੇ ਨੇਗੇ ਠੀਕ ਹੈ ਕੀ ਮੇਰੇ ਲਈ ਕੋਈ ਚੀਜ਼ ਸਹੀ ਹੈ ਜਾਂ ਮੇਰੇ ਸੋ ਫੈਮਿਲੀ ਲਈ ਮੇਰੀ ਸੋਸਾਇਟੀ ਲਈ ਮੇਰੇ ਦੇਸ਼ ਲਈ ਕੀ ਚੀਜ਼ ਸਹੀ ਹੈ ਕੀ ਗਲਤ ਹੈ ਠੀਕ ਹੈ ਆਪਾਂ ਸਭ ਇਨਸਪੈਕਟਰ ਬਣਨਾ ਹੈ ਰਜੀ ਠੀਕ ਹੈ ਉਦੋਂ ਬਾਅਦ ਸਾਡੇ ਕੀ ਰਿਸਪੌਂਸਿਬਿਲਟੀਜ਼ ਨਿਕੀਆਂ ਸਾਨੂੰ ਜਿਹੜਾ ਮੇਰਾ ਰੋਲ ਹੈ ਆਪਣਾ ਸੋਸਾਇਟੀ ਦੇ ਵਿੱਚ ਕਿਵੇਂ ਚੇਂਜ ਹੋਊਗਾ ਅਸੀਂ ਕਿਵੇਂ ਇੱਕ ਸੋਸਾਇਟੀ ਦੇ ਵਿੱਚ ਪ੍ਰੋਡਕਟਿਵਲੀ ਜਿਹੜਾ ਕਿ ਆਪਣਾ ਯੋਗਦਾਨ ਦੇਣਾ ਹੈਗਾ ਇਹ ਸਾਰਾ ਕੁਝ ਸਾਨੂੰ ਐਥਿਕਸੋਂ ਸਿੱਖਣ ਨੂੰ ਮਿਲੂਗਾ ਠੀਕ ਹੈ ਇਨ ਜਨਰਲ ਆਪਾਂ ਨੂੰ ਪਤਾ ਹੈ ਕਿ ਹਾਂ ਕਰਪਸ਼ਨ ਨਹੀਂ ਕਰਨੀ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਹੈ ਨਾ ਲੋਕਾਂ ਦੀ ਸੇਵਾ ਕਰਨੀ ਹੈ ਠੀਕ ਹੈ ਬਟ ਇਹ ਸਾਰੇ ਕੀ ਚੀਜ਼ਾਂ ਕਿੱਥੋਂ ਆਈਆਂ ਲੱਗੀਆਂ ਇੱਕ ਨਵੇਂ ਬੱਚੇ ਨੂੰ ਇੱਕ ਜਿਹੜਾ ਨਵਾਂ ਜਨਮਿਆ ਬੱਚਾ ਹੈ ਉਹਨੂੰ ਤਾਂ ਨਹੀਂ ਪਤਾ ਨਾ ਚੀਜ਼ਾਂ ਤਾਂ ਉਹਨੂੰ ਕਿਸੇ ਕਿਸੇ ਤੋਂ ਕਿਤੇ ਨਾ ਕਿਸੇ ਸਿੱਖਿਆ ਹੋਊਗਾ ਉਹ ਚੀਜ਼ ਕਿਤੋਂ ਕਿਤੋਂ ਸੋਰਸ ਹੋਣਗੇ ਤਾਂ ਇਹ ਸੋਰਸ ਕਿਹੜੇ ਨੇ ਨਜੇ ਹੁਣ ਜੇ ਮੈਂ ਆਪਾਂ ਗੱਲ ਕਰਦੇ ਆਂ ਕਿ ਵੱਡਿਆਂ ਦਾ ਆਦਰ ਕਰਨਾ ਹੈਗਾ ਠੀਕ ਹੈ ਕਿੱਥੋਂ ਆਉਂਦੀ ਹੈ ਚੀਜ਼ ਇਹ ਸਾਡੀ ਫੈਮਿਲੀ ਤੋਂ ਆਉਂਦੀ ਹੈ ਸਾਨੂੰ ਸ਼ੁਰੂ ਤੋਂ ਹੀ ਸਿਖਾਇਆ ਜਾਂਦਾ ਕਿ ਵੱਡਿਆਂ ਦੇ ਜਦੋਂ ਵੀ ਮਿਲੋ ਜਾਇ ਕਰੋ ਜੀ ਹਨਾ ਪੈਰੀਅਤ ਲਾਓ ਇਹ ਚੀਜ਼ਾਂ ਸਾਨੂੰ ਸਿਖਾਈਆਂ ਜਾਂਦੀਆਂ ਨੇ ਸ਼ੁਰੂ ਤੋਂ ਹੀ ਇਹ ਐਥਿਕਸ ਹੈਗਾ ਦੇਖੋ ਜੋ ਹੁਣ ਐਗਜ਼ਾਮੀਨੇਸ਼ਨ ਦੀ ਗੱਲ ਕਰਾਂ ਮੈਂ ਐਸਆਈ ਦੇ ਐਗਜ਼ਾਮ ਦੀ ਜੋ ਐਗਜ਼ਾਮੀਨੇਸ਼ਨ ਦੇ ਵਿੱਚ ਐਥਿਕਸ ਦੇ ਵਿੱਚ ਕੁਐਸਚਨ ਆ ਸਕਦੇ ਨੇ ਉਹ ਜਿਹੜਾ ਪੋਰਸ਼ਨ ਹੈ ਆਪਾਂ 10 ਮਿੰਟ 15 ਮਿੰਟ ਤੋਂ ਬਾਅਦ ਸਟਾਰਟ ਕਰਾਂਗੇ ਠੀਕ ਹੈ ਬਟ ਉਦੋਂ ਪਹਿਲਾਂ राजे ਐਥਿਕਸ ਦਾ ਜਿਹੜਾ ਫਾਊਂਡੇਸ਼ਨ ਹੈ ਉਹ ਬਣਾਣੀ ਜ਼ਰੂਰੀ ਹੈ ਤੁਹਾਡੇ ਦਿਮਾਗ ਦੇ ਵਿੱਚ ਬੈਠ ਜਾਏ ਐਥਿਕਸ ਕੀ ਚੀਜ਼ ਹੈਗੀ ਹੈ ਜਦੋਂ ਇੱਕ ਵਾਰੀ ਆਪਾਂ ਐਥਿਕਸ ਦਾ ਐਸੈਂਸ ਸਮਝ ਪਾਏ ਨਾ ਐਸੈਂਸ ਵਰ ਜਦੋਂ ਐਚੀ ਦਾ ਐਸੈਂਸ ਸਮਝ ਪਾਏ ਆਪਾਂ ਫਿਰ ਆਪਾਂ ਕੁਐਸਚਨ ਵੀ ਸੋਲਵ इजीली ਕਰ ਪਾਵਾਂਗੇ ਆਪਾਂ ਠੀਕ ਹੈ ਬਟ ਜੋ ਐਗਜ਼ਾਮੀਨੇਸ਼ਨ ਵਾਲੇ ਕੁਐਸਚਨ ਆਪ 10 15 ਮਿੰਟ ਬਾਅਦ ਸਟਾਰਟ ਕਰਾਂਗੇ ਠੀਕ ਹੈ ਤੁਸੀਂ ਸਕਿੱਪ ਨਾ ਕਰਿਓ ਪਲੀਜ਼ ਤੁਸੀਂ ਵੀਡੀਓ ਸਾਰੀ ਦੇਖਣੀ ਹੈ ਜਦੋਂ ਹੁਣ ਹੁਣ ਵੀ ਜਿਹੜਾ ਕੀ ਕੰਟੀਨਿਊ ਕਰਨਾ ਹੈ ਤਾਂ ਫਾਊਂਡੇਸ਼ਨ ਬਣਾਣੀ ਜ਼ਰੂਰੀ ਹੈ ਚਲੋ ਤਾਂ ਗੱਲ ਕਰਾਂ ਮੈਂ ਫੈਮਿਲੀ ਤੋਂ ਰਜੇ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੋਰ ਕਿੱਥੋਂ ਮਿਲਦਾ ਰਜੇ ਰਿਲੀਜੀਅਨ ਤੋਂ ਸਿੱਖਣ ਨੂੰ ਮਿਲਦਾ ਮੰਨ ਲਓ ਰਜੀਵ ਠੀਕ ਹੈ ਐਸਾ ਹੀ ਤੁਸੀਂ ਬਣ ਗਏ ਐਸਆਈ ਬਣ ਕੇ ਰਜੇ ਤੁਹਾਡੇ ਉੱਪਰ ਕੀ ਹੈ ਪੋਲੀਟੀਕਲ ਪ੍ਰੈਸ਼ਰ ਹੈਗਾ ਠੀਕ ਹੈ ਕੋਈ ਕੋਈ ਮੰਨ ਲਓ ਕੋਈ ਵੱਡਾ ਅਮੀਰ ਲੋ ਅਮੀਰ ਬੰਦਾ ਹੈਗਾ ਠੀਕ ਹੈ ਉਸਨੇ ਕਿਸੇ ਗਰੀਬ ਨੂੰ ਨਾਲ ਧੱਕਾ ਕੀਤਾ ਕੋਈ ਠੀਕ ਹੈ ਅਮੀਰ ਨੇ ਕਿਸੇ ਗਰੀਬ ਨੂੰ ਧੱਕਾ ਕੀਤਾ ਇਹ ਗਰੀਬ ਬੰਦਾ ਤੁਹਾਡੇ ਕੋਲੇ ਐਸਆਈ ਕੋਲੇ ਦਰਖਾਸਤ ਲੈ ਕੇ ਆਇਆ ਕਿ ਸਰ ਮੇਰੇ ਨਾਲ ਧੱਕਾ ਹੋਇਆ ਜੀ ਠੀਕ ਹੈ ਹੁਣ ਜਿਹੜਾ ਇਹ ਅਮੀਰ ਬੰਦਾ ਇਹਦੇ ਓਬਵੀਅਸਲੀ ਕੰਟੈਕਟ ਬਹੁਤ ਨੇ ਠੀਕ ਹੈ ਪੋਲੀਟੀਕਲ ਕੰਟੈਕਟ ਵੀ ਬਹੁਤ ਨੇ ਤੇ ਨਾਲ ਹੀ ਤੁਹਾਨੂੰ ਫੋਨ ਆ ਜਾਂਦਾ ਕਿਸੇ ਲੀਡਰ ਦਾ ਕਿ ਤੁਸੀਂ ਇਸ ਬੰਦੇ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਣਾ ਹੈਗਾ ਠੀਕ ਹੈ ਹੁਣ ਤੁਹਾਡੇ ਲਈ ਰਜ ਕੀ ਹੈ ਇੱਕ ਡਿਲੇਮਾ ਬਣ ਗਿਆ ਇੱਕ ਦੁਵਿਧਾ ਦਾ ਵਿਸ਼ਾ ਬਣ ਗਿਆ ਇਹ ਤੁਸੀਂ ਕੀ ਕਰੋਗੇ ਇੱਕ ਪਾਸੇ ਤੁਹਾਡੀ ਡਿਊਟੀ ਹੈ ਇੱਕ ਪਾਸੇ ਤੁਹਾਡੇ ਸੀਨੀਅਰ ਦੇ ਆਰਡਰਸ ਨੇਗੇ ਤੁਸੀਂ ਕਿਸ ਚੀਜ਼ ਨੂੰ ਫੋਲੋ ਕਰੋਗੇ ਠੀਕ ਹੈ ਤਾਂ ਹੁਣ ਇਸ ਸਿਚੁਏਸ਼ਨ ਦੇ ਵਿੱਚੋਂ ਕਿਵੇਂ ਨਿਕਲਣਾ ਹੈ ਇਹ ਸਾਨੂੰ ਐਥਿਕਸ ਦੱਸਦਾ ਹੈ ਕਿਵੇਂ ਮੰਨ ਲਓ ਮੈਂ ਗੱਲ ਕਰਦਾ ਰਿਲੀਜੀਅਨ ਦੀ ਕਿ ਸਾਨੂੰ ਰਿਲੀਜੀਅਨ ਤੋਂ ਮਿਲਦਾ ਪਤਾ ਲੱਗਦਾ ਹੈ ਸਾਨੂੰ ਜਿਹੜੇ ਸਾਡੇ ਗੁਰੂ ਨੇ ਉਹਨਾਂ ਦਾ ਮਾਰਗਦਰਸ਼ਕ ਪਤਾ ਲੱਗਦਾ ਹੈ ਕਿਵੇਂ ਜਿਵੇਂ ਸਾਡਾ ਰਜੇ ਇੱਕ ਮੋਟਰ ਹੈਗਾ ਪੰਜਾਬ ਪੁਲਿਸ ਦੀ ਮੋਟਰ ਹੈ ਕਿ ਸ਼ੁਭ ਕਰਮਨ ਤੋਂ ਕਦੋਂ ਹੋਣਾ ਠੀਕ ਹੈ ਗ੍ਰੋਵਸਿੰ ਕਹਿੰਦੇ ਨੇਗੇ ਤਾਂ ਇਹ ਤਾਂ ਕੀ ਪਤਾ ਲੱਗਦਾ ਵੀ ਸਾਨੂੰ ਕੋਈ ਵੀ ਸਿਚੁਏਸ਼ਨ ਆ ਜੇ ਸਾਨੂੰ ਜਿਹੜਾ ਅੱਛਾ ਕੰਮ ਹੈ ਸ਼ੁਭਕਰਮਨ ਹੈ ਉਹ ਤੋਂ ਕਦੇ ਵੀ ਡਰਨਾ ਨਹੀਂ ਚਾਹੀਦਾ ਹੈਗਾ ਉਹਨੂੰ ਜਿਹੜਾ ਕੀ ਹੈ ਫੀਅਰਲੈਸਲੀ ਕਰਨਾ ਚਾਹੀਦਾ ਹੈਗਾ ਠੀਕ ਹੈ ਤਾਂ ਹੁਣ ਇੱਥੇ ਸਵਾਲ ਮਿਲਿਆ ਮੈਨੂੰ ਮੈਂ ਇਸੇ ਕਿਸੇ ਸਿਚੁਏਸ਼ਨ ਦੇ ਵਿੱਚ ਫਸ ਗਿਆ ਸੀਗਾ ਕਿ ਮੈਂ ਕਿਵੇਂ ਕਰਾਂ ਬਟ ਮੈਨੂੰ ਹੁਣ ਸਵਾਲ ਚਾਹੀਦਾ ਹੈ ਦੇਖੋ ਠੀਕ ਹੈ ਦੇਖੋ ਇਹ ਬੜੀ ਲੌਜੀਕਲ ਜੀ ਗੱਲ ਹੈਗੀ ਹੈ ਸਾਨੂੰ ਕਿਤੇ ਨਾ ਕਿਤੇ ਕੁਝ ਸਿੱਖਣ ਨੂੰ ਮਿਲੂਗੀ ਫੇਰ ਹੀ ਆਪਾਂ ਕੰਮ ਕਰਾਂਗੇ ਨਾ ਤਾਂ ਜਿਹੜਾ ਸ਼ੁਭ ਕਰਮਾ ਨਾਲ ਆਪਾਂ ਨੂੰ ਇੱਕ ਆਪਨ ਮੋਟੋ ਮਿਲਦਾ ਹੈ ਠੀਕ ਹੈ ਇੱਕ ਰਾਈਟਿੰਗ ਟੈਕਸਟ ਮਿਲਦਾ ਹੈ ਤਾਂ ਸਾਨੂੰ ਸਿੱਖਿਆ ਜਾਂਦਾ ਹੈ ਕਿ ਹਾਂਜੀ ਜੋ ਮਰਜ਼ੀ ਹੈ ਜਿਹਦੇ ਮਰਜ਼ੀ ਪ੍ਰੈਸ਼ਰ ਹੈ ਅਸੀਂ ਆਪਣੀ ਡਿਊਟੀ ਜਿਹੜਾ ਕੀ ਹੈ ਅੱਛਾ ਕੰਮ ਕੋ ਕਰਨਾ ਹੀ ਕਰਨਾ ਹੈਗਾ ਸਾਨੂੰ ਇਤੋਂ ਸਵਾਲ ਦਾ ਜਵਾਬ ਮਿਲ ਗਿਆ ਵੀ ਖੰਜੀ ਕੀ ਕਰਨਾ ਚਾਹੀਦਾ ਹੈ ਇਹੀ ਮੈਂ ਤੁਹਾਨੂੰ ਕਹਿ ਰਿਹਾ ਵੀ ਜਦੋਂ ਵੀ ਕਿਸ ਸਿਚੁਏਸ਼ਨ ਦੇ ਵਿੱਚ ਆਪਾਂ ਫਸੇ ਹੋਇਆ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਉਹਦਾ ਆਨਸਰ ਸਾਨੂੰ ਐਥਿਕਸ ਦੇ ਵਿੱਚੋਂ ਮਿਲਦਾ ਹੈਗਾ ਠੀਕ ਹੈ ਇਹਨੂੰ ਸਿਚੁਏਸ਼ਨ ਨੂੰ ਆਪਾਂ ਜਿੰਨੀ ਮਰਜ਼ੀ ਕੰਪਲਿਕੇਟ ਕਰਕੇ ਹੋਰ ਮਰਜ਼ੀ ਜਿੰਨਾ ਮਰਜ਼ੀ ਆਪਾਂ ਐਗਜ਼ਾਮਪਲਸ ਦੇਖੀ ਜਾਈਏ ਠੀਕ ਹੈ ਬਟ ਆਪਾਂ ਥੋੜਾ ਐਸੈਂਸ ਪਤਾ ਹੋਣਾ ਚਾਹੀਦਾ ਬਸ ਹੋਰ ਬੱਚੇ ਸੋਰਸਸ ਕੀ ਨੇ ਐਜੂਕੇਸ਼ਨਲ ਇੰਸਟੀਟਿਊਸ਼ਨ ਸਾਨੂੰ ਆਪਣੇ ਸਕੂਲਸ ਦੇ ਵਿੱਚ ਕਾਲਜਸ ਦੇ ਵਿੱਚੋਂ ਭਾਈਚਾਰੇ ਦੀ ਭਾਵਨਾ ਮਿਲਦੀ ਹੈ ਰਾਜੇ ਠੀਕ ਹੈ ਕੀ ਟੀਮ ਵਰਕ ਬ੍ਰਦਰ ਉਹਦੀ ਟੀਮਵਰਕ ਦੀ ਸਪੋਰਟਸਮੈਨਸ਼ਿਪ ਦੀ ਤਾਂ ਮਤਲਬ ਇਕੱਠੇ ਕਲੈਕਟਿਵਲੀ ਕੰਮ ਕਰਨਾ ਅਸੀਂ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਠੀਕ ਹੈ ਆਪਾਂ ਸ਼ੁਰੂ ਤੋਂ ਸਟੋਰੀਜ਼ ਪੜ੍ਹਦੇ ਆ ਰਹਿਆਂ ਕਿ ਠੀਕ ਹੈ ਨਾ ਕਿ ਇਕਤਾ ਵਿੱਚ ਬਲ ਹੈਗਾ ਤਾਂ ਇਹ ਸਾਰੇ ਕੁਝ ਸਾਨੂੰ ਕੀ ਸਿਖਾਇਆ ਜਾ ਰਿਹਾ ਜੋ ਸਾਡੇ ਕੀ ਮਤਲਬ ਐਥਿਕਸ ਦੇ ਵਿੱਚ ਐਡ ਹੁੰਦਾ ਜਾ ਰਿਹਾਗਾ ਵਾਰ-ਵਾਰ ਠੀਕ ਹੈ ਹੁਣ ਇਹ ਚੀਜ਼ ਹਮ ਸੋਚਣ ਦੀ ਲੋੜ ਨਹੀਂ ਪੈਂਦੀ ਵੀ ਹਾਂਜੀ ਇਕਤਾ ਦੇ ਵਿੱਚ ਇਕੱਠ ਹੈਗਾ ਕਿ ਨਹੀਂ ਹੈਗਾ ਇਹ ਸਾਨੂੰ ਪਤਾ ਹੈ ਕਿਉਂਕਿ ਅਸੀਂ ਆਲਰੇਡੀ ਸਿੱਖ ਕੇ ਆਇਆ ਇਹ ਸਾਡੇ ਐਥਿਕਸ ਦਾ ਪਾਰਟ ਬਣ ਚੁੱਕਿਆ ਹੈਗਾ ਠੀਕ ਹੈ ਹੋਰ ਹੈ ਜੀ ਕੀ ਸੋਰਸਸ ਨੇ ਕਾਨੂੰਨ ਕੋਈ ਸਰਕਾਰ ਦੁਆਰਾ ਪਾਰਲੀਮੈਂਟ ਦੁਆਰਾ ਸਟੇਟ ਅਸੈਂਬਲੀ ਦੁਆਰਾ ਕੋਈ ਕਾਨੂੰਨ ਬਣਾਇਆ ਹੈ ਮਤਲਬ ਜਿਵੇਂ ਗੱਲ ਕਰੀ ਆਪਾਂ ਜੂਏ ਦੀ ਠੀਕ ਹੈ ਮਤਲਬ ਇਹ بیٹنگ ਦੀ ਗੱਲ ਕਰੀਏ ਤਾਂ ਹੁਣ ਕਈ ਸੁਸਾਇਟੀਜ਼ ਵਿੱਚ ਕਈ ਜਿਹੜੇ ਦੇਸ਼ ਨੇ ਉੱਥੇ ਜਿਹੜਾ ਕੀ ਹੈ ਮਤਲਬ ਕੈਸੀਨੋਜ਼ ਵਗੈਰਾ ਹੈਗੇ ਨੇ ਸਾਰਾ ਕੁਝ ਮਤਲਬ ਕਈ ਸਟੇਟਸ ਵਿੱਚ ਹੈਗੇ ਨੇ ਠੀਕ ਹੈ ਤੇ ਜੂਆ ਵਗੈਰਾ ਸਾਰਾ ਕੁਝ ਚੱਲਦਾ ਹੈਗਾ ਸਾਰਾ ਕੁਝ ਚੱਲਦਾ ਹੈਗਾ ਤਾਂ ਹੁਣ ਕਈ ਸੋਸਾਇਟੀ ਦੇ ਵਿੱਚ ਨਹੀਂ ਹੈਗਾ ਹੁਣ ਸਾਨੂੰ ਅਗਰ ਪਤਾ ਲੱਗੇ ਕਿ ਜੂਆ ਖੇਲਣਾ ਅੱਛਾ ਹੈਗਾ ਕਿ ਨਹੀਂ ਹੈਗਾ ਸਾਨੂੰ ਕਿੱਥੋਂ ਪਤਾ ਲੱਗਦਾ ਇਹ ਇਹ ਸਾਨੂੰ ਕਾਨੂੰਨ ਤੋਂ ਪਤਾ ਲੱਗਦਾ ਹੈ ਵੀ ਕਾਨੂੰਨ ਨੇ ਜੋ ਚੀਜ਼ਾਂ ਬੈਨ ਕੀਤੀਆਂ ਹੋਈਆਂ ਨੇ 댓 ਮੀਨਸ ਉਹ ਕਿਤਨਾ ਕਿਤੇ ਗਲਤ ਹੋਣੀਆਂ ਤਾਂ ਹੀ ਬੈਨ ਕੀਤੀਆਂ ਨਗੀਆਂ ਠੀਕ ਹੈ ਤਾਂ ਹੀ ਬੈਨ ਕੀਤੀਆਂ ਹੋਣੀਆਂ ਤਾਂ ਸਾਨੂੰ ਕਾਨੂੰਨ ਤੋਂ ਵੀ ਪਤਾ ਲੱਗਦਾ ਵੀ ਕੀ ਚੀਜ਼ ਸਹੀ ਹੈ ਕੀ ਚੀਜ਼ ਗਲਤ ਹੈ ਹਮੇਸ਼ਾ ਮੈਂ ਤਾਂ ਇਹੀ ਗੱਲ ਕਹਿ ਰਿਹਾ ਤੁਹਾਨੂੰ ਰਾਜੇ ਐਥਿਕਸ ਦਾ ਮਤਲਬ ਕੀ ਹੈ ਸਾਨੂੰ ਪਤਾ ਲੱਗੇ ਕੀ ਚੀਜ਼ ਸਹੀ ਹੈ ਕੀ ਚੀਜ਼ ਗਲਤ ਹੈ ਸਾਨੂੰ ਉਹਦਾ ਸਵਾਲ ਦਾ ਜਵਾਬ ਮਿਲ ਜਾਈ ਵੀ ਸਾਨੂੰ ਕਰਨਾ ਕੀ ਚਾਹੀਦਾ ਹੁਣ ਸਾਨੂੰ ਜੂ ਕਿਉਂਕਿ ਇਹਦੇ ਅਗੇਂਸਟ ਲਾਅ ਨੇ ਤਾਂ ਇਹ ਮਤਲਬ ਗਲਤ ਹੈ ਤਾਂ ਮਤਲਬ ਜੂਆ ਨਹੀਂ ਖੇਲਣਾ ਚਾਹੀਦਾ ਯਾਨੀ ਕਿ ਸਾਨੂੰ ਆਪਣੇ ਸਵਾਲ ਦਾ ਆਨਸਰ ਮਿਲ ਗਿਆ ਆਪਾਂ ਠੀਕ ਹੈ ਤਾਂ ਇਹ ਸਾਰੇ ਕੀ ਨੇ ਸੋਰਸਸ ਆਫ ਐਥਿਕਸ ਨੇ ਸਭ ਤੋਂ ਵੱਡਾ ਸੋਰਸ ਹੈਗਾ ਰਜੇ ਹਿਊਮਨ ਕੌਨਸ਼ੀਅੰਸ ਇਹਨੂੰ ਆਪਾਂ ਕਿਵੇਂ ਪ੍ਰੋਨਾਂਊਂਸ ਕਰਦੇ ਆ ਕੌਨਸ਼ੀਅੰਸ ਕੌਨਸਾਇੰਸ ਨਹੀਂ ਹੈਗਾ ਕੌਨਸ਼ੀਅੰਸ ਹੈ ਜਿਹੜੀ ਪ੍ਰੋਨਨਸੀਏਸ਼ਨ ਹੈ ਤਾਂ ਹਿਊਮਨ ਕੌਨਸ਼ੀਅੰਸ ਮਤਲਬ ਮੇਰੀ ਅੰਤਰਾਤਮਾ ਸਭ ਤੋਂ ਵੱਡਾ ਜਿਹੜਾ ਮਤਲਬ ਰਜੇ ਇੱਕ ਸੋਰਸ ਹੈ ਐਥਿਕਸ ਦਾ ਕੀ ਮੈਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਉਹ ਮੇਰੀ ਅੰਤਰਾਤਮ ਜਦੋਂ ਵੀ ਮੈਂ ਕਿਸੇ ਸਿਚੁਏਸ਼ਨ ਦੇ ਵਿੱਚ ਫਸਿਆ ਹੋਇਆ ਤਾਂ ਮੈਨੂੰ ਹੋਰ ਭਾਵੇਂ ਕੁਝ ਵੀ ਨਾ ਮਿਲੇ ਬਟ ਮੈਨੂੰ ਅੰਦਰ ਆਤਮਾ ਨੂੰ ਮੇਰੂ ਬਿਲਕੁਲ ਪਤਾ ਹੋਊਗਾ ਕਿ ਮੈਂ ਸਹੀ ਕਰ ਰਹਾ ਹੈ ਕਿ ਨਹੀਂ ਕਰ ਰਹਾ ਹੈਗਾ ਠੀਕ ਹੈ ਚਾਹੇ ਮੈਂ ਗਲਤ ਹੀ ਕਰ ਰਹਾ ਹਾਂ ਬਟ ਮੇਰੀ ਅੰਦਰ ਆਤਮਾ ਮੈਨੂੰ ਪਤਾ ਹੋਊਗਾ ਕਿ ਮੈਂ ਗਲਤ ਕਰ ਰਹਾ ਠੀਕ ਹੈ ਤਾਂ ਹਿਊਮਨ ਕੌਨਸ਼ੀਅਸ ਸਭ ਤੋਂ ਵੱਡਾ ਇੱਕ ਸੋਰਸ ਹੈ ਐਥਿਕਸ ਦਾ ਹੋਰ ਜੇ ਕੀ ਸੋਰਸਸ ਨੇ ਅਸੀਂ ਜਿਹੜੇ ਆਪਣੀਆਂ ਪਰਸਨੈਲਿਟੀਆਂ ਨੇਗੀਆਂ ਸਾਡੇ ਜਿਹੜੇ ਸਿਆਣੇ ਨੇ ਠੀਕ ਹੈ ਜਾਂ ਹੋਰ ਇੰਪੋਰਟੈਂਟ ਲੀਡਰਸ ਹੋਏ ਨੇਗੇ ਆਜ਼ਾਦੀ ਵੇਲੇ ਜਾਂ ਉਸ ਤੋਂ ਪਹਿਲਾਂ ਜਾਂ ਸਾਡੇ ਵੇਦਾਸ ਜਾਂ ਹੋਰ ਮ ਉਹਨਾਂ ਦੀ ਲਾਈਫ ਤੋਂ ਐਗਜ਼ਾਮਪਲ ਹੈ ਸੋ ਬਈਆ ਜਿਵੇਂ ਆਪਾਂ ਗੱਲ ਕਰੀਏ ਗਾਂਧੀ ਦੀ ਮਹਾਤਮਾ ਗਾਂਧੀ ਦੀ ਠੀਕ ਹੈ ਤਾਂ ਮਹਾਤਮਾ ਗਾਂਧੀ ਨੇ ਇੱਕ ਰਜੀ ਜਿਹੜੀ ਬੁੱਕ ਦਾ ਇਹ ਬੁੱਕ ਦਾ ਨਾਮ ਹੈ ਮਾਈ ਐਕਸਪੈਰੀਮੈਂਟਸ ਵਿਦ ਟਰੂਥ ਕੀ ਚੀਜ਼ ਹੈ ਰਜੀ ਇਹ ਇਹ ਆਟੋ ਬਾਇਓਗ੍ਰਾਫੀ ਹੈ ਆਟੋ ਬਾਇਓਗ੍ਰਾਫੀ ਆਫ ਮਹਾਤਮਾ ਗਾਂਧੀ ਠੀਕ ਹੈ ਹੁਣ ਇਸ ਗਾਂਧੀ ਦੇ ਇਸ ਆਟੋ ਬਾਇਓਗ੍ਰਾਫੀ ਦੇ ਵਿੱਚ ਕੀ ਨਾਮ ਹੀ ਦੇਖੋ ਕੀ ਹੈ ਮਾਈ ਐਕਸਪੈਰੀਮੈਂਟਸ ਵਿਦ ਟਰੂਥ ਤਾਂ ਇਹਨੇ ਬੜੇ ਐਕਸਪੈਰੀਮੈਂਟਸ ਕੀਤੇ ਨੇ ਮਹਾਤਮਾ ਗਾਂਧੀ ਨੇ ਠੀਕ ਹੈ ਹਰ ਹਰ ਫੀਲਡ ਦੇ ਵਿੱਚ ਹਰ ਚੀਜ਼ ਦੇ ਵਿੱਚ ਤਾਂ ਮਹਾਤਮਾ ਗਾਂਧੀ ਦੀ ਲਾਈ ਤਮਾਹਾਤਮਾ ਗਾਂਧੀ ਦੀ ਲਾਈਫ ਆਪਣੇ ਆਪ ਦੇ ਵਿੱਚ ਇੱਕ ਐਥਿਕ ਸੋਰਸ ਆਫ ਐਥਿਕਸ ਹੈ ਠੀਕ ਹੈ ਇਹਨਾਂ ਦੀ ਲਾਈਫ ਤੋਂ ਆਪ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈਗਾ ਤੁਸੀਂ ਇੱਕ ਐਗਜ਼ਾਮਪਲ ਸੁਣੀ ਹੋਣੀ ਕਿ ਇੱਕ ਲੇਡੀ ਆਈ ਸੀਗੀ ਠੀਕ ਹੈ ਇੱਕ ਲੇਡੀ ਇੱਕ ਵਾਰੀ ਆਪਣੇ ਮਤਲਬ ਬੇਬੀ ਨੂੰ ਲੈ ਕੇ ਆਈ ਸੀ ਆਪਣੇ ਬੱਚੇ ਨੂੰ ਲੈ ਕੇ ਆਈ ਸੀ ਆਪਣੇ ਬੇਟੇ ਨੂੰ ਲੈ ਕੇ ਆਈ ਸੀ ਗਾਂਧੀ ਕੋਲੇ ਇਹ ਸ਼ਿਕਾਇਤ ਲੈ ਕੇ ਕਿ ਉਹਨਾਂ ਦਾ ਜਿਹੜਾ ਬੇਟਾ ਹੈ ਕਾਫੀ ਮਿੱਠਾ ਖਾਂਦਾ ਹੈਗਾ ਠੀਕ ਹੈ ਤਾਂ ਗਾਂਧੀ ਨੂੰ ਲੇਡੀ ਨੇ ਗਾਂਧੀ ਨੂੰ ਦਰਖਾਸਤ ਕੀਤੀ ਕਿ ਸਰ ਤੁਸੀਂ ਇਹਨੂੰ ਸਲਾਹ ਦਿਓ ਵੀ ਮਿੱਠਾ ਨਾ ਖਾਇਆ ਕਰੇ ਮੇਰੀ ਗੱਲ ਤਾਂ ਮੰਨਦਾ ਨਹੀਂ ਹੈਗਾ ਠੀਕ ਹੈ ਤਾਂ ਗਾਂਧੀ ਨੇ ਇਹਨੂੰ ਜਸਟ ਕਿਹਾ ਗਾਂਧੀ ਨੇ ਲੇਡੀ ਨੂੰ ਕਿਹਾ ਵੀ ਤੁਸੀਂ ਮੇਰੇ ਕੋਲ ਇੱਕ ਮਹੀਨੇ ਬਾਅਦ ਆਈਓ ਇੱਕ ਮਹੀਨੇ ਬਾਅਦ ਆਈਓ ਠੀਕ ਹੈ ਚਲੋ ਠੀਕ ਹੈ ਜੀ ਕਹਤਾ ਠੀਕ ਹੈ ਆ ਲੇਡੀ ਇੱਕ ਮਹੀਨੇ ਬਾਅਦ ਵਿਚਾਰੀ ਫੇਰ ਆ ਗਈ ਤਾਂ ਹੁਣ ਗਾਂਧੀ ਨੇ ਕੀ ਕਿਹਾ ਗਾਂਧੀ ਨੇ ਹੁਣ ਕਿਹਾ ਬੇਟੇ ਮਿੱਠਾ ਨਹੀਂ ਖਾਇਆ ਕਰਦੇ ਮਿੱਠਾ ਸਿਹਤ ਲਈ ਅੱਛਾ ਨਹੀਂ ਹੁੰਦਾ ਹੈਗਾ ਠੀਕ ਹੈ ਤਾਂ ਹੁਣ ਲੇਡੀ ਬੜੀ ਪਰੇਸ਼ਾਨ ਹੋਈ ਵੀ ਤੁਸੀਂ ਮੈਨੂੰ ਇੱਕ ਮਹੀਨਾ ਵੇਟ ਕਿਉਂ ਕਰਾਈ ਤੁਸੀਂ ਇਹੀ ਗੱਲ ਕਹਿਣੀ ਸੀ ਤੁਸੀਂ ਪਹਿਲਾਂ ਕਿਉਂ ਨਹੀਂ ਕਹੀ ਤਾਂ ਗਾਂਧੀ ਕਹਿੰਦਾ ਗਾਂਧੀ ਜੀ ਕਹਿੰਦੇ ਵੀ ਪਹਿਲਾਂ ਮੈਨੂੰ ਵੀ ਮਿੱਠਾ ਬਹੁਤ ਪਸੰਦ ਸੀਗਾ ਮੈਨੂੰ ਵੀ ਮਿੱਠਾ ਬ ਤਾਂ ਇਹ ਮਹੀਨਾ ਮੈਨੇ ਪਹਿਲਾਂ ਕੀ ਕੀਤਾ ਆਪਣਾ ਮਿੱਠਾ ਕੰਟਰੋਲ ਕੀਤਾ ਮੈਨੇ ਮਿੱਠਾ ਘੱਟ ਖਾਇਆ ਤੇ ਫੇਰ ਮੈਂ ਹੁਣ ਆਪਣਾ ਇੱਕ ਇਹ ਸਲਾਹ ਦੇਣ ਦਾ ਲਾਇਕ ਬਣ ਸਕਦਾ ਕਿ ਹਾਂਜੀ ਮਿੱਠਾ ਘੱਟ ਖਾਓ ਯਾਨੀ ਕੀ ਕੀ ਹੈ ਮਤਲਬ ਜੋ ਚੀਜ਼ ਕਹਿਣੀ ਹੈ ਉਹੀ ਚੀਜ਼ ਕਰਨੀ ਹੈਗੀ ਹੈ ਠੀਕ ਹੈ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਇਨਸਾਨ ਦੇ ਇਹ ਚੀਜ਼ ਸਾਨੂੰ ਐਥਿਕਸੋਂ ਮਿਲਦੀ ਹੈ ਤਾਂ ਮਤਲਬ ਕੀ ਹੈ ਹੁਣ ਅਗਰ ਆਪਾਂ ਗੱਲ ਕਰੀਏ ਅਗਰ ਮੈਂ ਕਿਸੇ ਜੀ ਸਿਚੁਏਸ਼ਨ ਦੇ ਵਿੱਚ ਹੈਗਾ ਤਾਂ ਮੈਂ ਵੀ ਸੋਚੂਗਾ ਵੀ ਇਸ ਟਾਈਮ ਤੇ ਗਾਂਧੀ ਨੇ ਕੀ ਕਿਹਾ ਹੋਇਆਗਾ ਠੀਕ ਹੈ ਤਾਂ ਆਪਾਂ ਕੀ ਕਰ ਸਕਦੇ ਹੁਣ ਤਾਂ ਮਤਲਬ ਕੀ ਹੈ ਅਗੇਨ ਸੋਰਸ ਆਫ ਐਥਿਕਸ ਹੈ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਇਹ ਸਾਨੂੰ ਜਿਹੜੀਆਂ ਗ੍ਰੇਟ ਪਰਸਨੈਲਿਟੀਆਂ ਨੇ ਉਹਨਾਂ ਦੇ ਲਾਈਫ ਤੋਂ ਸਿੱਖਣ ਨੂੰ ਮਿਲ ਜਾਂਦਾ ਹੁੰਦਾ ਠੀਕ ਹੈ ਜੀ ਇਹ ਸਾਡਾ ਹੈਗਾ ਸੋਰਸ ਆਫ ਐਥਿਕਸ ਹੁਣ ਰਜ ਕੀ ਲੋੜ ਹੈ ਨੀਡ ਕੀ ਐਥਿਕਸ ਦੀ ਆਪਣੇ ਸਮਾਜ ਦੇ ਵਿੱਚ ਆਪਣੇ ਸੋਸਾਇਟੀ ਦੇ ਵਿੱਚ ਕੀ ਲੋੜ ਹੈ ਐਥਿਕਸ ਦੀ ਦੇਖੋ ਇਨਸਾਨ ਕੀ ਰਜ ਇੱਕ ਸੋਸ਼ਲ ਐਨੀਮਲ ਹੈਗਾ ਠੀਕ ਹੈ ਅਗਰ ਐਥਿਕਸ ਸਾਨੂੰ ਨਾ ਪਤਾ ਹੁੰਦਾ ਅਗਰ ਚੰਗੇ ਮਾੜੇ ਦੀ ਸਮਝ ਸਾਨੂੰ ਨਾ ਹੁੰਦੀ ਤਾਂ ਸਾਡਾ ਜਿਹੜਾ ਬਿਹੇਵੀਅਰ ਸੀ ਬਿਲਕੁਲ ਜਾਨਵਰਾਂ ਵਰਗਾ ਹੋ ਜਾਣਾ ਸੀਗਾ ਠੀਕ ਹੈ ਤਾਂ ਹਿਊਮਨ ਬਿਹੇਵੀਅਰ ਨੂੰ ਰੈਗੂਲੇਟ ਕਰਨ ਵਾਸਤੇ ਐਥਿਕਸ ਨੂੰ ਬਿਲਕੁਲ ਰਿਕੁਆਇਰਮੈਂਟ ਹੈਗੀ ਹੈ ਠੀਕ ਹੈ ਅਦਰਵਾਈਜ਼ ਸਾਰੇ ਹੀ ਕਰਪਟ ਹੁੰਦੇ ਸਾਰੇ ਹੀ ਕੋਈ ਵੀ ਆਪਣਾ ਪਿਆਰ ਪਿਆਰ ਪ੍ਰਪੇਮ ਪ੍ਰੇਮ ਪਿਆਰ ਨਾ ਹੁੰਦਾ ਸੋ ਸਮਾਜ ਦੇ ਵਿੱਚ ਠੀਕ ਹੈ ਸਾਰ ਆਪਣਾ ਮਤਲਬ ਪੜ੍ਹਨੀ ਕੋਸ਼ਿਸ਼ ਕਰਦੇ ਤਾਂ ਮਤਲਬ ਐਥਿਕਸ ਦਾ ਲੋਡ ਇੱਥੇ ਹੀ ਪਈ ਹੈ ਆਪਾਂ ਨੂੰ ਕੀ ਸਹੀ ਕੀ ਹੈ ਗਲਤ ਕੀ ਹੈ ਔਰ ਹਿਊਮਨ ਬਿਹੇਵੀਅਰ ਨੂੰ ਰੈਗੂਲੇਟ ਕਰਨ ਵਾਸਤੇ ਸਾਨੂੰ ਰੱਬ ਦਾ ਡਰ ਹੁੰਦਾ ਰਜੇ ਕੋਈ ਵੀ ਕੰਮ ਵਾਲਾ ਕੰਮ ਕਰਦੇ ਵੇਲੇ ਠੀਕ ਹੈ ਤਾਂ ਆਪਣੇ ਬਿਹੇਵੀਅਰ ਨੂੰ ਰੈਗੂਲੇਟ ਕਰਦਾ ਕੌਣ ਐਥਿਕਸ ਕਰਦਾ ਹੈਗਾ ਤੇ ਰਜੇ ਦੂਜੀ ਗੱਲ ਅਸੀਂ ਕਿਉਂਕਿ ਸੋਸ਼ਲ ਐਨੀਮਲਸ ਹਾਂ ਸੋ ਸਾਨੂੰ ਕੀ ਹੈ ਸਮਾਜ ਦੇ ਵਿੱਚ ਰਹਿਣ ਵਾਸਤੇ ਲੋਕਾਂ ਦੂਜਿਆਂ ਦਾ ਵੀ ਕੀ ਹੈ ਸਾਥ ਚਾਹੀਦਾ ਹੈਗਾ ਅਸੀਂ ਇਕੱਲੇ ਸੋ ਸਮਾਜ ਦੇ ਵਿੱਚ ਨਹੀਂ ਰਹਿ ਸਕਦੇ ਠੀਕ ਹੈ ਤਾਂ ਸਹੀ ਸੋਸਾਇਟੀ ਦੇ ਵਿੱਚ ਮਿਲ ਜੁਲਕੀ ਰਹਿ ਸਕਦੇ ਆ ਮਿਲ ਜੁਲ ਕੇ ਤਾਂ ਹੀ ਰਹਿ ਸਕਦੇ ਆ ਅਗਰ ਆਪਾਂ ਲੋਕਾਂ ਨਾਲ ਕੀ ਹੈ ਪ੍ਰੇਮ ਪਿਆਰ ਨਾਲ ਰਾਵਾਂਗੇ ਠੀਕ ਹੈ ਲੋਕਾਂ ਨਾਲ ਵਧੀਆ ਕੰਮ ਕਰਾਂਗੇ ਕਿਉਂਕਿ ਜੇ ਆਪਾਂ ਲੋਕਾਂ ਨਾਲ ਵਧੀਆ ਟ੍ਰੀਟਮੈਂਟ ਕਰਾਂਗੇ ਤਾਂ ਵੀ ਤਾਂ ਹੀ ਆਪਾਂ ਨਾਲ ਆਪਣੇ ਆਪ ਨਾਲ ਵਧੀਆ ਟ੍ਰੀਟਮੈਂਟ ਹੋਊਗਾ ਠੀਕ ਹੈ ਤਾਂ ਲੋਕ ਜਿਹੜੇ ਕੀ ਨੇ ਇੱਕ ਦੂਜੇ ਨਾਲ ਵਧੀਆ ਟ੍ਰੀਟਮੈਂਟ ਤਾਂ ਹੀ ਕਰਨਗੇ ਜੇ ਸੋਸਾਇਟੀ ਦੇ ਵਿੱਚ ਪਿਆਰ ਹੋਊਗਾ ਤਾਂ ਇੱਥੇ ਲੋੜ ਹੈ ਜੀ ਨੀਡ ਆਫ ਐਥਿਕਸ ਇੱਥੇ ਹੀ ਐਥਿਕਸ ਦੀ ਰਿਕੁਆਇਰਮੈਂਟ ਹੈਗੀ ਆ ਦੁਜੀ ਰਾਜੀ ਅਗਰ ਪ੍ਰੇਮ ਪਿਆਰ ਹੋਊਗਾ ਸਮਾਜ ਦੇ ਵਿੱਚ ਫਿਰ ਹੀ ਪ੍ਰੋਸਪਰਿਟੀ ਫਿਰ ਹੀ ਖੁਸ਼ਹਾਲੀ ਹੋਊਗੀ ਠੀਕ ਹੈ ਜੇ ਖੁਸ਼ੀ ਹੋਊਗੀ ਫਿਰ ਹੀ ਖੁਸ਼ਹਾਲੀ ਹੋਊਗੀ ਠੀਕ ਹੈ ਔਰ ਫਿਰ ਹੀ ਤਰੱਕੀ ਹੋਊਗੀ ਇਸੇ ਤਰ੍ਹਾਂ ਸਮਾਜ ਦੇ ਜਿਹੜੇ ਕੀ ਹੈ ਤਰੱਕੀ ਹੁੰਦੀ ਹੈ ਗਰੋਥ ਆਫ ਸੋਸਾਇਟੀਜ਼ ਹੁੰਦੀ ਹੈ ਤਾਂ ਸੋ ਸਮਾਜ ਦੇ ਗਰੋਥ ਦੇ ਲਈ ਵੀ ਐਥਿਕਸ ਦੀ ਰਿਕੁਆਇਰਮੈਂਟ ਹੈਗੀ ਹੈ ਠੀਕ ਹੈ ਤਾਂ ਬੱਚੇ ਦੇਖੋ ਇਹ ਫਾਊਂਡੇਸ਼ਨ ਸਮਝਣੀ ਬਹੁਤ ਜ਼ਰੂਰੀ ਹੈ ਐਥਿਕਸ ਦੀ ਆਪਣੇ ਦਿਲ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਐਥਿਕਸ ਦਾ ਨਕਸ਼ਾ ਬਣ ਜਾਣਾ ਚਾਹੀਦਾ ਹੈ ਕਿ ਕੀ ਮਤਲਬ ਹੈ ਐਕਚੁਅਲ ਦੇ ਵਿੱਚ ਠੀਕ ਹੈ ਫਿਰ ਆਪਾਂ ਕੁਐਸਚਨ ਅਨਸ ਠੀਕ ਹੈ ਜੀ ਤਾਂ ਹੁਣ ਥੋੜਾ ਜਿਹਾ ਆਪਾਂ ਜਿਹੜਾ ਐਗਜ਼ਾਮੀਨੇਸ਼ਨ ਪੁਆਇੰਟ ਆਫ 뷰 ਤੋਂ ਫੋਕਸ ਕਰਦੇ ਆਂ ਕੀ ਚੀਜ਼ਾਂ ਆਣਗੀਆਂ ਠੀਕ ਹੈ ਦੇਖੋ ਡਾਈਮੈਂਸ਼ਨਸ ਹੁੰਦੇ ਨੇ ਮਤਲਬ ਕਿ ਕਿਹੜੇ ਕਿਹੜੇ ਘੇਰੇ ਨੇਗੇ ਐਥਿਕਸ ਦੇ ਇੱਕ ਹੈ ਕਿਹੜੇ ਕਿਹੜੇ ਐਂਗਲ ਬੰਦੇ ਨੇ ਇੱਕ ਹੈ ਜਿਹ ਹੈਗਾ ਮੈਟਾਐਥਿਕਸ ਇੱਕ ਹੈਗਾ ਨੋਰਮੈਟਿਵ ਐਥਿਕਸ ਤੇ ਇੱਕ ਹੈਗਾ ਅਪਲਾਈਡ ਐਥਿਕਸ ਦੇਖੋ ਮੈਟਾਐਥਿਕਸ ਕੀ ਹੈਗਾ ਜੇ ਮੈਂ ਗੱਲ ਕਰਾਂ ਮੈਨੇ ਕੋਈ ਡਾਟਾ ਬਣਾਣਾ ਹੈ ਰਾਜੀ ਠੀਕ ਹੈ ਮੈਨੇ ਆਪਣੇ ਜਿੰਨੇ ਵੀ ਆਪਾਂ ਵੀਡੀਓ ਦੇਖ ਰਹੇ ਆ ਤਾਂ ਮੈਂ ਉਹਨਾਂ ਦਾ ਕੋਈ ਡਾਟਾ ਬਣਾਣਾ ਹੈ ਨੇਮ ਉਹਨਾਂ ਦਾ ਮੋਬਾਈਲ ਨੰਬਰ ਠੀ ਤਾਂ ਮੈਨੇ ਮੈਂ ਕੀ ਕਰੂੰਗਾ ਇਤਸਾਰ ਦਾ ਨਾਮ ਲਿਖੂੰਗਾ ਇਤਸਾਰ ਦਾ ਮੋਬਾਈਲ ਨੰਬਰ ਲਿਖੂੰਗਾ ਠੀਕ ਹੈ ਏਜ ਇਹ ਸਾਰਾ ਕੁਝ ਲਿਖੂੰਗਾ ਤਾਂ ਹੁਣ ਇਹਨੂੰ ਮੈਂ ਇਸ ਚੀਜ਼ ਨੂੰ ਮੈਂ ਕੀ ਕਹਾਂਗਾ ਇਸ ਚੀਜ਼ ਨੂੰ ਮੈਂ ਕਹਾਂਗਾ ਡਾਟਾ ਠੀਕ ਹੈ ਇਹ ਸਾਡਾ ਹੈਗਾ ਡਾਟਾ ਕਿ ਕਿਹੜੇ ਬੰਦੇ ਦਾ ਕੀ ਨਾਮ ਹੈ ਕਿਹੜੇ ਬੰਦੇ ਉਸ ਬੰਦੇ ਦਾ ਕੀ ਮੋਬਾਈਲ ਨੰਬਰ ਹੈ ਉਸ ਬੰਦੇ ਦੀ ਕੀ ਏਜ ਹੈ ਇਹ ਤਾਂ ਹੈਗਾ ਡਾਟਾ ਜੇ ਮੈਂ ਗੱਲ ਕਰਾਂ ਉੱਪਰ ਵਾਲੇ ਕਾਲਮ ਦੀ ਠੀਕ ਹੈ ਇਹ ਕੀ ਹੈ ਜੀ ਵੀ ਨੇਮ ਮੋਬਾਈਲ ਏਜ ਐਕਸਟਰਾ ਇਹ ਹੀ ਕੀ ਹੈ ਇਹ ਹੈਗਾ ਸਾਡਾ ਮੈਟਾ ਡਾਟਾ ਮੈਟਾ ਡਾਟਾ ਠੀਕ ਹੈ ਦੁਬਾਰਾ ਸੁਣੋ ਡਾਟਾ ਕੀ ਹੈ ਜੋ ਮਤਲਬ ਐਕਚੁਅਲ ਦੇ ਵਿੱਚ ਆਪਾਂ ਨੰਬਰ ਫਿਗਰਸ ਦੇਖ ਰਹੇ ਆ ਬਟ ਕੀ ਦੇਖ ਰਹੇ ਆ ਆਪਾਂ ਨਾਮ ਦੇਖ ਰਹੇ ਆ ਬੰਦਾ ਕੀ ਮੋਬਾਈਲ ਨੰਬਰ ਦੇਖ ਰਹੇ ਆ ਇਸ ਚੀਜ਼ ਨੂੰ ਆਪਾਂ ਕਹਿੰਦੇ ਜੀ ਮੈਟਾ ਡਾਟਾ ਉਸੇ ਤਰ੍ਹਾਂ ਐਥਿਕਸ ਕੀ ਹੈ ਐਥਿਕਸ ਕੀ ਹੈ ਜੀ ਸਹੀ ਗਲਤ ਦੀ ਪਛਾਣ ਠੀਕ ਹੈ ਮਤਲਬ ਐਥਿਕਸ ਹੋਣ ਕੀ ਬਦਲਦਾ ਹੈ ਵੀ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਇਹ ਤਾਂ ਹੈਗਾ ਸਾਡਾ ਐਥਿਕਸ ਬਟ ਜੇ ਆਪਾਂ ਗੱਲ ਕਰੀਏ ਐਥਿਕਸ ਐਕਚੁਅਲ ਦੇ ਵਿੱਚ ਕੀ ਹੈਗਾ ਠੀਕ ਹੈ ਐਥਿਕਸ ਆਪ ਹੀ ਕੀ ਹੈ ਇੱਕ ਤਾਂ ਗੱਲ ਹੁੰਦੀ ਹੈ ਵੀ ਕੋਈ ਕੰਮ ਮੋਰਲ ਹੈਗਾ ਕਿ ਨਹੀਂ ਹੈਗਾ ਇਹ ਗੱਲ ਕਰ ਰਹਾ ਮੈਂ ਵਰਕ ਦੀ ਕੋਈ ਇਮਰ ਐਕਸ਼ਨ ਕੋਈ ਮੋਰਲ ਐਥੀਕਲ ਇਹ ਗੱਲ ਕਰੀਏ ਐਥੀਕਲ ਹੈਗਾ ਜਾਂ ਨਹੀਂ ਹੈਗਾ ਠੀਕ ਹੈ ਇਹ ਤਾਂ ਗੱਲ ਹੋਈ ਆਪਣੀ ਐਥਿਕਸ ਜੀ ਬਟ ਜੇ ਮੈਂ ਗੱਲ ਕਰਾਂ ਐਥੀਕਲ ਐਕਸ਼ਨ ਹੀ ਕੀ ਹੁੰਦਾ ਐਥਿਕਸ ਹੀ ਹੁੰਦਾਗਾ ਤਾਂ ਉਹਨੂੰ ਮੈਂ ਕਹਾਂਗਾ ਜੀ ਮੈਟਾ ਐਥਿਕਸ ਠੀਕ ਹੈ ਤਾਂ ਮਤਲਬ ਤੁਸੀਂ ਇਸ ਐਗਜ਼ਾਮਪਲ ਤੋਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਠੀਕ ਹੈ ਇੱਥੇ ਸ਼ਾਇਦ ਅਨ ਕਲੈਰਿਟੀ ਨਾ ਆ ਰਹੀ ਹੋਵੇ ਬਟ ਆਪਾਂ ਨੂੰ ਇੱਥੋਂ ਕਲੈਰਿਟੀ ਜ਼ਰੂਰ ਆ ਜਾਊਗੀ ਇੱਕ ਤਾਂ ਦੇਖੋ ਐਕਸ਼ਨ ਦੀ ਐਥਿਕ ਐਥਿਕਸ ਐਥੀਕਲ ਹੈਗਾ ਕਿ ਨਹੀਂ ਹੈਗਾ ਇੱਕ ਤਾਂ ਇਹ ਚੀਜ਼ ਹੋਈ ਵੀ ਕੋਈ ਐਕਸ਼ਨ ਕੋਈ ਮੇਰਾ ਕੰਮ ਐਥੀਕਲ ਹੈ ਕਿ ਨਹੀਂ ਹੈ ਹੁਣ ਐਥਿਕਸ ਆਪ ਕੀ ਹੁੰਦਾ ਹੈਗਾ ਉਹ ਹੁੰਦਾ ਜੀ ਮੈਟਾ ਐਥਿਕਸ ਠੀਕ ਹੈ ਐਥਿਕਸ ਆਪ ਕੀ ਹੈ ਇਹਨਾਂ ਦੀ ਡੈਫੀਨੇਸ਼ਨ ਵਗੈਰਾ ਇਹ ਸਾਰਾ ਕੁਝ ਮੈਟਾ ਐਥਿਕਸ ਦੇ ਵਿੱਚ ਆ ਜਾਂਦਾ ਹੁਣ ਗੱਲ ਕਿ ਸਭ ਤੋਂ ਇੰਪੋਰਟੈਂਟ ਰਜੇ ਹੈਗਾ ਆਪਣਾ ਨੋਰਮੈਟਿਵ ਤੇ ਐਪਲਾਈਡ ਐਥਿਕਸ ਦੇਖੋ ਨੋਰਮੈਟਿਵ ਐਥਿਕਸ ਦੇ ਵਿੱਚ ਕੀ ਹੁੰਦਾ ਹੈਗਾ ਹੁਣ ਅਗੇ ਰਜੇ ਆਪਾਂ ਨੂੰ ਅਗਰ ਦੇਖਣਾ ਹੈ ਵੀ ਕੋਈ ਕੰਮ ਸਹੀ ਹੈ ਕੋਈ ਕੋਈ ਗਲਤ ਹੈਗਾ ਇਹ ਜੇ ਆਪਾਂ ਕਿਵੇਂ ਡਿਸਾਈਡ ਕਰਦੇ ਹਾਂ ਠੀਕ ਹੈ ਤਾਂ ਇੱਕ ਤਾਂ ਦੇਖੋ ਉਹ ਅਗਰ ਆਪਾਂ ਨੇ ਕੋਈ ਐਕਸ਼ਨ ਹੈ ਆਪਣਾ ਮੈਂ ਡਿਸਾਈਡ ਕਰਨਾ ਹੈ ਮੈਂ ਇਹ ਐਨਲਾਈਜ਼ ਕਰਨਾ ਹੈ ਕਿ ਮੇਰਾ ਐਕਸ਼ਨ ਸਹੀ ਹੈ ਕਿ ਗਲਤ ਹੈਗਾ ਨਾ ਇੱਕ ਤਾਂ ਰਸਤਾ ਇਹੀ ਹੈ ਰਜੇ ਕਿ ਮੇਰੇ ਐਕਸ਼ਨ ਕਰਨ ਨਾਲ ਮੇਰੇ ਕੋਈ ਕੰਮ ਕਰਨ ਨਾਲ ਕਿਸੇ ਨੂੰ ਕੋਈ ਫਾਇਦਾ ਹੋ ਰਿਹਾਗਾ ਕਿਸੇ ਦਾ ਕੋਈ ਭਲਾਈ ਹੋ ਰਹੀ ਹੈ ਗੁੱਡ ਹੋ ਰਹੀ ਹੈ ਕਿਸੇ ਦਾ ਠੀਕ ਹੈ ਫਿਰ ਤਾਂ ਜੇ ਉਹ ਐਕਸ਼ਨ ਹੋਗਾ ਉਹ ਅੱਛਾ ਹੋਗਾ ਮੇਰਾ ਠੀਕ ਹੈ ਜੇ ਮੈਂ ਕਿਸੇ ਦਾ ਭਲਾ ਕਰ ਰਿਹਾ ਤਾਂ ਮੇਰਾ ਐਕਸ਼ਨ ਗੁੱਡ ਹੋਊਗਾ ਇਹੀ ਮਤਲਬ ਹੋਇਆ ਨਾ ਐਥਿਕਸ ਬਾਰੇ ਕੀ ਸਿੱਖ ਰਹੇ ਆਪਾਂ ਵੀ ਕੋਈ ਕੰਮ ਦਾ ਫਾਇਦਾ ਹੈ ਕਿ ਨਹੀਂ ਹੈ ਕਰਨ ਦਾ ਠੀਕ ਹੈ ਕੋਈ ਕੰਮ ਸਹੀ ਹੈ ਕਿ ਗਲਤ ਹੈਗਾ ਉਹ ਠੀਕ ਹੈ ਅਗਰ ਕਿਸੇ ਦਾ ਫਾਇਦਾ ਹੋ ਰਿਹਾ 댓 ਮੀਨਸ ਉਹ ਕੰਮ ਸਹੀ ਹੈਗਾ ਤਾਂ ਇਸ ਚੀਜ਼ ਨੂੰ राजे ਜੀ ਜਦੋਂ ਆਪਾਂ ਦੇਖਦੇ ਆਂ ਵੀ ਫਾਈਨਲੀ ਜੋ ਕੰਮ ਹੋ ਰਿਹਾ ਉਹ ਸਹੀ ਹੋ ਰਿਹਾ ਕਿ ਨਹੀਂ ਹੋ ਰਿਹਾ ਜਦੋਂ ਆਪਾਂ ਐਂਡ ਦੇਖਦੇ ਆ ਬਿਲਕੁਲ ਆਪਣਾ ਕੰਮ ਨਹੀਂ ਦੇਖਦੇ ਵਾਲੇ ਆਪਾਂ ਐਂਡ ਦੇਖ ਰਹੇ ਆ ਵੀ ਕੀ ਉਸ ਕੰਮ ਦਾ ਐਂਡ ਵਧੀਆ ਹੈਗਾ ਤਾਂ ਉਹਨੂੰ ਆਪਾਂ ਕਹਿੰਦੇ ਆ राजे ਟੈਲੀਓਲੋਜੀਕਲ ਐਥਿਕਸ ਟੈਲੀਓਲੋਜੀਕਲ ਠੀਕ ਹੈ ਵੀ ਮੇਰੇ ਕੰਮ ਕਰਨ ਦੇ ਨਤੀਜੇ ਕੀ ਹੋਣਗੇ ਕਨਸੀਕਵੈਂਸਿਸ ਕੀ ਹੋਣਗੇ ਠੀਕ ਹੈ ਕਨਸੀਕਵੈਂਸਿਸ ਕੀ ਹੋਣਗੇ ਅਗਰ ਉਹ ਕਨਸੀਕਵੈਂਸਿਸ ਅੱਛੇ ਨੇਗੇ ਮੋਰਲ ਨੇ ਤਾਂ ਮੇਰਾ ਕੰਮ ਵੀ ਕੀ ਹੈ राजे ਐਥੀਕਲ ਕੰਮ ਹੈ ਮੇਰਾ ਠੀਕ ਹੈ ਇਹਨੂੰ ਆਪਾਂ ਕਹਿੰਦੇ ਆ ਟੈਲੀਓਲੋਜੀ ਠੀਕ ਹੈ ਇੱਕ ਹੁੰਦਾ ਰਜੇ ਡਿਓਨਟੋਲੋਜੀਕਲ ਐਥਿਕਸ ਇਹਦੇ ਵਿੱਚ ਕੀ ਹੁੰਦਾ ਨਾਹੀਂ ਸਿਰਫ ਨਤੀਜੇ ਨਾਹੀਂ ਸਿਰਫ ਕਾਂਸੀਕਵੈਂਸਿਸ ਬਟ ਤੁਸੀਂ ਕੰਮ ਕਰ ਕਿਵੇਂ ਰਹੋ ਤੁਹਾਡਾ ਮੀਨਸ ਕਿਵੇਂ ਹੈਗਾ ਇੱਥੇ ਤਾਂ ਸਿਰਫ ਸੀਗਾ ਜੀ ਐਂਡ ਇੱਥੇ ਐਂਡ ਮੈਟਰ ਕਰਦੇ ਨੇ ਵੀ ਐਂਡ ਵਧੀਆ ਹੋਣਾ ਚਾਹੀਦਾ ਸਿਰਫ ਠੀਕ ਹੈ ਡਸਨਟ ਮੈਟਰ ਕਿ ਮੀਨ ਕਿਵੇਂ ਹੈ ਤੁਸੀਂ ਕੰਮ ਕੀਤਾ ਕਿਵੇਂ ਉਹ ਮੈਟਰ ਨਹੀਂ ਕਰਦਾ ਹੈਗਾ ਐਂਡ ਵਧੀਆ ਹੋਣਾ ਚਾਹੀਦਾ ਫਿਰ ਤੁਹਾਡਾ ਕੰਮ ਐਥੀਕਲ ਹੋਊਗਾ ਬਟ ਡਿਓਨਟੋਲੋਜੀਕਲ ਐਥਿਕ ਦੇ ਵਿੱਚ ਤੁਹਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹੋ ਵੀ ਐਥੀਕਲ ਹੋਣਾ ਚਾਹੀਦਾ ਹੈਗਾ ਠੀਕ ਹੈ ਹੁਣ ਮੈਂ ਐਗਜ਼ਾਮਪਲ ਲਾਵਾਂ ਐਮਰਜੈਂਸੀ ਦੇ ਟਾਈਮ ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ ਫੋਰਸਡ ਫੋਰਸਡ ਸਟਰਲਾਈਜੇਸ਼ਨ ਕੀਤੀਆਂ ਸੀਗੀਆਂ ਠੀਕ ਹੈ ਨਸਬੰਦੀ ਕਹਿ ਸਕਦੇ ਆਪਾਂ ਤਾਂ ਇਹ ਧੱਕੇ ਨਾਲ ਕੀਤਾ ਸੀ ਕਾਰਨ ਕੀ ਸੀਗਾ ਐਂਡ ਕੀ ਸੀ ਕੀ ਮਤਲਬ ਮੋਟਿਵ ਕੀ ਸੀਗਾ ਪੋਪੂਲੇਸ਼ਨ ਕੰਟਰੋਲ ਕਰਨਾ ਹੁਣ ਦੇਖੋ ਪੋਪੂਲੇਸ਼ਨ ਕੰਟਰੋਲ ਕਰਨਾ ਤਾਂ ਅੱਛੀ ਗੱਲ ਹੈਗੀ ਬਟ ਤਰੀਕਾ ਕੀ ਸਹੀ ਸੀਗਾ ਨਹੀਂ ਤਾਂ ਇਹ ਰਜੇ ਡਿਓਨਟੋਲੋਜੀਕਲ ਐਥਿਕਸ ਦੇ ਵਿੱਚ ਨਹੀਂ ਆਊਗਾ ਇਹ ਜਿਹੜਾ ਇਹਦਾ ਰਸਤਾ ਸੀ ਮੀਨਸ ਸੀਗਾ ਥੈਟ ਵਾਸ ਨੋਟ ਏਥੀਕਲ ਠੀਕ ਹੈ ਤਾਂ ਇਹ ਐਕਸ਼ਨ ਵੀ ਏਥੀਕਲ ਨਹੀਂ ਹੋ ਸਕਦਾ ਫਿਰ ਠੀਕ ਹੈ ਇਹ ਐਕਸ਼ਨ ਵੀ ਏਥੀਕਲ ਆਬਵੀਅਸਲੀ ਨਹੀਂ ਹੋ ਸਕਦਾ ਚਾਹੇ ਐਂਡ ਹੀ ਵਧੀਆ ਕਿਉਂ ਨਾ ਹੋਵੇ ਬਟ ਮੀਨਸ ਵੀ ਵਧੀਆ ਹੋਣੇ ਚਾਹੀਦੇ ਨੇ ਇਹ ਸਾਨੂੰ ਮਿਲਦਾ ਜੀ ਡਿਓਨਟੋਲੋਜੀਕਲ ਐਥਿਕਸ ਦੇ ਵਿੱਚ ਟੈਲੀਓਲੋਜੀਕਲ ਦੇ ਵਿੱਚ ਕੀ ਹੈ ਸਿਰਫ ਐਂਡ ਮੈਟਰ ਕਰਦਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿਹੋ ਜਿਹਾ ਰਸਤਾ ਅਪਣਾਇਆ ਹੁਣ ਗੱਲ ਕਰੀਏ ਜੀ ਐਪਲਾਈਡ ਐਥਿਕਸ ਦੀ ਜੋ ਐਕਚੁਅਲ ਦੇ ਵਿੱਚ ਫੰਕਸ਼ਨ ਦੇ ਵਿੱਚ ਆਉਂਦਾ ਹੈ ਅਸੀਂ ਸਾਰੀ ਐਥੀਕਲ ਚੀਜ਼ਾਂ ਪੜ੍ਹਨੀ ਆ ਕੀ ਸਹੀ ਹੈ ਕੀ ਗਲਤ ਹੈ ਹੁਣ ਐਕਚੁਅਲ ਦੇ ਵਿੱਚ ਉਸ ਐਥਿਕਸ ਨੂੰ ਜਦੋਂ ਆਪਾਂ ਆਪਣੀ ਰੀਅਲ ਲਾਈਫ ਦੇ ਵਿੱਚ ਅਪਲਾਈ ਕਰਾਂਗੇ ਉਹਨੂੰ ਆਪਾਂ ਕਹਿੰਦੇ ਜੀ ਐਪਲਾਈਡ ਐਥਿਕਸ ਠੀਕ ਹੈ ਗੱਲ ਕਰੀ ਆਪਾਂ ਵਾਰ ਦੀ ਇੱਕ ਜੰਗ ਦੀ ਗੱਲ ਕਰੀਏ ਕੀ ਕੋਈ ਜੰਗ ਲੜਨੀ ਹੈ ਹੁਣ ਠੀਕ ਹੈ ਹੁਣ ਦੇਖੋ ਜੰਗ ਦੇ ਵਿੱਚ ਕੀ ਹੈ ਕਤਲੇਆਮ ਹੀ ਹੋਊਗਾ ਆਬਵੀਅਸਲੀ ਗੱਲ ਹੈਗੀ ਠੀਕ ਹੈ ਹੁਣ ਉਸ ਜਿਹੜਾ ਕਤਲੇਆਮ ਹੈ ਉਸ ਦਾ ਪਰਪਸ ਕੀ ਹੈ ਬੰਦੇ ਦਾ ਠੀਕ ਹੈ ਅਸੀਂ ਜੇ ਕੋ ਫੌਜੀ ਹੈ ਫੌਜੀ ਕਿਸੇ ਜਿਹੜੇ ਵਿਰੋਧੀ ਨੂੰ ਮਾਰਦਾ ਆਪਣੀ ਦੁਸ਼ਮਣ ਨੂੰ ਮਾਰਦਾ ਹੈਗਾ ਠੀਕ ਹੈ ਮਾਰ ਹੈਗਾ ਤਾਂ ਮਾਰ ਹੀ ਰਿਹਾ ਨਾ ਮਰਡਰੀ ਕਰ ਰਿਹਾ ਇੱਕ ਤਰ੍ਹਾਂ ਦਾ ਕਤਲੇਆਮ ਹੀ ਕਰ ਰਿਹਾ ਹੈਗਾ ਬਟ ਉਸ ਦਾ ਪਰਪਸ ਕੀ ਹੈਗਾ ਉਸ ਦਾ ਪਰਪਸ ਆਪਣੀ ਕੰਟਰੀ ਨੂੰ ਡਿਫੈਂਡ ਕਰਨਾ ਠੀਕ ਹੈ ਤਾਂ ਇੱਥੇ ਐਥਿਕਸ ਦਾ ਕੰਮ ਆਉਂਦਾ ਹੈ ਕਿ ਮੈਂ ਕਿਸੇ ਨੂੰ ਮਾਰਨਾ ਕਿ ਨਹੀਂ ਮਾਰਨਾ ਇਨ ਜਨਰਲ ਅਬਰ ਕਿਸ ਨੂੰ ਮਾਰਾਂਗੇ ਤਾਂ ਉਹ ਕੀ ਹੋਗਾ ਅਨੈਥੀਕਲ ਹੋਊਗਾ ਬਟ ਜਦੋਂ ਜੰਗ ਦੇ ਟਾਈਮ ਦੇ ਵਿੱਚ ਕਿਸੇ ਨੂੰ ਮਾਰਨਾ ਉਹ ਅਨੈਥੀਕਲ ਨਹੀਂ ਕਿਹਾਇਆ ਜਾਊਗਾ ਠੀਕ ਹੈ ਕਿ ਇਹ ਕਿਹਾਇਆ ਜਾਊ ਹੋ ਨਹੀਂ ਕਿਹਾਇਆ ਜਾਊ ਇਹ ਬਾਤ ਦੀ ਗੱਲ ਹੈਗੀ ਉਹਦਾ ਮਤਲਬ ਇਹਦੇ ਵਿੱਚ ਆਉਂਦਾ ਜੋਲੋਜੀ ਤਾਂ ਹੁਣ ਆਪਾਂ ਪਿਓਰਲੀ ਔਰ ਪਿਓਰਲੀ ਰਜੇ ਕੀ ਹੈ ਇਸ 슬ਾਈਡ ਤੋਂ ਬਾਅਦ ਆਪਾਂ ਬਿਲਕੁਲ ਹੀ ਕੁਐਸਚਨ ਪੁਆਇੰਟ ਆਫ ਊ ਵੀ ਤੋਂ ਗੱਲ ਕਰਾਂਗੇ ਠੀਕ ਹੈ ਥੋੜਾ ਜਿਹਾ ਆਪਾਂ ਇੱਕ ਵਾਰੀ ਹੋਰ ਦੇਖ ਲਈਏ ਇੱਥੋਂ ਵੀ ਕੁਐਸਚਨ ਬਣ ਸਕਦਾ ਹੈਗਾ ਕੁਝ ਹੋਰ ਟਰਮਸ ਦੇਖ ਲਈਏ ਦੇਖੋ ਜਿਹੜਾ ਐਥਿਕਸ ਹੈ ਆਪਾਂ ਕਹਿ ਰਹੇ ਐਥਿਕਸ ਦੀ ਡੈਫੀਨੇਸ਼ਨ ਕੀ ਬੜੀ ਸੇ ਆਪਣੇ ਕਿ ਉਹ ਸੈਟ ਆਫ ਟਰੈਡੀਸ਼ਨਸ ਜੋ ਇੱਕ ਸੋਸਾਇਟੀ ਦੇ ਵਿੱਚ ਹੁੰਦੇ ਨੇਗੇ ਇੱਕ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਨੇ ਠੀਕ ਹੈ ਵੀ ਆਪਾਂ ਨੂੰ ਵੱਡਿਆਂ ਦੀ ਆਦਰ ਕਰਨਾ ਚਾਹੀਦਾ ਹੈਗਾ ਠੀਕ ਹੈ ਇਹ ਸਭ ਉਹ ਸਭ ਠੀਕ ਹੈ ਇੱਕ ਹੁੰਦਾ ਹੈ ਵੈਲਿਊਜ਼ ਇਹਨਾਂ ਨੂੰ ਤੁਸੀਂ ਤਿੰਨੇ ਵਰਡਸ ਨੂੰ ਇੰਟਰਚੇਂਜੇਬਲ ਯੂਜ਼ ਕਰ ਸਕਦੇ ਹੋ ਠੀਕ ਹੈ ਕਰਦੇ ਵੀ ਹੋਊਗਾ ਠੀਕ ਹੈ ਇਹਨਾਂ ਨੂੰ ਤੋਂ ਇਹਨਾਂ ਨੂੰ ਤੋਂ ਨੂੰ ਫਰਕ ਨਹੀਂ ਲੱਗ ਰਿਹਾ ਹੁਣ ਵੀ ਫਰਕ ਹੈ ਇਹਦੇ ਵਿੱਚ ਬਟ ਬੇਸਿਕ ਜਿਹਾ ਫਰਕ ਇਹ ਹੈ ਐਥਿਕਸ ਜਿਹੜਾ ਹੈਗਾ ਉਹ ਸੋਸਾਇਟੀ ਨਾਲ ਕਨਸਰਨਡ ਹੈ ਪੂਰੇ ਪੂਰੇ ਸਮਾਜ ਨਾਲ ਕਨਸਰਨਡ ਹੈ ਜਿਹੜੀਆਂ ਵੈਲਿਊਜ਼ ਨੇ ਉਹ ਇੰਡੀਵਿਜੂਅਲ ਪ੍ਰੇਫਰੈਂਸਿਸ ਨਹੀਂ ਆ ਠੀਕ ਹੈ ਮੰਨ ਲਓ ਰਜੀਵ ਵੈਜੀਟੇਨਰੀ ਆਪਾਂ ਕਰੀਏ ਵੈਜੀਟੇਨਿਜ਼ਮ ਠੀਕ ਹੈ ਕੋਈ ਬੰਦਾ ਵੈਜੀਟੇਰੀਅਨ ਹੈ ਕਿ ਨਹੀਂ ਹੈ ਹੁਣ ਇਹ ਕੀ ਹੈ ਰਜੀਵ ਇਹ ਬੰਦੇ ਦੀ ਇੰਡੀਵਿਜੂਅਲ ਪ੍ਰੇਫਰੈਂਸ ਹੈਗੀ ਹੈ ਕੋਈ ਕਿਸੇ ਸਮਾਜ ਦੇ ਵਿੱਚ ਹੋ ਸਕਦਾ ਆਪਣੀ ਜਿਹੜੀ ਮਤਲਬ ਸੋਸਾਇਟੀ ਹੈਗੀ ਆ ਹੋ ਸਕਦਾ ਉਹ ਵੈਜੀਟੇਰੀਅਨ ਹੋਵੇ ਠੀਕ ਹੈ ਪਿਓਰਲੀ ਵੈਜੀਟੇਰੀਅਨ ਹੋਵੇ ਬਟ ਉਸ ਤੋਂ ਇੱਕ ਬੰਦਾ ਉਸ ਸੋਸਾਇਟੀ ਦੇ ਇੱਕ ਬੰਦਾ ਉਹ ਕਹੂਗਾ ਮੈਂ ਨਹੀਂ ਹੈਗਾ ਮੈਂ ਨਹੀਂ ਵੈਜੀਟੇਰੀਅਨ ਹੈਗਾ ਮੈਂ ਨਾਨ-ਵੈਜ ਖਾਵਾਂਗਾ ਠੀਕ ਹੈ ਤਾਂ ਇਹ ਕੀ ਹੈ ਇਹ ਇੰਡੀਵਿਜੂਅਲ ਪ੍ਰੈਫਰੈਂਸਿਸ ਨੇ ਅਗੇਨ ਸਹੀ ਗੱਲ ਦੀ ਗੱਲ ਨਹੀਂ ਹੋ ਰਹੀ ਹੈਗੀ ਵੀ ਕੀ ਸਹੀ ਹੈ ਕੀ ਗਲਤ ਹੈ ਜਸਟ ਗੱਲ ਹੈ ਵੀ ਕੋਈ ਸੋਸਾਇਟੀ ਦੇ ਵਿੱਚ ਕੁਝ ਉਚਿਤ ਹੋਰ ਹੋ ਸਕਦੀ ਹੈ ਬਟ ਕਿਸੇ ਬੰਦੇ ਦੀ ਪਰਸਨਲ ਵੈਲਿਊਜ਼ ਇੰਡੀਵਿਜੂਅਲ ਵੈਲਿਊਜ਼ ਕੁਝ ਹੋਰ ਹੋ ਸਕਦੀਆਂ ਨੇ ਠੀਕ ਹੈ ਤਾਂ ਯਾਰ ਕੁਐਸਚ हमेशा, चा, ये, ये moral. Moral, हमेशा हमेशा. हमेशा, एथिक्स हमेशा सोसाइटी के ਨਾਲ कंसर्न ਹੁੰਦਾ ਠੀਕ ਹੈ ਪੂਰੀ ਸੋਸਾਇਟੀ ਕੀ ਸਮਝਦੀ ਹੋ ਉਸ ਚੀਜ਼ ਤੋਂ ਠੀਕ ਹੈ ਕੋਈ ਚੀਜ਼ ਚਾਹੇ ਤੁਹਾਡੇ ਲਈ ਸਹੀ ਹੋ ਸਕਦੀ ਹੈ ਬਟ ਸੋਸਾਇਟੀ ਲਈ ਉਹ ਚੀਜ਼ ਗਲਤ ਹੋ ਸਕਦੀ ਹੈ ਠੀਕ ਹੈ ਇਹ ਹੋ ਸਕਦਾ ਹੈ ਇੱਕ ਚੀਜ਼ ਹੁੰਦੀ ਹੈ ਜਿਹੜੇ ਮੋਰਲਸ ਮੋਰਲ ਦੇਖੋ ਹਮੇਸ਼ਾ ਕੀ ਹੈ ਸਹੀ ਹੋਣਗੇ ਗੁੱਡਨੈਸ ਹੋਊਗੀ ਹਮੇਸ਼ਾ ਹਮੇਸ਼ਾ ਗੁੱਡਨੈਸ ਦਾ ਕਨਸੈਪਟ ਆਊਗਾ ਦੇਖੋ ਜਿਹੜੇ ਐਥਿਕਸ ਨੇ ਨਾ ਕਿਉਂਕਿ ਆਪਾਂ ਗੱਲ ਕਰਦੇ ਆ ਡੈਫੀਨੇਸ਼ਨ ਕੀ ਸੀ ਵੀ ਜੋ ਸੈਟ ਆਫ ਟ੍ਰੈਡੀਸ਼ਨ ਜੋ ਰੂਲਸ ਸੋਸਾਇਟੀ ਦੇ ਵਿੱਚ ਚੱਲਦੇ ਆ ਰਹੇ ਨੇ ਲੰਬੇ ਸਮੇਂ ਤੋਂ ਉਹ ਐਥਿਕਸ ਨੇ ਹੁਣ ਜਿਹਦੇ ਜਿਵੇਂ ਗੱਲ ਕਰੀਏ ਮੈਂ ਸ ਸਤੀ ਪ੍ਰਥਾ ਜੁਰ ਤੱਕ ਬੈਨ ਨਹੀਂ ਹੋਈ ਉਦੋਂ ਤੱਕ ਤਾਂ ਚੱਲਦੀ ਸੀਗੀ ਨਾ ਯਾਨੀ ਕਿ ਸੋਸਾਇਟੀ ਦੇ ਵਿੱਚ ਇਹ ਚੀਜ਼ਾਂ ਕਵੀ ਕਾਫੀ ਸਾਲਾਂ ਤੋਂ ਚੱਲਦੀ ਆ ਰਹੀਆਂ ਸੀ ਔਰ ਇਹਨਾਂ ਨੂੰ ਵਧੀਆ ਵੀ ਮੰਨਿਆ ਜਾਂਦਾ ਸੀਗਾ ਕਿ ਹੋਣਾ ਚਾਹੀਦਾ ਇਹ ਚੀਜ਼ ਠੀਕ ਹੈ ਤਾਂ ਦੈਟ ਮੀਨਸ ਇਹ ਉਸ ਟਾਈਮ ਤੇ ਸੋਸਾਇਟੀ ਦੇ ਕੀ ਸੀ ਜੀ ਇਹ ਵੀ ਐਥਿਕਸ ਸੀ ਸੀਗੇ ਅਗੇਨ ਮੈਂ ਕਹਿ ਰਿਹਾ ਐਥਿਕਸ ਰਾਜੇ ਸਹੀ ਵੀ ਹੋ ਸਕਦੇ ਨੇ ਗਲਤ ਵੀ ਹੋ ਸਕਦੇ ਨੇ ਤਾਂ ਜੇ ਸਤੀ ਪ੍ਰਥਾ ਦੀ ਅਪ ਗੱਲ ਕਰੀਏ ਇਹ ਜਿਹੜਾ ਐਥਿਕਸ ਹੈ ਇਹ ਇਮੋਰਲ ਐਥਿਕ ਹੈਗਾ ਇਮੋਰਲ ਹੈਗਾ ਠੀਕ ਹੈ ਇਮੋਰਲ ਨਹੀਂ ਹੋ ਸਕਦਾ ਇਹ ਨੈਤਿਕ ਕਦੇ ਵੀ ਨਹੀਂ ਹੋ ਸਕਦੀ ਸਦੀ ਪ੍ਰਥਾ ਤਾਂ ਐਥਿਕਸ ਰਜੇ ਇਮੋਰਲ ਵੀ ਹੋ ਸਕਦੇ ਨੇਗੇ ਜੇ ਅਪ ਗੱਲ ਕਰੀਏ ਵੱਡਿਆਂ ਦਾ ਆਦਰ ਕਰਨਾ ਰਿਸਪੈਕਟ ਕਰਨੀ ਹੈ ਠੀਕ ਹੈ ਰਿਸਪੈਕਟ ਹੈਗਾ ਨਹੀਂ ਵੀ ਕੀ ਹੈ ਜੀ ਇਹ ਵੀ ਸਾਡੇ ਐਥਿਕਸ ਦੇ ਵਿੱਚ ਹੀ ਹੈ ਬਟ ਇਹ ਕੀ ਹੈ ਜੀ ਹੁਣ ਇਹ ਇਮੋਰਲ ਹੈਗੀ ਹੈ ਤਾਂ ਐਥਿਕਸ ਰਜੇ ਇਮੋਰਲ ਵੀ ਹੋ ਸਕਦਾ ਔਰ ਮੋਰਲ ਵੀ ਹੋ ਸਕਦਾ ਹੈ ਕਿਉਂਕਿ ਐਥਿਕਸ ਦੀ ਡੈਫੀਨੇਸ਼ਨ ਕੀ ਹੈ ਇਹ ਸੋਸਾਇਟੀ ਦੇ ਟ੍ਰੈਡੀਸ਼ਨਸ ਨੇ ਚੋਂ ਚੱਲਦੇ ਆ ਰਹੇ ਨੇਗੇ ਠੀਕ ਹੈ ਇਹ ਚੇਂਜ ਵੀ ਹੋ ਸਕਦੇ ਨੇ ਟਾਈਮ ਟਾਈਮ ਆਪਾਂ ਇਹ ਵੀ ਗੱਲ ਕੀਤੀ ਸੀ ਪਹਿਲਾਂ ਸਟਾਰਟਿੰਗ ਦੇ ਵਿੱਚ ਕਿ ਐਥਿਕਸ ਚੇਂਜ ਹੋ ਸਕਦੇ ਨੇਗੇ ਪਹਿਲਾਂ ਸਾਡੇ ਸਤੀਪ੍ਰਥਾ ਸੁਸਾਇਟੀ ਦੇ ਵਿੱਚ ਐਥਿਕਸ ਹੈਗੀ ਸੀ ਬਟ ਹੁਣ ਈਵਨ ਚਾਹੇ ਕਾਨੂੰਨ ਬਣ ਗਿਆ ਬਟ ਹੁਣ ਤਾਂ ਅਸੀਂ ਆਪ ਵੀ ਨਹੀਂ ਸਮਝਦੇ ਇਸ ਚੀਜ਼ ਨੂੰ ਵੀ ਇਹ ਚੀਜ਼ ਮਾੜੀ ਹੁਣ ਤਾਂ ਸਾਨੂੰ ਵੀ ਪਤਾ ਲੱਗਿਆ ਵੀ ਇਹ ਚੀਜ਼ ਮਾੜੀ ਹੈਗੀ ਹੈ ਹੁਣ ਸਾਡੇ ਐਥਿਕਸ ਦੇ ਵਿੱਚ ਵੀ ਇਹ ਚੀਜ਼ ਆ ਗਈ ਠੀਕ ਹੈ ਬਟ ਪਹਿਲਾਂ ਚੱਲਦੀ ਆ ਰਹੀ ਸੀਗੀ ਇਹ ਚੀਜ਼ ਤਾਂ ਐਥਿਕਸ ਚੇਂਜ ਹੁੰਦੇ ਰਹਿੰਦੇ ਨੇ ਠੀਕ ਹੈ ਬਟ ਜੇ ਗੱਲ ਕਰਾਂ ਮੋਰਲਸ ਦੀ ਇਹ ਹਮੇਸ਼ਾ ਅੱਛੇ ਹੀ ਹੋਣਗੇ ਠੀਕ ਹੈ ਈਵਨ ਰਾਜੇ ਮੋਰਲਸ ਨੂੰ ਨੇ ਠੀਕ ਹੈ ਮੋਰੈਲਿਟੀ ਨੈਤਿਕਤਾ ਕਿਸੇ ਦਾ ਟਾਈਮ ਦੇ ਵਿੱਚ ਅਸੀਂ ਕੀ ਕੀ ਕਿਹੜਾ ਨੈਤਿਕ ਕੰਮ ਕਰਨਾ ਚਾਹੀਦਾ ਉਹ ਸਾਡੇ ਮੋਰੈਲਿਟੀ ਦੇ ਵਿੱਚ ਆ ਜੂਗਾ ਤਾਂ ਕੁਐਸਚਨ ਪੁਆਇੰਟ ਆਫ ਥੋ ਕੀ ਯਾਦ ਕਰਨਾ ਹੈ ਐਥਿਕਸ ਸੋਸਾਇਟੀ ਨਾਲ ਕਨਸਰਨਡ ਹੈ ਵੈਲਿਊਜ਼ ਇੰਡੀਵਿਜੂਅਲ ਪ੍ਰੇਫਰੈਂਸਿਸ ਹੋ ਜਾਣਗੀਆਂ ਠੀਕ ਹੈ ਜੀ ਚਲੋ ਹੁਣ ਪਿਓਰਲੀ ਪਿਓਰਲੀ ਅੱਜ ਕੁਐਸਚਨ ਪੁਆਇੰਟ ਉੱਤੇ ਗੱਲ ਕਰਾਂਗੇ ਆਪਾਂ ਠੀਕ ਹੈ ਕਿਉਂਕਿ ਦੇਖੋ ਐਥਿਕਸ ਦੇ ਵਿੱਚੋਂ ਕੁਐਸਚਨ ਇੱਥੋਂ ਹੀ ਬਣ ਸਕਦਾ ਹੈਗਾ ਕਿ ਕਿਹੜੇ ਥਿੰਕਰ ਨੇ ਕਿਹੜੀ ਗੱਲ ਕਹੀ ਠੀਕ ਹੈ ਕਿਉਂਕਿ ਇਸ ਟਾਪਿਕ ਦੇ ਵਿੱਚੋਂ ਇਸ ਸੈਕਸ਼ਨ ਦੇ ਅਦਰਵਾਈਜ਼ ਐਥਿਕਸ ਜਿਹੜਾ ਸਬਜੈਕਟ ਹੈ ਨਾ ਬੱਚੇ ਇਹ ਕੀ ਹੈ ਇਹ ਟੋਟਲੀ ਅਰਚੋਟਿੰਗ ਸਬਜੈਕਟਿਵ ਹੈਗਾ ਠੀਕ ਹੈ ਰਿਟਨ ਪੇਪਰ ਵਾਸਤੇ ਆਏ ਪਏ ਜਿਹੜਾ ਟਾਪਿਕ ਹੈ ਹੁਣ ਜੇ ਐਸਆਈ ਦੇ ਐਗਜ਼ਾਮ ਦੇ ਵਿੱਚ ਆਬਜੈਕਟਿਵ ਪੇਪਰ ਦੇ ਵਿੱਚ ਇਹ ਚੀਜ਼ ਪੁੱਛਣੇ ਨੇ ਤਾਂ ਦੈਟ ਮੀਨਸ ਐਗਜ਼ਾਮੀਨਰ ਐਗਜ਼ਾਮੀਨਰ ਵਾਸਤੇ ਵੀ ਚੈਲੰਜ ਹੈ ਵੀ ਕੁਐਸਚਨ ਕਿੱਥੋਂ ਬਣਾਵੇ ਠੀਕ ਹੈ ਤਾਂ ਇੱਕ ਬਹੁਤ ਹੀ ਜਿਹੜਾ ਆਪਟੀਮਲ ਏਰੀਆ ਹੈਗਾ ਉਹ ਇਹੀ ਵਾਲਾ ਏਰੀਆ ਹੈ ਵੀ ਥਿੰਕਰਸ ਜੋ ਸਾਡੇ ਸਮਾਜ ਦੇ ਵਿੱਚ ਪਰਸਨੈਲਿਟੀਆਂ ਹੋਈਆਂ ਨੇਗੀਆਂ ਆਪਣੇ ਸਮਾਜ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਕਿਤੇ ਵੀ ਹੋਏ ਨੇ ਉਹਨਾਂ ਥਿੰਕਰਸ ਨੇ ਉਹਨਾਂ ਫਿਲਾਸਫਰਸ ਨੇ ਕਿਹੜੇ ਕਿਹੜੇ ਗੱਲਾਂ ਕਹੀਆਂ ਨੇ ਤਾਂ ਇੱਥੋਂ ਐਗਜ਼ਾਮੀਨਰ ਨੂੰ ਕੁਐਸਚਨ ਬਣਾਉਣ ਦਾ ਬੜਾ ਸੌਖਾ ਹੈਗਾ ਠੀਕ ਹੈ ਔਰ ਇਹੀ ਸਾਨੂੰ ਪੜ੍ਹਨਾ ਵੀ ਸੌਖਾ ਹੈਗਾ ਠੀਕ ਹੈ ਤਾਂ ਇਹ ਪੜ੍ਹਨੇ ਆਪਾਂ ਚੰਗੀ ਤਰ੍ਹਾਂ ਤਾਂ ਸਭ ਤੋਂ ਪਹਿਲਾਂ ਹੁੰਦੇ ਨੇ ਜੀ ਆਪੇ ਕੋਲੇ ਥੋਮਸ ਹੌਪਸ ਠੀਕ ਹੈ ਥੋਮਸ ਹੌਪਸ ਉਹ ਲੱਜ ਥਿੰਕਰ ਨੇ ਇਹਨਾਂ ਨੇ ਇੱਕ ਥਿਉਰੀ ਦਿੱਤੀ ਸੋਸ਼ਲ ਕੰਟਰੈਕਟ ਥਿਉਰੀ ਦੇਖੋ ਇੱਕ ਪਹਿਲੀ ਗੱਲ ਦਾ ਧਿਆਨ ਦੇਣੀ ਹੈ ਆਪਾਂ ਐਥਿਕਸ ਪੜ੍ਹ ਹੁਣ ਇਹੀ ਚੀਜ਼ਾਂ ਡਿਸਾਈਡ ਕਰਨ ਵਾਸਤੇ ਸਹੀ ਗਲਤ ਡਿਸਾਈਡ ਕਰਨ ਵਾਸਤੇ ਅਲੱਗ-ਅਲੱਗ ਥਿੰਕਰਸ ਨੇ ਥਿਉਰੀਜ਼ ਦਿੱਤੀਆਂ ਨੇ ਗਿਆ ਠੀਕ ਹੈ ਹੁਣ ਵਾਰੀ-ਵਾਰੀ ਆਪਾਂ ਪੜ੍ਹਾਂਗੇ ਕੀ ਚੀਜ਼ ਆਉਗੀ ਤਾਂ ਥੋਮਸ ਹੌਪਸ ਦੀ ਰਜੇ ਥਿਉਰੀ ਹੈਗੀ ਜਿਹੜੀ ਸੋਸ਼ਲ ਕੰਟਰੈਕਟ ਥਿਉਰੀ ਇਹ ਥਿਉਰੀ ਕੀ ਹੈ ਰਜੇ ਠੀਕ ਹੈ ਇਹ ਥਿਉਰੀ ਹੈਗੀ ਬੇਸਿਕਲੀ ਵੀ ਜਿਵੇਂ ਆਪਾਂ ਗੱਲ ਕਰੀ ਡੈਮੋਕ੍ਰੇਸੀ ਦੀ ਲੋਕਾਂ ਨੇ ਰਜੇ ਕੀ ਕੀਤਾ ਲੋਕਾਂ ਨੇ ਸਰਕਾਰ ਚੁਣੀ ਹੈਗੀ ਆ ਲੋਕਾਂ ਨੇ ਗਵਰਨਮੈਂਟ ਚੁਣੀ ਹੈ ਕਦੇ ਵਾਸਤੇ ਚੁਣੀ ਹੈ ਵੀ ਆਪਣੇ ਲੋਕਾਂ ਦੇ ਉੱਪਰ ਹੀ ਰੂਲ ਕਰਨ ਵਾਸਤੇ ਲੋਕਾਂ ਨੇ ਸਰਕਾਰ ਚੁਣੀ ਹੈ ਆਪਣੇ ਉੱਪਰ ਹੀ ਰੂਲ ਇਨਾਂ ਦੇ ਵਿੱਚ ਕੀ ਹੈ ਇੱਕ ਕੰਟਰੈਕਟ ਹੈਗਾ ਠੀਕ ਹੈ ਲੋਕਾਂ ਦੇ ਵਿੱਚ ਤੇ ਸਰਕਾਰ ਦੇ ਵਿੱਚ ਇੱਕ ਕੰਟਰੈਕਟ ਹੈ ਵੀ ਅਸੀਂ ਤੁਹਾਨੂੰ ਚੁਣਦਾਂਗੇ ਔਰ ਤੁਸੀਂ ਸਾਡੇ ਉੱਪਰ ਰਾਜ ਕਰਿਓ ਸਾਡੇ ਉੱਪਰ ਰੂਲ ਕਰਿਓ ਤਾਂ ਕਿ ਇੱਕ ਆਰਡਰ ਬਣਿਆ ਰਹੇ ਸੁਸਾਇਟੀ ਦੇ ਵਿੱਚ ਠੀਕ ਹੈ ਅਨਾਰਕੀ ਨਾ ਹੋਵੇ ਇੱਕ ਆਰਡਰ ਬਣਿਆ ਰਹੇ ਤਾਂ ਇੱਕ ਕੰਟਰੈਕਟ ਅਸੀਂ ਸਾਈਨ ਕੀਤਾ ਹੈ ਸਰਕਾਰ ਦੇ ਨਾਲ ਆਪਾਂ ਕਹਿ ਸਕਦੇ ਹਾਂ ਠੀਕ ਹੈ ਤਾਂ ਇਹ ਹੈਗੇ ਜੀ ਸੋਸ਼ਲ ਕੰਟਰੈਕਟ ਥਿਰੀ ਕਈ ਹੋਰ ਵੀ ਥਿੰਕਰ ਜਿਵੇਂ ਜੇ ਮੈਂ ਆਪਾਂ ਗੱਲ ਕਰੀਏ ਰੂਸੋ ਦੀ ਠੀਕ ਹੈ ਰੂਸੋ ਨੂੰ ਵੀ ਜਿਹੜਾ ਕੀ ਹੈ ਇਸ ਥਿਊਰੀ ਦੇ ਨਾਲ ਅਸੋਸੀਏਟ ਕੀਤਾ ਜਾਂਦਾ ਹੁੰਦਾ ਤਾਂ ਕਈ ਥਿੰਕਰਸ ਨੇ ਇਹਦੇ ਬਾਰੇ ਗੱਲ ਕੀਤੀ ਹੈ ਥੋਮਸ ਹੋਬ ਵੀ ਉਹਨਾਂ ਦੇ ਵਿੱਚੋਂ ਇੱਕ ਸੀਗੇ ਠੀਕ ਹੈ ਤਾਂ ਜਦੋਂ ਵੀ ਅਗਰ ਕੁਐਸਚਨ ਆਉਂਦਾ ਕਿ ਸੋਸ਼ਲ ਕੰਟਰੈਕਟ ਥਿਊਰੀ ਤਾਂ ਥੋਮਸ ਹੋਬਸ ਦਾ ਆਪਾਂ ਅਨਸਰ ਕਰ ਸਕਦੇ ਹਾਂ ਠੀਕ ਹੈ ਤਾਂ ਕੀ ਹੈ ਰੱਜੀ ਇਹਦੇ ਵਿੱਚ ਕਿ ਜਿਹੜੇ ਇਹ ਜਿਹੜਾ ਥੋਮਸ ਹੋਬਸ ਹੈ ਇਹ ਕਹਿੰਦਾ ਵੀ ਜਿਹੜੇ ਥੋੜੇ ਸੋਸਾਇਟੀ ਦੇ ਕਾਨੂੰਨ ਨੇ ਥੋੜੇ ਸਮਾਜ ਦੇ ਥੋੜੇ ਦੇਸ਼ ਦੇ ਕਾਨੂੰਨ ਨੇ ਦੇ ਡਿਟਰਮਨ ਐਥਿਕਸ ਆਫ ਸੋਸਾਇਟੀ ਠੀਕ ਹੈ ਹੁਣ ਜਿਵੇਂ ਆਪਾਂ ਗੱਲ ਕਰੀ ਸਤੀ ਦੀ ਇਹ ਹੀ ਠੀਕ ਹੈ ਸਤੀ ਰਾਜੀ ਅਦਰਵਾਈਜ਼ ਇਹਨੂੰ ਇੱਕ ਸੈਂਕਸ਼ਨ ਹੈਗਾ ਸੀਗਾ ਮੋਰਲ ਸੈਂਕਸ਼ਨ ਹੈਗਾ ਸੀਗਾ ਵੀ ਲੋਕੀ ਇਹਨੂੰ ਕਰਦੇ ਸੀਗੇ ਠੀਕ ਹੈ ਸੋਸ਼ਲ ਸੈਂਕਸ਼ਨ ਹੈਗਾ ਸੀ ਬਿਲਕੁਲ ਬਟ ਜਦੋਂ ਹੀ 1829 ਦੇ ਵਿੱਚ ਇਹ ਬੈਨ ਹੋਈ ਠੀਕ ਹੈ ਵਿਲੀਅਮ ਬੈਂਡਿੰਗ ਨੇ ਬੈਨ ਕੀਤੀ ਤਾਂ ਉਹ ਤੋਂ ਬਾਅਦ ਸਾਡੇ ਸੋਸਾਇਟੀ ਦੇ ਐਥਿਕਸ ਕੀ ਬਣ ਗਿਆ ਕਿ ਹਾਂਜੀ ਸਤੀ ਪ੍ਰਤਾ ਹੁਣ ਗਲਤ ਹੈ ਪਹਿਲਾਂ ਅਸੀਂ ਸੱਤੀ ਨੂੰ ਸਹੀ ਸਮਝਦੇ ਸੀ ਬਟ ਹੁਣ ਗਲਤ ਸਮਝਿਆ ਕਿਉਂ ਕਿਵੇਂ ਕਿਉਂਕਿ ਹੁਣ ਲਾਅ ਬਣ ਗਿਆ ਥੈਟ ਮੀਨਸ ਲਾਅ ਕੈਨ ਆਲਸੋ ਡਿਟਰਮਾਈਨ ਅ ਐਥਿਕਸ ਆਫ ਸੋਸਾਇਟੀ ਜੂਆ ਖੇਡਣਾ ਜੇ ਅਗਰ ਜੂਆ ਖੇਡਣ ਦੇ ਖਿਲਾਫ ਕੋਈ ਕਾਨੂੰਨ ਹੈਗਾ ਥੈਟ ਮੀਨਸ ਉਹ ਮਾੜੀ ਚੀਜ਼ ਹੈ ਤੇ ਉਹਦੇ ਅਗੇਨ ਉਹ ਵੀ ਸੜਕੀ ਹੈ ਐਥਿਕਸ ਡਿਸਾਈਡ ਕਰ ਰਿਹਾ ਸੋਸਾਇਟੀ ਦਾ ਠੀਕ ਹੈ ਤਾਂ ਜਿਹੜੇ ਕਾਨੂੰਨ ਨੇ ਉਹ ਵੀ ਡਿਸਾਈਡ ਕਰ ਸਕਦੇ ਨੇ ਇਹ ਕੌਣ ਕਹਿ ਰਿਹਾ ਜੀ ਥੋਮਸ ਹੋਪਸ ਕਹਿ ਰਿਹਾਗਾ ਬਟ ਹੁਣ ਜਿਵੇਂ ਆਪਾਂ ਗੱਲ ਕਰੀਏ ਬੱਚੇ ਸੋਸ਼ਲ ਕੰਟਰੈਕਟ ਦੀ ਕਿ ਅਸੀਂ ਜਿਹੜਾ ਕਿ ਸਰਕਾਰ ਨੂੰ ਬਿਠਾਇਆ ਬਟ ਅੱਜ ਕੱਲ ਸਰਕਾਰ ਕੀ ਹੈ ਰਾਜੇ ਸਰਕਾਰ ਚਾਹੇ ਅਸੀਂ ਬਠਾਇਆ ਆਪ ਹੈ ਬਟ ਲੋਕਾਂ ਦੇ ਫੇਰ ਵੀ ਠੱਕਾ ਕਰਦੀ ਜਾ ਰਹੀ ਹੈ ਕਿਵੇਂ ਗੱਲ ਕਰੀ ਜੀ ਮੈਂ ਆਪਾ ਫਾਰਮ ਲॉज ਦੀ ਠੀਕ ਹੈ ਤਾਂ ਕੀ ਕਹਿ ਰਿਹਾ ਹੈ ਥੋਮਸ ਆਬਸ ਕਿ ਸਰਕਾਰ ਇੱਕ ਲੈਵੀਥਨ ਬਣ ਗਈ ਉਹਦੀ ਕਿ ਬੁੱਕ ਹੈ ਜੀ ਲੈਵੀਥਨ ਕਰਕੇ ਠੀਕ ਹੈ ਲੈਵੀਥਨ ਟਾਈਟਲ ਹੈ ਜੀ ਦਾ ਥੋਮਸ ਆਫ ਦੀ ਬੁੱਕ ਦਾ ਤਾਂ ਇਸ ਇਹ ਲੈਵੀਥਨ ਅਸਲ ਦੇ ਵਿੱਚ ਕੀ ਹੈ ਜੀ ਇੱਕ ਕੈਰੈਕਟਰ ਹੈਗਾ ਕਾਦੇ ਵਿੱਚ ਜੂਜ਼ ਦੀ ਜਿਹੜੀ ਬੁੱਕ ਹੈਗੀ ਆ ਜਿਹੜੇ ਜੀਓਜ਼ ਨੇ ਨਾ ਜੁਦਾਇਜ਼ਮ ਵਾਲੇ ਤਾਂ ਉਹਨਾਂ ਦੀ ਬੁੱਕ ਹੈਗੀ ਜਿਹੜੀ ਹੋਲੀ ਬੁੱਕ ਹੈ ਉਹਨਾਂ ਦੀ ਉਹਦੇ ਬੁੱਕ ਵਿੱਚ ਇੱਕ ਕੈਰੈਕਟਰ ਆਂਦਾ ਹੈਗਾ ਇੱਕ ਮਾਈਥੋਲੋਜੀਕਲ ਕੈਰੈਕਟਰ ਆਂਦਾ ਹੈਗਾ ਜਿਹੜਾ ਕਿ ਜਿਵੇਂ ਆਪਾਂ ਗੱਲ ਕਰੀਏ ਇੱਕ ਆ ਸਮੁੰਦਰ ਦਾ ਸਮੁੰਦਰ ਦਾ ਰਾਖਸ਼ ਹੈ ਜੋ ਕਿ ਬਣਾਇਆ ਤਾਂ ਰੱਬ ਨੇ ਹੈਗਾ ਸਮੁੰਦਰ ਦਾ ਰਾਖਸ਼ ਤਾਂ ਬਣਾਇਆ ਰੱਬ ਨੇ ਆ ਬਟ ਉਹ ਲੋਕਾਂ ਦਾ ਸੰਹਾਰ ਕਰ ਰਿਹਾ ਹੈਗਾ ਲੋਕਾਂ ਨੂੰ ਮਾਰ ਰਿਹਾ ਹੈਗਾ ਠੀਕ ਹੈ ਤਾਂ ਚਾਹੇ ਰੱਬ ਨੇ ਹੀ ਬਣਾਈ ਹੋਊ ਚੀਜ਼ ਚਾਹੇ ਰੱਬ ਨੇ ਬਣਾਈ ਆ ਬਟ ਫਿਰ ਵੀ ਉਹ ਕੀ ਆ ਉਹ ਲੋਕਾਂ ਦਾ ਨੁਕਸਾਨ ਕਰ ਰਿਹਾ ਹੈਗਾ ਜਿਵੇਂ ਆਪਾਂ ਗੱਲ ਕਰੀਏ ਆਪਣੇ ਇੰਡੀਅਨ ਟ੍ਰੈਡੀਸ਼ਨ ਦੇ ਵਿੱਚ ਵੀ ਚੀਜ਼ ਆਉਂਦੀ ਹੈ ਇੱਕ ਭਸਮਾਸੁਰ 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 ਕੋਣ ਰਜੇ ਇਹ ਅਸਲ ਵਿੱਚ ਇੱਕ ॠषि ਸੀਗਾ ਇਹਨੇ ਕੀ ਲਿਆ ਸ਼ਿਵਜੀ ਤੋਂ ਵਰਦਾਨ ਲਿਆ ਸ਼ਿਵਜੀ ਤੋਂ ਵਰਦਾਨ ਲਿਆ ਕਿ ਮੈਂ ਜਿਹਦੇ ਵੀ ਸਿਰ ਤੇ ਹੱਥ ਰੱਖਾਂਗਾ ਉਹ ਫਸਮ ਹੋ ਜਾਊਗਾ ਠੀਕ ਹੈ ਤਾਂ ਨਾਮ ਇਹਦਾ ਭਸਮਾਸੂਰ ਤਾਂ ਸ਼ਿਵਜੀ ਨੇ ਇਹਨੂੰ ਵਰਦਾਨ ਦਿੱਤਾ ਵੀ ਚਲ ਠੀਕ ਹੈ ਕੋਈ ਗੱਲ ਨਹੀਂ ਐਸ਼ ਕਰ ਤਾਂ ਹੁਣ ਭਸਮਾਸੂਰ ਨੇ ਉਹ ਤੋਂ ਬਾਅਦ ਕੀ ਕੀਤਾ ਸਭ ਤੋਂ ਪਹਿਲਾਂ ਸ਼ਿਵਜੀ ਦੇ ਸਿਰ ਤੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ ਠੀਕ ਹੈ ਤਾਂ ਫਿਰ ਸ਼ਿਵਜੀ ਕੀ ਆ ਸ਼ਿਵਜੀ ਭੱਜਦੇ ਫਿਰੇ ਉਸ ਤੋਂ ਬਾਅਦ ਠੀਕ ਹੈ ਤਾਂ ਕੀ ਹੋਇਆ ਮਤਲਬ ਪਾਵਰਸ ਕਿਹਨੇ ਦਿੱਤੀ ਸੀ ਸ਼ਿਵਜੀ ਨੇ ਬਟ ਸ਼ਿਵਜੀ ਦੇ ਉੱਪਰ ਹੀ ਪੈ ਗਿਆ ਇਹ ਹੁਣ ਇੱਥੇ ਕੀ ਹੋਇਆ ਵੀ ਸਰਕਾਰ ਨੂੰ ਪਾਵਰ ਆਪਾਂ ਦਿੱਤੇ ਨੇ ਬਟਾ ਆਪਣੇ ਉੱਪਰ ਹੀ ਭਾਰੀ ਹੋ ਰਹੀ ਹੈ ਸਰਕਾਰ ਤਾਂ ਇਹ ਕੀ ਹੈ ਜੀ ਇੱਕ ਇਹ ਲੈਵੀਥਾਨ ਹੈ ਇੱਕ ਇਹ ਭਸਮਾਸੁਰ ਬਣ ਚੁਕੀ ਹੈ ਸਰਕਾਰ ਆਪਣੀ ਠੀਕ ਹੈ ਕਿਉਂਕਿ ਦੇਖੋ ਸੈਡੀਸ਼ਨ ਲਾਜ਼ ਸੈਕਸ਼ਨ 124ਏ ਇਹ ਵੀ ਤੁਸੀਂ ਨੋਟ ਕਰ ਸਕਦੇ ਹੋ ਸੈਡੀਸ਼ਨ ਦਾ ਜਿਹੜਾ ਸੈਕਸ਼ਨ ਹੈ ਉਹ ਸੈਕਸ਼ਨ 124ਏ ਹੈਗਾ ਠੀਕ ਹੈ ਤਾਂ ਆਟੋਗਰੇਡਿਕ ਹੈ ਜੇ ਸਰਕਾਰ ਜਿਹੜੀ ਕੀ ਹੈ ਆਟੋਗਰੇਡਿਕ ਹੋ ਚੁੱਕੀ ਹੈ ਡੈਮੋਕ੍ਰੈਟਿਕ ਨਹੀਂ ਰਹੀ ਹੈਗੀ ਹੁਣ ਇਹ ਆਟੋਗਰੇਡਿਕ ਹੋ ਚੁੱਕੀ ਹੈ ਤਾਂ ਕੀ ਸਰਕਾਰ ਸਾਡੇ ਵਾਸਤੇ ਇੱਕ ਲੈਵੀਥਨ ਬਣ ਚੁੱਕੀ ਹੈ ਵਟਾਇਆ ਸੀ ਆਪ ਸੀਗਾ ਸੋਸ਼ਲ ਕੰਟਰੈਕਟ ਨਾਲ ਬਟ ਹੁਣ ਸਾਡੇ ਉੱਪਰ ਹਿੱਤ ਤਕਾ ਕਰ ਰਹੀ ਹੈ ਇਹ ਕੌਣ ਕਹ ਰਿਹਾ ਜੀ ਸਾਰੇ ਕੁਝ ਇਹ ਥੋਮਸ ਕੋਪਸ ਕਹਿ ਰਿਹਾ ਹੈ ਠੀਕ ਹੈ ਰਜੀਪ ਪਲੀਜ਼ ਪੈਨ ਪੇਪਰ ਨਾਲ ਰੱਖੋ ਵੀਡੀਓ ਨੂੰ ਦੁਬਾਰਾ ਦੇਖੋ ਔਰ ਸਾਰਾ ਕੁਝ ਨੋਟ ਕਰੋ ਠੀਕ ਹੈ ਐਦਾਂ ਗੱਲ ਨਹੀਂ ਬੰਨੀ ਨੋਟ ਕਰਦੇ ਜਾਓ ਹਰ ਚੀਜ਼ ਛੋਟੀ ਮੋਟੀ ਚੀਜ਼ ਜਿਵੇਂ ਸੈਕਸ਼ਨ 124ਏ ਠੀਕ ipc ਦਾ ਸੈਕਸ਼ਨ ਕਾਫੀ ਇੰਪੋਰਟੈਂਟ ਨੇ ਰਜੇ ਠੀਕ ਹੈ ਤੁਸੀਂ ਕੋਈ ਨਾ ਕੋਈ ਵੀਡੀਓ ਦੇਖ ਲਓ ਮੈਂ ਇਸ ਪਲੇਟਫਾਰਮ ਤੇ ਵੀ ਪਾਈ ਹੋਈ ਹੈ ਤਾਂ ਵੀਡੀਓ ਦੇਖ ਲਓ ਤੁਸੀਂ ipc ਦੇ ਸੈਕਸ਼ਨਸ ਵਾਸਤੇ ਠੀਕ ਹੈ ਉਹ ਵੀ ਕਾਫੀ ਇੰਪੋਰਟੈਂਟ ਵੀਡੀਓ ਹੈ ਚਲੋ ਨੈਕਸਟ ਥਿੰਕ ਕਰਾ ਜੀ ਇਮੈਨੂਅਲ ਕੰਤ ਇਮੈਨੂਅਲ ਕੰਤ ਰਜੇ ਇਹ ਕੀ ਕਹਿੰਦੇ ਨੇ ਇਹ ਹੀ ਕਹਿੰਦੇ ਨੇ ਰਜੇ ਕਿ ਅਗਰ ਕੋਈ ਐਕਟ ਆਪਾਂ ਡਿਸਾਈਡ ਕਰਨਾ ਹੈ ਕਿ ਕੋਈ ਐਕਸ਼ਨ ਅੱਛਾ ਹੈ ਕਿ ਮਾੜਾ ਹੈ ਅਸੀਂ ਡਿਸਾਈਡ ਕਰਾਂਗੇ ਉਸ ਦੇ ਪਿੱਛੇ ਇੰਟੈਂਸ਼ਨ ਦੇ ਠੀਕ ਹੈ ਉਸ ਦੇ ਮੀਨਸ ਦੇ ਰਸਤਾ ਕੀ ਹੈ ਯਾਨੀ ਕਿ ਇਹ ਕੀ ਹੈ ਜੀ ਡਿਓਨਟੋਲੋਜੀਕਲ ਐਥਿਕਸ ਹੈਗੀ ਪਰਪਰ ਕੀ ਬੜਾ ਸਿਰਾ ਜੇ ਡਿਓਨਟੋਲੋਜੀਕਲ ਵੀ ਜਿਹਦੇ ਵਿੱਚ ਜਿਹੜਾ ਮੀਨ ਹੈ ਉਹ ਮੈਟਰ ਕਰਦਾ ਹੈਗਾ ਠੀਕ ਹੈ ਰਸਤਾ ਮੈਟਰ ਕਰਦਾ ਹੈਗਾ ਤਾਂ ਉਹੀ ਚੀਜ਼ ਕੰਤ ਕਹ ਰਿਹਾ ਹੈ ਵੀ ਜਿੱਥੇ ਇੰਟੈਂਸ਼ਨ ਬੰਦੇ ਦੇ ਮਨਸ਼ਾ ਬੰਦੇ ਦੀ ਠੀਕ ਹੈ ਬੰਦੇ ਦਾ ਜਿਹੜਾ ਮੀਨਸ ਹੈ ਜੋ ਰਸਤਾ ਹੈ ਉਹ ਮੈਟਰ ਕਰੂਗਾ ਅਗਰ ਐਕਸ਼ਨ ਡਿਸਾਈਡ ਕਰ ਰਹਾ ਆਪਣਾ ਠੀਕ ਹੈ ਅਗਰ ਕਿਸੇ ਕੰਮ ਕਰਨ ਦਾ ਜਿਹੜਾ ਰਸਤਾ ਹੈ ਉਹੀ ਅੱਛਾ ਹੈ ਤਾਂ ਥੈਟ ਮੀਨਸ ਉਹ ਕੰਮ ਬਿਲਕੁਲ ਹੀ ਅੱਛਾ ਹੋਊਗਾ ਠੀਕ ਹੈ ਡੋਜ਼ਨਟ ਮੈਟਰ ਕਿ ਕੰਮ ਕਿਵੇਂ ਹੋ ਰਿਹਾ ਬਟ ਅੱਛਾ ਹੀ ਹੋਊਗਾ ਅਗਰ ਆਪਾਂ ਉਸ ਦਾ ਰਸਤਾ ਵਧੀਆ ਕੀਤਾ ਹੈਗਾ ਠੀਕ ਹੈ ਇੱਕ ਵਧੀਆ ਮਨਚਾ ਦੇ ਨਾਲ ਇੱਕ ਵਧੀਆ ਇੰਟੈਂਸ਼ਨ ਦੇ ਨਾਲ ਕੋਈ ਕੰਮ ਕਰਨ ਜਾ ਰਹੇ ਆਪਾਂ ਤਾਂ ਉਹ ਕੰਮ ਅੱਛਾ ਹੀ ਹੋਊਗਾ ਇਹ ਕੌਣ ਕਹਿ ਰਿਹਾ ਜੀ ਇਹ ਇਮੈਨੁਅਲ ਕੰਟ ਕਹਿ ਰਿਹਾ ਕਿਉਂਕਿ ਇਹ ਹੈਗੇ ਜੀ ਡੀਓਨਟੋਲੋਜੀਕਲ ਐਥਿਕਸ ਇਹਦੇ ਵਿੱਚ ਜਿਹੜੇ ਨਤੀਜੇ ਨੇ ਉਹ ਮੈਟਰ ਨਹੀਂ ਕਰਦੇ ਹੁਣ ਆਪਾਂ ਗੱਲ ਕਰੀਏ ਨੋਨ ਵਾਇਲੈਂਸ ਦੀ ਠੀਕ ਹੈ ਨਾਨ ਵਾਇਲੈਂਸ ਕੀ ਹੈ ਰਜੇ ਹੁਣ ਨਾਨ ਵਾਇਲੈਂਸ ਨੂੰ ਕਈ ਲੋਕ ਜਿਹੜੇ ਕੀ ਨੇ ਗਾਂਧੀ ਨਾਲ ਐਗਰੀ ਨਹੀਂ ਕਰਦੇ ਹੈਗੇ ਕਿ ਅਸੀਂ ਸਾਨੂੰ ਸਾਨੂੰ ਕੀ ਸੀ ਹਥਿਆਰਬੰਦ ਲੜਾਈ ਲੜਨੀ ਚਾਹੀਦੀ ਸੀਗੀ ਠੀਕ ਹੈ ਤਾਂ ਹੁਣ ਜਿਹੜੀ ਹਥਿਆਰਬੰਦ ਲੜਾਈ ਸੀਗੀ ਉਹ ਕਿਤਨੇ ਕਿਤੇ ਰਸਤਾ ਦਾ ਗਲਤ ਸੀਗਾ ਨਾ ਜੇ ਆਪਾਂ ਗਲੀਆਂ ਲੁੱਟਮਾਰ ਮਤਲਬ ਮਾਰਕੁੱਟੇ ਹੋਣੀ ਸੀ ਇਹਦੇ ਵਿੱਚ ਠੀਕ ਹੈ ਕਤਲੇਆਮ ਹੋਣਾ ਸੀ ਤਾਂ ਕਿਤਨੇ ਕਿਤੇ ਗਲਤ ਹੋਣੀ ਸੀ ਉਹ ਚੀਜ਼ ਤੇ ਇਹ ਰਜੇ ਰਸਤਾ ਗਲਤ ਸੀਗਾ ਕਿਤਨੇ ਕਿਤੇ ਕਿਤਨੇ ਕਿਤੇ ਮਤਲਬ ਮੈਂ ਜਿਆਦਾ ਨਹੀਂ ਕਹਿ ਰਿਹਾ ਬਟ ਕਿਤਨੇ ਕਿਤੇ ਗਲਤ ਹੈ ਨੋਨ ਵਾਇਲੈਂਸ ਦੇ ਵਿੱਚ ਕਿਤੇ ਨਾ ਕਿਸ ਨੂੰ ਹਾਮ ਨਹੀਂ ਹੋ ਰਿਹਾ ਹੈਗਾ ਠੀਕ ਹੈ ਹੁਣ ਚਾਹੇ ਇਸ ਨਾਲ ਆਜ਼ਾਦੀ ਲੇਟ ਮਿਲੀ ਹੋ ਸਕਦੀ ਹੈ ਤੁਸੀਂ ਆਪਾਂ ਸਮਝ ਸਕਦੇ ਹੋ ਵੀ ਚਾਹੇ ਆਜ਼ਾਦੀ ਲੇਟ ਮਿਲੀ ਹੈ ਬਟ ਕਿਤੇ ਨਾ ਕਿਤੇ ਇਹ ਨੋਨ ਵਾਇਲੈਂਸ ਰਸਤਾ ਵਧੀਆ ਸੀ ਹੁਣ ਕਿਉਂਕਿ ਜੇ ਰਸਤਾ ਵਧੀਆ ਸੀ ਤਾਂ ਆਪਣਾ ਐਕਸ਼ਨ ਵੀ ਵਧੀਆ ਹੀ ਸੀਗਾ ਠੀਕ ਹੈ ਤਾਂ ਮਤਲਬ ਇੱਥੇ ਜਿਹੜਾ ਡਿਓਨਟੋਲੋਜੀਕਲ ਐਥਿਕਸ ਹੈ ਇਹਦੇ ਵਿੱਚ ਰਸਤਾ ਮੈਟਰ ਕਰਦਾ ਹੈ ਇੰਟੈਂਸ਼ਨ ਮੈਟਰ ਕਰਦੀ ਹੈ ਠੀਕ ਹੈ ਨਾ ਕਿ ਨਤੀਜਾ ਜਿਆਦਾ ਮੈਟਰ ਕਰਦਾ ਹੈ ਨਤੀਜਾ ਆਪਣੇ ਆਪ اچھا ਹੋ ਜਾਊਗਾ ਜੇ ਥੋੜਾ ਇੰਟੈਂਸ਼ਨ ਵਧੀਆ ਨੇ ਤੁਸੀਂ ਸੋਚੋ ਨਾ ਠੀਕ ਹੈ ਉਸ ਚੀਜ਼ ਬਾਰੇ ਠੀਕ ਹੈ ਜੀ ਇਸ ਵਿੱਚ ਆਪਾਂ ਜਿਹੜੇ ਹਿਊਮਨਸ ਨੇ ਉਹਨਾਂ ਨੂੰ ਐਜ਼ ਅ ਹਿਊਮਨਸ ਹੀ ਟਰੀਟ ਕਰਦੇ ਹਾਂ ਹੁਣ ਜਿਵੇਂ ਆਪਾਂ ਗੱਲ ਕਰੀਏ ਸੰਜੀ ਗਾਂਧੀ ਦੀ ਠੀਕ ਹੈ ਸੰਜੀ ਗਾਂਧੀ ਨੇ ਚਾਹੇ ਜਿਹੜਾ ਕੀ ਹੈ ਸਟਰੇਲਾਈਜੇਸ਼ਨ ਕਿਉਂ ਕੀਤਾ ਪੋਪੂਲੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਠੀਕ ਹੈ ਬਟ ਉਹਨਾਂ ਨੇ ਫਿਰ ਜਿਹੜਾ ਜਿਨ੍ਹਾਂ ਉੱਪਰ ਸਟਰੇਲਾਈਜੇਸ਼ਨ ਕੀਤੀ ਸੀ ਜਿਹੜੇ ਮੁਸਲਮਾਨ ਸੀ ਬੇਸਿਕਲੀ ਬੇਸਿਕਲੀ ਮੁਸਲਮਨਸ ਉੱਪਰ ਜਿਹੜੀ ਕੀ ਹੈ ਨਸਬੰਦੀ ਕੀਤੀ ਸੀ ਫੋਰਸਫੁਲੀ ਤਾਂ ਹੁਣ ਜਿਹੜੇ ਮੁਸਲਮਨ ਸੀ ਜਿਹੜੇ ਲੋਕ ਸੀ ਉਹਨਾਂ ਨੂੰ ਤਾਂ ਬੰਦੇ ਸਮਝਿਆ ਨਹੀਂ ਨਾ ਉਹਨਾਂ ਨੂੰ ਤਾਂ ਇੱਕ ਆਬਜੈਕਟ ਸਮਝਿਆ ਗਿਆ ਠੀਕ ਹੈ ਆਪਣਾ ਮੋਟਿਵ ਨੂੰ ਪੂਰਾ ਕਰਨ ਵਾਸਤੇ ਆਪਣਾ ਪੋਲੀਟੀਕਲ ਮੋਟਿਵ ਪੂਰਾ ਕਰਨ ਵਾਸਤੇ ਵੀ ਪopulation control ਹੋ ਜੇ ਤਾਂ ਉਹਨਾਂ ਨੇ ਬੰਦਿਆਂ ਨੂੰ ਕੀ ਸਮਝਿਆ ਜਾਨਵਰ ਸਮਝਿਆ ਆਬਜੈਕਟ ਸਮਝਿਆ ਠੀਕ ਹੈ ਤਾਂ ਕਿਉਂਕਿ ਅਗਰ ਸਟਰੇਲਾਈਜੇਸ਼ਨ ਕਰਨੀ ਹੈ ਲੋਕਾਂ ਦਾ ਕੰਸੈਂਟ ਲਓ ਤੁਸੀਂ ਠੀਕ ਹੈ ਲੋਕਾਂ ਦੀ ਮਨਜ਼ੂਰੀ ਲਓ ਤੁਸੀਂ ਅਗਰ ਤੁਸੀਂ ਫੋਰਸਫੁਲੀ ਕਰ ਰਹੇ ਹੋ ਦੈਟ ਮੀਨਸ ਤੁਸੀਂ ਲੋਕਾਂ ਦੇ ਉੱਪਰ ਤੱਕਾ ਕਰ ਰਹੇ ਹੋ ਤੇ ਲੋਕਾਂ ਨੂੰ ਤੁਸੀਂ ਲੋਕ ਸਮਝ ਨਹੀਂ ਰਹੇ ਹੈਗੇ ਬਟ ਇਮੈਨੂਅਲ ਕੰਟ ਕੀ ਕਹਿੰਦਾ ਹੈ ਵੀ ਲੋਕਾਂ ਨੂੰ ਆਪਾਂ ਬੰਦੇ ਹੀ ਸਮਝਣਾ ਹੈ ਉਹਨਾਂ ਨੂੰ ਐਂਡ ਹੀ ਸਮਝਣਾ ਹੈ ਸਾਡਾ ਐਂਡ ਪੋਪੂਲੇਸ਼ਨ ਕੰਟਰੋਲ ਕਰਨਾ ਨਹੀਂ ਹੋਣਾ ਚਾਹੀਦਾ ਸਾਡਾ ਐਂਡ ਲੋਕਾਂ ਦਾ ਵੈਲਫੇਅਰ ਹੋਣਾ ਚਾਹੀਦਾ ਹੈਗਾ ਠੀਕ ਹੈ ਤਾਂ ਇਮੈਨੂਅਲ ਕੰਟ ਕਹ ਰਿਹਾ ਵੀ ਹਮੇਸ਼ਾ ਰਸਤੇ ਵਧੀਆ ਹੋਣੇ ਚਾਹੀਦੇ ਨੇ ਜੇ ਰਸਤੇ ਵਧੀਆ ਨੇ ਤਾਂ ਐਂਡ ਆਪਣੇ ਆਪ ਵਧੀਆ ਹੋ ਜਾਊਗਾ ਠੀਕ ਹੈ ਐਂਡ ਉੱਪਰ ਆਪਾਂ ਨੂੰ ਧਿਆਨ ਨਹੀਂ ਦੇਣਾ ਹੈ ਇੱਕ ਚੀਜ਼ ਹੋਰ ਹੈ ਜੇ ਇਮੈਨੂਅਲ ਕੰ ਆ ਇਹ ਫਰੇਜ਼ ਐਦਾ ਯਾਦ ਕਰਨਾ ਹੈ ਅਗਰ ਪੇਪਰ ਦੇ ਵਿੱਚ ਆnder ਕਿ ਕੈਟੇਗੋਰਿਕਲ ਇੰਪੈਰੇਟਿਵ ਕੌਣ ਦਿੱਤੇ ਕਿਹਨੇ ਦਿੱਤੇ ਨੇ ਤਾਂ ਇਮੈਨੁਅਲ ਕੰਟ ਨੇ ਦਿੱਤੇ ਨੇ ਠੀਕ ਹੈ ਜੀ ਤਾਂ ਕੀ ਇਹ ਵਿੱਚ ਇਹਦੇ ਵਿੱਚ ਬੇਸਿਕਲੀ ਇਹ ਕੁਝ ਯੂਨੀਵਰਸਲ ਲਾਜ਼ ਨੇਗੇ ਠੀਕ ਹੈ ਜੋ ਹਮੇਸ਼ਾ ਹੀ ਟ्रू ਹੋਣਗੇ ਤੁਹਾਨੂੰ ਭੁੱਖ ਲੱਗੀ ਹੈ राजे ਤੁਸੀਂ ਕੀ ਕਰੋਗੇ ਖਾਣਾ ਖਾਓਗੇ ਡਸਨਟ ਮੈਟਰ ਕੀ ਸਿਚੁਏਸ਼ਨ ਹੈ राजे ਠੀਕ ਹੈ <coughs> ਤੁਸੀਂ ਹੋ ਸਕਦਾ ਥੋੜਾ ਇਗਜ਼ਾਮ ਹੈ ਰਜੀ ਤੁਸੀਂ ਲੇਟ ਹੋ ਰਹੇ ਹੋ ਤੁਸੀਂ ਇੱਕ ਟਾਈਮ ਨਾ ਖਾਣਾ ਛੱਡ ਦੋਗੇ ਠੀਕ ਹੈ ਬਟ ਸ਼ਾਮ ਨੂੰ ਦਿਖਾਓਗੇ ਨਾ ਤਾਂ ਅਗਰ ਭੁੱਖ ਲੱਗੀ ਖਾਣਾ ਖਾਵਾਂਗੇ ਖਾਵਾਂਗੇ ਆਪਾਂ ਕਿੰਨਾ ਟਾਈਮ ਆਪਾਂ ਰਹਿਵਾਂਗੇ ਤਾਂ ਇਹ ਕੀ ਹੈ ਇਹ ਯੂਨੀਵਰਸਲ ਲਾਜ਼ ਨੇ ਇਹ ਕੈਟੈਗੋਰਿਕਲ ਇੰਪੈਰੀਟਿਵ ਨੇ ਮਤਲਬ ਕੀ ਹੈ ਇੰਪੈਰੀਟਿਵ ਇਹ ਜ਼ਰੂਰੀ ਹੋਊਗਾ ਹੀ ਹੋਊਗਾ ਜੋ ਮਰਜ਼ੀ ਹੋ ਜਾ ਦੁਨੀਆ ਦੇ ਵਿੱਚ ਚਾਹੇ ਪ੍ਰਧਾਨ ਮੰਤਰੀ ਇਧਰ ਉਧਰ ਹੋ ਜਾਈ ਸਰਕਾਰ ਬਦਲ ਜਾਈ ਕੁਝ ਮਰਜ਼ੀ ਹੋ ਜਾ ਦੁਨੀਆ ਦੇ ਵਿੱਚ ਤੁਸੀਂ ਖਾਣਾ ਤਾਂ ਖਾਓਗੇ ਨਾ ਇਹ ਕੁਝ ਕੈਟੈਗੋਰਿਕਲ ਇੰਪੈਰੀਟਿਵਸ ਨੇਗੇ ਹੁਣ ਆਪਾਂ ਗੱਲ ਕਰੀਏ ਮੰ ਲਓ ਤੁਸੀਂ ਮੇਰੇ ਤੋਂ ਕੋਈ ਸਵਾਲ ਪੁੱਛਿਆ ਠੀਕ ਹੈ ਕੋਈ ਚੀਜ਼ ਇਨਫੋਰਮੇਸ਼ਨ ਲੈਣੀ ਚਾਹੀ ਹੁਣ ਉਹ ਇਨਫੋਰਮੇਸ਼ਨ ਮੈਂ ਤੁਹਾਨੂੰ ਸਹੀ ਦਵਾਂਗਾ ਜਾਂ ਗਲਤ ਦਵਾਂਗਾ ਠੀਕ ਹੈ ਤੁਹਾਨੂੰ ਝੂਠ ਬੋਲਾਂ ਜਾਂ ਸੱਚ ਬੋਲਾਂ ਮੈਂ ਹੁਣ ਅਗਰ ਮੈਂ ਝੂਠ ਬੋਲਣ ਦੀ ਮੈਂ ਸੋਚੂੰਗਾ ਮਨ ਦੇ ਵਿੱਚ ਕਿ ਅਗਰ ਮੈਂ ਝੂਠ ਬੋਲਿਆ ਠੀਕ ਹੈ ਜੇ ਮੈਂ ਮੈਂ ਝੂਠ ਬੋਲਿਆ ਤਾਂ ਹੋ ਸਕਦਾ ਕੱਲ ਨੂੰ ਮੈਨੂੰ ਤੁਸੀਂ ਵੀ ਝੂਠ ਬੋਲੋ ਇਹ ਸਾਰੇ ਲੋਕ ਦੁਨੀਆ ਦੇ ਉੱਪਰ ਝੂਠ ਬੋਲਣ ਜੇ ਸਾਰੀ ਦੁਨੀਆ ਦੇ ਵਿੱਚ ਝੂਠ ਪ੍ਰਵੇਲ ਕਰ ਗਿਆ ਫਿਰ ਸੱਚ ਨੂੰ ਕੌਣ ਪੁੱਛੂਗਾ ਫਿਰ ਤਾਂ ਜਿਹੜਾ ਕਿ ਇਹ ਬਿਲਕੁਲ ਅਨਾਰਕੀ ਫੈਲ ਜੂਗੀ ਸਾਰੀ ਠੀਕ ਹੈ ਕੋਈ ਕਿੱਥੇ ਜਾ ਰਿਹਾ ਕੋਈ ਕਿੱਥੇ ਜਾ ਰਿਹਾ ਹੈ ਅਗਰ ਸਾਰੇ ਲੋਕ ਹੀ ਝੂਠ ਬੋਲਣ ਲੱਗੇ ਤਾਂ ਇਹ ਕੀ ਹੈ ਤਾਂ ਸੱਚ ਬੋਲਣਾ ਕੀ ਹੋਵੇਗਾ ਇੱਕ ਇਹ ਯੂਨੀਵਰਸਲ ਲਾਅ ਬਣ ਜੂਗਾ ਠੀਕ ਹੈ ਇਹ ਕੌਣ ਕਹਿ ਰਿਹਾ ਜੀ ਇਮੈਨੁਅਲ ਕਾਂਟ ਕਹਿ ਰਿਹਾ ਵੀ ਹਾਂਜੀ ਸਾਨੂੰ ਸੱਚ ਹੀ ਬੋਲਣਾ ਚਾਹੀਦਾ ਹੈ ਇੱਕ ਕੈਟੇਗੋਰਿਕਲ ਇੰਪੈਰੀਟਿਵ ਹੈ ਤੁਹਾਨੂੰ ਰਾਜੇ ਤੁਸੀਂ ਬਾਗ ਦੇ ਵਿੱਚ ਜਾ ਰਹੇ ਹੋ ਤੁਸੀਂ ਫੁੱਲ ਤੋੜ ਰਹੇ ਹੋ ਤੁਸੀਂ ਤੁਹਾਨੂੰ ਫੁੱਲਾਂ ਨੂੰ ਤੁਸੀਂ ਨਿਹਾਰ ਰਹੇ ਹੋ ਤੁਸੀਂ ਵੀ ਹਾਂ ਬਹੁਤ ਸੋਹਣੇ ਫੁੱਲ ਨੇ ਬਹੁਤ ਸੋਹਣੇ ਫੁੱਲ ਨੇ ਤਾਂ ਇੱਕ ਦਿਨ ਤੁਹਾਡਾ ਮਨ ਕਰਦਾ ਵੀ ਯਾਰ ਕਿਉ ਠੀਕ ਹੈ ਬਟ ਫਿਰ ਤੁਸੀਂ ਮੰਨ ਕੇ ਸੋਚੋਗੇ ਕਿ ਅਗਰ ਮੈਂ ਸੋਚ ਰਿਹਾ ਹਾਂ ਇਹ ਗੱਲ ਤਾਂ ਕਾਨੂੰ ਕੋਈ ਹੋਰ ਵੀ ਸੋਚੂਗਾ ਕਾਨੂੰ ਸਾਰੀ ਦੁਨੀਆ ਸੋਚੂਗੀ ਫਿਰ ਪਰਸੋਂ ਇਹ ਬਾਗ ਹੀ ਨਹੀਂ ਰਹਿਣਾ ਜਿੱਥੇ ਮੈਂ ਸਾਰਾ ਦਿਨ ਡੇਲੀ ਮੈਂ ਵਾਕ ਕਰਦਾ ਠੀਕ ਹੈ ਤਾਂ ਇੱਕ ਹੀ ਨਰੇਜੇ ਕੁਝ ਯੂਨੀਵਰਸਲ ਲਾਜ਼ ਨੇ ਜਿਹਨੂੰ ਕਿ ਅਸੀਂ ਦੇਖਦੇ ਹਾਂ ਕਿ ਮੈਂ ਉਹੀ ਕੰਮ ਕਰਾਂ ਜੋ ਮੈਂ ਚਾਹਣਾ ਕਿ ਲੋਕ ਵੀ ਕਰਨ ਠੀਕ ਹੈ ਜੋ ਮੈਂ ਚਾਹਣਾ ਲੋਕ ਵੀ ਕਰਨ ਉਹ ਹੈਗੇ ਨੇ ਮੇਰੇ ਯੂਨੀਵਰਸਲ ਲਾਜ਼ ਠੀਕ ਹੈ ਇਹ ਵੀ ਕਿਹਨੇ ਦਿੱਤੇ ਜੀ ਇਹ ਇਮੈਨੂਅਲ ਕਾਂਟ ਨੇ ਦਿੱਤੇ ਬੱਚੇ ਥੋੜਾ ਜਿਹਾ ਦੇਖੋ ਮੈਂ ਤੁਹਾਨੂੰ ਉਹੀ ਕਹ ਰਿਹਾ ਵੀ ਥੋੜਾ ਦਿਲ ਨਾਲ ਸਮਝਣ ਵਾਲਾ ਟੌਪਿਕ ਹੈ ਠੀਕ ਹੈ ਦਿਮਾਗ ਨਾਲ ਥੋੜਾ ਘੱਟ ਸਮਝੋ ਥੋੜਾ ਜਿਹਾ ਮਤਲਬ ਪੇਸ਼ੀਅੰਸ ਨਾਲ ਵੀ ਹਾਂ ਬੜੇ ਪਿਆਰ ਨਾਲ ਨਾ ਜੀਵੇ ਫਲੂਇਡ ਹੋ ਕੇ ਆਪਣੇ ਆਪ ਨੂੰ ਬੜਾ ਫਲੈਕਸੀਬਲ ਰੱਖ ਕੇ ਜੀ ਸਮਝਣ ਦੀ ਕੋਸ਼ਿਸ਼ ਕਰੋ ਠੀਕ ਹੈ ਚਲ ਜਰਮੀ ਬੈਂਥਨ ਰਾਜੇ ਨੈਕਸਟ ਟਾਈਮ ਆਪਣੇ ਫਲਸਫੇਰ ਆਉਂਦੇ ਨੇ ਇਹ ਦੇਖੋ ਵਰਡ ਬਣਿਆ ਜੀ ਯੂਟਿਲਿਟੀ ਤੋਂ ਯੂਟਿਲਿਟੀ ਤੋਂ ਵਰਡ ਬਣਿਆਗਾ ਠੀਕ ਹੈ ਕੀ ਕਿਸੇ ਕੰਮ ਦਾ ਕਰਨ ਦਾ ਕੀ ਪਰਪਸ ਕੀ ਹੋ ਸਕਦਾ ਉਹਦਾ ਫਾਇਦਾ ਕੀ ਹੋਊਗਾ ਫਾਇਦਾ ਫਾਇਦਾ ਵਰਡ ਯੂਜ਼ ਕਰਾਂਗੇ ਫਾਇਦਾ ਕੀ ਉਸ ਕੰਮ ਦਾ ਠੀਕ ਹੈ ਯੂਟਿਲਿਟੀ ਕੀ ਹੈ ਉਸ ਕੰਮ ਦੀ ਤਾਂ ਇਹ ਹੈਗਾ ਜੀ ਸਾਡਾ ਯੂਟਿਲਿਟੇਰੀਅਨਿਜ਼ਮ ਤਾਂ ਮਤਲਬ ਜਿਹੜੇ ਇਹ ਥਿਊਰੀ ਹੈਗੀ ਹੈ ਫਲਸਫੀ ਹੈ ਇਹਦੇ ਵਿੱਚ ਕਿਹਾ ਜਾਂਦਾ ਹੈ ਕਿ ਕੋਈ ਕੰਮ ਤਾਂ ਐਥੀਕਲ ਹੋਊਗਾ ਆਪਾਂ ਕੀ ਪੜਨਾ ਜੀ ਵੀ ਕੋਈ ਕੰਮ ਐਥੀਕਲ ਹੈਗਾ ਕਿ ਨਹੀਂ ਹੈਗਾ ਇਹ ਸਾਰੇ ਫਿਲਾਸਫਰਸ ਨੇ ਇਹਨਾਂ ਵਾਸਤੇ ਥੋਰੀਆਂ ਦਿੱਤੀਆਂ ਨੇ ਕਿ ਵੀ ਤੁਸੀਂ ਕੰਮ ਕਰਨਾ ਕਿਵੇਂ ਹੈਗਾ ਤੁਸੀਂ ਕਿਸ ਕੇਸ ਵਿੱਚ ਕਿਵੇਂ ਡਿਸੀਜਨ ਲੈਣਾ ਹੈਗਾ ਹੁਣ ਮੰਨ ਲਓ ਤੁਸੀਂ ਐਸਆਈ ਹੋ ਤੁਸੀਂ ਐਜ਼ ਐਨ ਐਸਆਈ ਠੀਕ ਹੈ ਕੀ ਡਿਸੀਜਨ ਲੈਣਾ ਕਿਵੇਂ ਲੈਣਾ ਇਹਦਾ ਤੁਹਾਨੂੰ ਆਨਸਰ ਜਿਹੜੇ ਇਹਨਾਂ ਫਿਲਾਸਫਰਸ ਦੀਆਂ ਰਾਈਟਿੰਗਸੋਂ ਹੀ ਮਿਲਣਗੇ ਐਥਿਕਸ ਦੇ ਵਿੱਚੋਂ ਮਿਲਣਗੇ ਗੱਲ ਕਰੀ ਆਪਾਂ ਜਿਹੜੀ ਯੂਟਿਲਿਟੇਰੀਨਿਜ਼ਮ ਹੈ ਇਹ ਕੀ ਕਹਿੰਦੀ ਹੈ ਵੀ ਕੋਈ ਕੰਮ ਤਾਂ ਵਧੀਆ ਹੋਊਗਾ ਅਗਰ ਉਹ ਵੱਧਵਧ ਲੋਕਾਂ ਵਾਸਤੇ ਠੀਕ ਹੈ ਵੱਧਵਧ ਲੋਕਾਂ ਵਾਸਤੇ ਵੱਧਵਧ ਵਧੀਆ ਕਰ ਰਿਹਾ ਹੈ ਗੁੱਡ ਕਰ ਰਿਹਾ ਹੈ ਔਰ ਵੱਧਵਧ ਟਾਈਮ ਵਾਸਤੇ ਕਰ ਰਿਹਾ ਦੁਬਾਰਾ ਸੁਣੋ ਅਗਰ ਕੋਈ ਐਕਸ਼ਨ ਮੈਕਸਿਮਮ ਲੋਕਾਂ ਵਾਸਤੇ ਮੈਕਸਿਮਮ ਗੁੱਡ ਕਰ ਰਿਹਾ ਹੈ ਫੋਰ ਮੈਕਸਿਮਮ ਟਾਈਮ ਤਾਂ ਉਹ ਐਕਸ਼ਨ ਜਿਹੜਾ ਹੈ ਡੈਫੀਨਿਟਲੀ ਐਥੀਕਲ ਹੋਊਗਾ ਠੀਕ ਹੈ ਫੋਰ ਐਗਜ਼ਾਮਪਲ ਰਜੇ ਆਪਾਂ ਗੱਲ ਕਰੀਏ ਲੋਕਡਾਊਨ ਦੀ ਤੁਸੀਂ ਐਜ਼ ਅਨ ਐਸਆਈ ਆਪਣੇ ਜਿਹੜੇ ਏਰੀਆ ਦੇ ਵਿੱਚ ਲੋਕਡਾਊਨ ਜਿਹੜਾ ਕੀ ਲਗਵਾਤਾ ਠੀਕ ਹੈ ਲੋਕਡਾਊਨ ਲਗਵਾਤਾ ਉਹ ਲੋਕਡਾਊਨ ਕਿਉਂ ਲਗਵਾਇਆ ਲੋਕਡਾਊਨ ਲਗਵਾਉਣ ਨਾਲ ਬਟ ਚਾਹੇ ਸ਼ੌਪਕੀਪਰ ਨੂੰ ਨੁਕਸਾਨ ਹੋਇਆ ਬਟ ਓਵਰਆਲ ਸੋਸਾਇਟੀ ਨੂੰ ਫਾਇਦਾ ਹੋ ਰਿਹਾ ਹੈ ਨਾ ਓਵਰਆਲ ਸੋਸਾਇਟੀ ਨੂੰ ਜਿਹੜਾ ਕੋਵਿਡ ਦੇ ਕੇਸਿਸ ਘਟਣਗੇ ਠੀਕ ਹੈ ਲੌਂਗ ਟਰਮ ਦੇ ਵਿੱਚ ਫਾਇਦਾ ਹੋਊਗਾ ਯਾਨੀ ਕਿ ਯੂਟਿਲਿਟੇਰੀਅਨਿਜ਼ਮ ਇੱਕ ਸਿਵਲ ਸਰਵੈਂਟ ਵਾਸਤੇ ਇੱਕ ਪੁਲਿਸ ਆਫੀਸਰ ਵਾਸਤੇ ਇਹ ਜਿਹੜਾ ਕਨਸੈਪਟ ਹੈ ਬਹੁਤ ਬਹੁਤ ਇੰਪੋਰਟੈਂਟ ਹੈ ਕਿਉਂਕਿ ਅਸੀਂ ਹਮੇਸ਼ਾ ਇਹ ਹੀ ਸੋਚਣਾ ਹੁੰਦਾ ਹੈ ਕਿ ਅਸੀਂ ਆਪਣੇ ਕਿਸੇ ਐਕਸ਼ਨ ਨਾਲ ਵੱਧੋ-ਵਧ ਲੋਕਾਂ ਦਾ ਵੱਧੋ-ਵਧ ਫਾਇਦਾ ਕਿਵੇਂ ਕਰ ਸਕਦੇ ਹਾਂ ਠੀਕ ਹੈ ਓਬਵੀਅਸਲੀ ਗੱਲ ਹੈ ਹਰ ਬੰਦੇ ਨੂੰ ਹਮੇਸ਼ਾ ਕੁਝ ਨਹੀਂ ਕਰ ਸਕਦੇ ਆਪਾਂ ਬਟ ਆਪਾਂ ਕੀ ਸੋਚਣਾ ਹੁੰਦਾ ਹੈ ਵੀ ਵੱਧੋ-ਵਧ ਬੰਦਿਆਂ ਨੂੰ ਵੱਧੋ-ਵਧ ਖੁਸ਼ੀ ਆਪਾਂ ਕਿਵੇਂ ਦੇ ਸਕਦੇ ਹਾਂ ਠੀਕ ਹੈ ਤਾਂ ਲੋਕਡਾਊਨ ਉਹਦਾ ਇੱਕ ਜ਼ਰੀਆ ਸੀਗਾ ਵੱਧੋ-ਵਧ ਸੋਸਾਇਟੀ ਦੇ ਵਿੱਚ ਜਿਹੜਾ ਕਿ ਆਪਣੇ ਕੇਸਿਸ ਘਟਾਣੇ ਸੀ ਹੋ ਠੀਕ ਹੈ ਇਹ ਪਰਪਸ ਸੀਗਾ ਸਾਡਾ ਤਾਂ ਇਹ ਸਾਨੂੰ ਕਿੱਥੋਂ ਪਤਾ ਲੱਗਿਆ ਇਹ ਯੂਟਿਲਿਟੇਰੀਅਨਿ ਜਦੋਂ ਕੋਈ ਐਸ ਡੀ ਐਮ ਹੈਗਾ ਹੈ ਕਿੱਦਨੇ ਵੀ ਹੈਗਾ ਲੋਕਡਾਊਨ ਲਗਾਣਾ ਕਿ ਨਹੀਂ ਲਗਾਣਾ ਤਾਂ ਕਿਵੇਂ ਸੋਚੂਗਾ ਇਹ ਸੋਚੂਗਾ ਨਾ ਵੀ ਵੱਧੋਬਧ ਫਾਇਦਾ ਕਿਸ ਚੀਜ਼ ਨਾਲ ਹੋ ਰਿਹਾ ਤਾਂ ਵੱਧੋਬਧ ਫਾਇਦਾ ਲੋਕਡਾਊਨ ਲਗਾਉਣ ਨਾਲ ਹੋ ਰਿਹਾ ਹੈਗਾ ਠੀਕ ਹੈ ਤਾਂ ਫਿਰ ਡਿਸੀਜਨ ਲੜੋ ਵੀ ਹਾਂਜੀ ਲੋਕਡਾਊਨ ਲਗਾਉਣਾ ਚਾਹੀਦਾ ਹੈ ਅਗੇਨ ਐਥਿਕ ਸਾਨੂੰ ਕੀ ਸਿਖਾ ਰਿਹਾ ਐਥਿਕ ਸਾਨੂੰ ਸਿਖਾ ਰਿਹਾ ਵੀ ਕਿਸੇ ਕੰਮ ਦੇ ਕਿਸੇ ਸਿਚੁਏਸ਼ਨ ਦੇ ਵਿੱਚ ਅਸੀਂ ਕਿਵੇਂ ਡਿਸੀਜਨ ਲੈਣਾ ਹੈ ਇਹ ਸਾਨੂੰ ਐਥਿਕਸੋਂ ਸਿੱਖ ਨੂੰ ਮਿਲ ਰਿਹਾ ਠੀਕ ਹੈ ਤਾਂ ਹੁਣ ਦੇਖੋ ਇੱਥੇ ਕੀ ਹੋ ਰਿਹਾ ਜੀ ਅਸੀਂ ਕੀ ਸੋਚ ਰਹੇ ਹਾਂ ਵੀ ਅਸੀਂ ਐਕਸ਼ਨ ਤਾਂ ਡਿਸਾਈਡ ਕਰ ਰਹੇ ਹਾਂ ਐਂਡ ਦੇ ਹਿਸਾਬ ਨਾਲ ਵੀ ਐਂਡ ਕਿਵੇਂ ਵਧੀਆ ਹੋਊਗਾ ਵੀ ਵੱਧੋ ਵੱਧ ਲੋਕਾਂ ਦਾ ਫਾਇਦਾ ਕਿਵੇਂ ਹੋਊਗਾ ਤਾਂ ਇਹ ਕੀ ਹੈ ਜੀ ਇੱਥੇ ਐਂਡ ਮੈਟਰ ਕਰ ਰਹੇ ਨੇ दैट मींस ਇਹ ਹੈ ਕਿ ਜੀ ਟੈਲੀਓਲੋਜੀਕਲ ਐਥਿਕਸ ਹੈਗੀ ਜਿਹੜਾ ਯੂਟਿਲਿਟੇਰੀਅਨਿਜ਼ਮ ਹੈ ਇਹ ਟੈਲੀਓਲੋਜੀਕਲ ਐਥਿਕਸ ਦੇ ਵਿੱਚ ਆਉਂਦਾ ਕਿਉਂਕਿ ਇੱਥੇ ਐਂਡ ਮੈਟਰ ਕਰਦੇ ਨੇ ਰਸਤਾ ਚਾਹੀ ਇਹਨਾ ਮੈਟਰ ਨਹੀਂ ਕਰਦਾ ਦੇਖੋ ਲੋਕਡਾਊਨ ਨਾਲ ਨੁਕਸਾਨ ਵੀ ਤਾਂ ਹੋਇਆ ਨਾ ਬਟ ਰਸਤਾ ਮੈਟਰ ਨਹੀਂ ਕਰਦਾ ਐਂਡ ਜਿਹੜਾ ਮੈਟਰ ਕਰ ਰਿਹਾ ਕਿਉਂਕਿ ਸੋਸਾਇਟੀ ਦੇ ਵਾਸਤੇ ਵੱਧੋ ਵੱਧ ਆਪਣਾ ਫਾਇਦਾ ਸੋਚਣਾ ਹੈਗਾ ਠੀਕ ਹੈ ਦੇਖੋ ਕੀ ਬੜਾ ਸੀ ਆਪਣਾ ਟੈਲੀਓਲੋਜੀਕਲ ਦੇ ਵਿੱਚ ਵੀ ਐਂ ਆ ਯਾਦ ਕਿਵੇਂ ਕਰ ਸਕੋ ਬੱਚੇ ਦੇਖੋ T ਜਿਹੜਾ ਕੀ ਕਾਫੀ ਬਾਅਦ ਦੇ ਵਿੱਚ ਆਉਂਦਾ ਹੈ ਅਲਫਾਬੈਟਿਕਲ ਆਰਡਰ ਦੇ ਵਿੱਚ D ਥੋੜਾ ਜਿਹਾ ਪਹਿਲਾਂ ਆਉਂਦਾ ਹੈਗਾ ਠੀਕ ਹੈ ਤਾਂ T ਮਤਲਬ ਬਾਅਦ ਦੇ ਵਿੱਚ ਆਉਂਦਾ ਯਾਨੀ ਐਂਡ ਵਿੱਚ ਆਉਂਦਾ ਯਾਨੀ ਕਿ ਐਂਡ ਮੈਟਰ ਕਰ ਦੇ ਤਾਂ ਐਦਾਂ ਥੋੜਾ ਯਾਦ ਕਰ ਲਓ ਠੀਕ ਹੈ ਜੀ ਚਲੋ ਨੈਕਸਟ ਵੱਲ ਦੇ ਜੀ ਜੌਨ ਸਟੂਅਰਟ ਮਿਲ ਜੌਨ ਸਟੂਅਰਟ ਮਿਲ ਠੀਕ ਹੈ ਇਹਨੇ ਵੀ ਰਜੇ ਯੂਟਿਲਿਟੇਰੀਅਨਿਜ਼ਮ ਵਾਦੀ ਜਿਹੜਾ ਕੀ ਸਾਰਾ ਲਾਅਸ ਦਿੱਤੇ ਨੇ ਜਾਂ ਮਤਲਬ ਥਿਰੀਜ਼ ਦਿੱਤੀਆਂ ਨੇ ਗਿਆ ਠੀਕ ਹੈ ਤਾਂ ਇਹਨੇ ਥੋੜਾ ਜਿਹਾ ਹੋਰ ਅਗੇ ਸਟੈਪ ਕੀਤਾ ਇੱਥੇ ਕੀ ਸਿਰ ਜੇ ਇੱਥੇ ਕਿਉਂਕਿ ਆਪਾਂ ਨੇ ਲੋਕਡਾਊਨ ਕਿਉਂ ਲਗਾਇਆ ਕਿਉਂਕਿ ਉਹ ਲੋਕਾਂ ਦੀ ਲਾਈਫਸ ਇੰਪੋਰਟੈਂਟ ਸੀ ਲੋਕਾਂ ਦੀ ਜ਼ਿੰਦਗੀ ਇੰਪੋਰਟੈਂਟ ਸੀ ਠੀਕ ਹੈ ਤਾਂ ਲੋਕਡਾਊਨ ਲਗਾਇਆ ਜਿਹੜਾ ਜਾਨ ਸਟੂਡ ਮਿਲ ਸੀ ਇਹ ਥੋੜਾ ਇੱਕ ਕਦਮ ਹੋਰ ਅੱਗੇ ਜਾਂਦਾ ਹੈ ਇਹ ਕਹਿੰਦਾ ਜੀ ਇਕੱਲੇ ਬੰਦਿਆਂ ਦੀ ਹੀ ਨਹੀਂ ਜਾਨਵਰਾਂ ਦੀ ਲਾਈਫ ਵੀ ਇੰਪੋਰਟੈਂਟ ਹੈ ਇੰਪੋਰਟੈਂਟ ਹੈਗੀ ਠੀਕ ਹੈ ਲਾਈਫਸ ਆਫ ਐਨੀਮਲਸ ਇਜ਼ ਆਲਸੋ ਇੰਪੋਰਟੈਂਟ ਤਾਂ ਇਹਨਾਂ ਨੇ ਕੀ ਦਿੱਤਾ ਜੀ এনवायरमेंटਲ ਐਥਿਕਸ ਦਿੱਤਾ ਠੀਕ ਹੈ ਉਹਨ ਕੁਸ਼ਨ ਇੱਥੋਂ ਆਸਾ ਦਾ ਰਾਜੇ ਕੀ ਜਿਹੜਾ ਜਰਮੀ ਬੈਂਥਨ ਹੈ ਉਹਨੇ ਕੀ ਦਿੱਤਾ ਉਹਨੇ ਯੂਟਿਲਿਟੇਰੀਅਨਿਜ਼ਮ ਦਿੱਤੀ ਠੀਕ ਹੈ ਇਹਨੇ ਕੀ ਦਿੱਤਾ ਇਹਨੇ এনवायरमेंटਲ ਐਥਿਕਸ ਦਿੱਤੀ ਤਾਂ ਕੁਸ਼ਣ ਇੱਥੋਂ ਬਣਨਗੇ ਵੀ ਕਿਹੜੇ ਥਿੰਕਰ ਨੇ ਕਿਹੜੀ ਫਿਲਾਸਫੀ ਦਿੱਤੀ ਇਹ ਕੁਸ਼ਣ ਬਣੂਗਾ ਕਿਉਂਕਿ ਇੱਥੋਂ ਹੀ ਕੁਸ਼ਣ ਬਣਾਉਣਾ ਸੋਖਾ ਹੈ ਐਗਜ਼ਾਮੀਨਰ ਨੂੰ ਠੀਕ ਹੈ ਜੀ ਤਾਂ ਹੋਰ ਜਿਹੜਾ ਜੌਨ ਸਟੂਡ ਮਿਲਨ ਰਜੇ ਇਹ ਬੇਸਿਕਲੀ ਹੈਗਾ ਦੇਖੋ ਅੰਗਰੇਜ਼ਾਂ ਵੇਲੇ ਦਾ ਟਾਈਮ ਹੈ ਅੰਗਰੇਜ਼ਾਂ ਵੇਲੇ ਇੰਡੀਆ ਦੇ ਵਿੱਚ ਵੀ ਸੀਗਾ ਈਵਨ ਜਿਹੜੀ ਅੰਗਰੇਜ਼ ਸਰਕਾਰ ਸੀਗੀ ਕੰਪਨੀ ਸੀਗੀ ਇਹਦਾ ਸਲਾਹਕਾਰ ਸੀਗਾ ਇੱਕ ਤਰ੍ਹਾਂ ਦਾ ਠੀਕ ਹੈ ਇੱਥੇ ਤਾਂ ਜਿਹੇ ਬਹੁਤ ਵਧੀਆ ਵਧੀਆ ਗੱਲਾਂ ਕਰ ਰਿਹਾ ਇਹ ਬਟ ਐਕਚੁਅਲ ਦੇ ਵਿੱਚ ਆਪਾਂ ਨੂੰ ਪਤਾ ਦੇਖੋ ਅੰਗਰੇਜ਼ ਸਰਕਾਰ ਨੇ ਆਪਣੇ ਨਾਲ ਕੀ ਕੀਤਾ ਹੈਗਾ ਠੀਕ ਹੈ ਤਾਂ ਇੱਥੇ ਬੰਦੇ ਦੀ ਪ੍ਰੈਕਟਿਸ ਪ੍ਰੈਕਟਿਸ ਤੇ ਜੋ ਓਪੀਚ ਕਰਦਾ ਸੀ ਬਿਲਕੁਲ ਡਿਫਰੈਂਟ ਹੈਗਾ ਠੀਕ ਹੈ ਫਰੀਚ ਤਾਂ ਬਹੁਤ ਵਧੀਆ ਵਧੀਆ ਗੱਲਾਂ ਕਰ ਰਿਹਾ ਬਹੁਤ ਵਧੀਆ ਵਧੀਆ ਗੱਲਾਂ ਸੁਖਾਰਿਆ ਲੋਕਾਂ ਨੂੰ ਵੀ ਇਹ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਬਟ ਆਪ ਕੁਝ ਵੀ ਚਾਜਰੀ ਸੁਲਾ ਨਹੀਂ ਦੇਕੇਗਾ ਅੰਗਰੇਜ਼ ਸਰਕਾਰ ਚਲੋ ਡਿਫੈਂਡਰ ਆਫ ਪਰਸਨਲ ਲਿਬਰਟੀ ਹੁਣ ਦੇਖੋ ਅਗੇਨ ਪਰਸਨਲ ਲਿਬਰਟੀ ਬਾਰੇ ਬਹੁਤ ਗੱਲ ਕਰਦਾ ਠੀਕ ਹੈ ਵੀ ਲੋਕਾਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ ਲੋਕ ਲੋਕ ਆਪਣਾ ਡਿਸੀਜਨ ਆਪ ਲੈਣੇ ਚਾਹੀਦੇ ਨੇ ਠੀਕ ਹੈ ਬਟ ਅਗੇਨ ਇਹ ਵੀ ਕੀ ਹੈ ਜੀ ਪ੍ਰੈਕਟਿਸ ਤੇ ਪ੍ਰੀਚਿੰਗ ਬਿਲਕੁਲ ਡਿਫਰੈਂਟ ਹੈ ਜੀ ਠੀਕ ਹੈ ਬਟ ਸਟਿਲ ਆਪਾਂ ਨੇ ਇਹ ਚੀਜ਼ ਇਹ ਤੁਸੀਂ ਨਾ ਯਾਦ ਕਰੋ ਤੁਸੀਂ ਕਨਫਿਊਜ਼ ਹੋਵੋਗੇ ਠੀਕ ਹੈ ਤੁਸੀਂ ਇਹਦੇ ਬਾਰੇ ਵਧੀਆ ਵਧੀਆ ਯਾਦ ਕਰੋ ਕੋਈ ਫਿਰ ਕਨਫਿਊਜ਼ ਨਹੀਂ ਹੋਵਾਂਗੇ ਆਪਾਂ ਚਲੋ এনवायरमेंटल ਐਥਿਕਸ ਬਾਰੇ ਗੱਲ ਕੀਤੀ ਹੈ ਨੇ ਯੂਟਿਲਿਟੇਰੀਅਨਿਜ਼ਮ ਬਾਰੇ ਗੱਲ ਕੀਤੀ ਠੀਕ ਹੈ ਪਰਸਨਲ ਲਿਬਰਟੀ ਬਾਰੇ ਗੱਲ ਕੀਤੀ ਤੇ ਇੱਕ ਹੋਰ ਇੰਪੋਰਟੈਂਟ ਜਿਹੜਾ ਇਹਦਾ ਏਰੀਆ ਹੈ ਹਾਰਰਕੀ ਆਫ ਪਲੇਜ਼ਰ ਪਲੇਜ਼ਰ ਕੀ ਹੁੰਦਾ ਜੀ ਮਤਲਬ ਸਾਡੇ ਐਸ਼ੋ ਆਰਾਮ ਸਾਨੂੰ ਜਿਹੜਾ ਕਿਸੇ ਚੀਜ਼ ਤੋਂ ਸਾਨੂੰ ਖੁਸ਼ੀ ਮਿਲਦੀ ਹੋਵੇ ਉਹ ਸਾਡਾ ਪਲੇਜ਼ਰ ਹੋਊਗਾ ਠੀਕ ਹੈ ਤਾਂ ਹੁਣ ਦੇਖੋ ਪਲੇਜ਼ਰ ਹਰ ਤਰ੍ਹਾਂ ਦਾ ਹੋ ਸਕਦਾ ਹੈਗਾ ਸੈਂਸੂਅਲ ਪਲੇਜ਼ਰ ਵੀ ਹੋ ਸਕਦਾ ਹੈ ਬਾਡੀਲੀ ਪਲੇਜ਼ਰ ਵੀ ਹੋ ਸਕਦਾ ਹੈ ਜਾਂ ਫਿਰ ਇੰਟੈਲੈਕਚੁਅਲ ਪਲੇਜ਼ਰ ਵੀ ਹੋ ਸਕਦਾ ਹੈ ਠੀਕ ਹੈ ਬਾਡੀਲੀ ਪਲੇਜ਼ਰ ਮਤਲਬ ਕੀ ਹੈ ਜੇ ਵੀ ਆਪਾਂ ਨੇ ਕੁਝ ਜਿਹੜਾ ਕਿ ਫਾਸਟ ਫੂਡ ਖਾ ਲਿਆ ਇੱਕ ਵਾਰੀ ਤਾਂ ਆਪ ਨੂੰ ਵਧੀਆ ਲੱਗੂਗਾ ਵੀ ਖਾ ਲਿਆ ਬਟ ਬਾਅਦ ਵਿੱਚ ਕੀ ਹੋਊਗਾ ਬਾਅਦ ਵਿੱਚ ਪਛਤਾਵਾ ਹੋਊਗਾ ਵੀ ਕਿਉਂ ਮੈਨੇ ਫਾਸਟ ਫੂਡ ਖਾ ਲਿਆ ਠੀਕ ਹੈ ਮੇਨਤਾ ਮੈਂ ਅੱਜ ਇਹਨਾ ਵਰਕਆਊਟ ਕਰਕੇ ਆਇਆ ਤੇ ਅੱਜ ਮੈਨੇ ਫਾਸਟੂਡ ਖਾ ਲਿਆ ਤਾਂ ਪਛਤਾਵਾ ਹੋਊਗਾ ਇੱਕ ਵਾਰੀ ਦਾ ਬਾਡੀਲੀ ਪਲੇਜ਼ਰ ਨਾਲ ਆਪਾਂ ਨੂੰ ਪਛਤਾਵਾ ਹੋ ਸਕਦਾ ਠੀਕ ਹੈ ਬਟ ਇੰਟੈਲੈਕਚੁਅਲ ਪਲੇਜ਼ਰ ਕਿਵੇਂ ਹੋਊਗਾ ਵੀ ਮੈਨੇ ਅੱਜ ਕੋਈ ਬੁੱਕ ਪੜ੍ਹ ਲਈ ਠੀਕ ਹੈ ਇਹਦੇ ਨਾਲ ਕੀ ਹੋਊਗਾ ਮੈਨੂੰ ਇਹਦੇ ਨਾਲ ਵੀ ਸੰਤੁਸ਼ਟੀ ਮਿਲ ਰਹੀ ਹੈ ਇਹਦੇ ਨਾਲ ਵੀ ਸੰਤੁਸ਼ਟੀ ਮਿਲ ਰਹੀ ਹੈ ਬਟ ਬਾਡੀਲੀ ਪਲੇਜ਼ਰ ਕੀ ਹੈ ਰਜੇ ਇੱਕ ਥੋੜੀ ਘੱਟ ਸੰਤੁਸ਼ਟੀ ਦੇਣ ਵਾਲਾ ਕੁਝ ਲਿਮਿਟਿਡ ਸਮੇਂ ਵਾਸਤੇ ਸੰਤੁਸ਼ਟੀ ਦੇਣ ਵਾਲਾ ਜਿਹੜਾ ਇੰਟੈਲੈਕਚੁਅਲ ਪਲੇਜ਼ਰ ਹੈ ਉਹ ਲੰਬੇ ਸਮੇਂ ਤੱਕ ਦੇਣ ਵਾਲਾ ਯਾਨੀ ਕਿ ਪਲੇਜ਼ਰ ਤਾਂ ਬਟ ਅ ਪਲੇਜ਼ਰ ਦੀ ਆਪਾਂ ਰੈਂਕਿੰਗ ਵੀ ਕਰ ਸਕਦੇ ਹਾਂ ਵੀ ਕਿਹੜਾ ਪਲੇਜ਼ਰ ਜ਼ਿਆਦਾ ਵਧੀਆ ਹੈ ਕਿਹੜਾ ਪਲੇਜ਼ਰ ਘੱਟ ਵਧੀਆ ਹੈਗਾ ਠੀਕ ਹੈ ਤਾਂ ਇਹਨੂੰ ਆਪਾਂ ਕਹਿੰਦੇ ਜੀ ਹਾਇਰਾਰਕੀ ਆਫ ਪਲੇਜ਼ਰਜ਼ ਜਾਂ ਫਿਰ ਹੀਡੋਨਿਸਟਿਕ ਯੂਟਿਲਿਟੇਰੀਨਿਜ਼ਮ ਠੀਕ ਹੈ ਜੀ ਹੀਡੋਨਿਸਟਿਕ ਯੂਟਿਲਿਟੇਰੀਨਿਜ਼ਮ ਇਹ ਆਪਾਂ ਕਹਿ ਸਕਦੇ ਹਾਂ ਜੀ ਆਪਣਾ ਹਾਇਰਾਰਕੀ ਆਫ ਪਲੇਜ਼ਰ ਵੀ ਕਿਸੇ ਪਲੇਜ਼ਰ ਨੂੰ ਆਪਾਂ ਵੱਧ ਘੱਟ ਕਰਕੇ ਕਿਵੇਂ ਲਿਖ ਸਕਦੇ ਹਾਂ ਠੀਕ ਹੈ ਵੀ ਕਿਹੜਾ ਪਲੇਜ਼ਰ ਜ਼ਿਆਦਾ ਵਧੀਆ ਹੈ ਕਿਹੜਾ ਪਲੇਜ਼ਰ ਘੱਟ ਵਧੀਆ ਹੈ ਇਹ ਕਿਹਨੇ ਦਿੱਤਾ ਜੀ ਇਹ ਵੀ ਜੇਐਸ ਮਿਲਨੇ ਜੌਨ ਸਟੂਅਰਟ ਮਿਲਨੇ ਦਿੱਤਾ ਠੀ ਰਜੀ ਤੁਸੀਂ ਐਗਜ਼ਾਮ ਇਸ ਲੈਕਚਰ ਤੋਂ ਬਾਅਦ ਨਾ ਪਲੀਜ਼ ਆਪਣੇ ਸ਼ੋਰਟ ਨੋਟਸ ਜ਼ਰੂਰ ਬਣਾ ਲੈਣੇ ਵੀ ਕਿਹੜੇ ਕਿਹੜੇ ਥਿੰਕਰ ਨੇ ਕਿਹੜੀ ਕਿਹੜੀ ਗੱਲ ਕਹੀ ਇਹਦੇ ਨੋਟਸ ਥੋੜੇ ਬਣੇ ਹੋਣੇ ਚਾਹੀਦੇ ਨੇ ਠੀਕ ਹੈ ਫੇਰ ਹੀ ਯਾਦ ਹੋਣਾ ਐਦਾਂ ਕੱਲਾ ਲੈਕਚਰ ਸੁਣ ਕੇ ਯਾਦ ਨਹੀਂ ਹੋਣਾ ਤੁਸੀਂ ਲਿਖੋ ਲਿਖੋ ਖੁਦ ਨੋਟਸ ਬਣਾਓ ਫੇਰ ਯਾਦ ਹੋਊਗਾ ਨੈਕਸਟ ਆਪਣਾ ਥਿੰਕਰ ਆਉਂਦਾ ਜੀ ਦੁਰਖਿਮ ਦੁਰਖਿਮ ਨੇ ਕੀ ਕਹਿੰਦਾ ਜੀ ਇਹਨੇ ਮਤਲਬ ਜ਼ਿਆਦਾ ਕੋਈ ਗੱਲ ਨਹੀਂ ਕੀਤੀ ਬਸ ਇਹਨੇ ਕਿਹਾ ਵੀ ਜਿਹੜਾ ਰੱਬ ਹੈ ਠੀਕ ਹੈ ਰੱਬ ਨੇ ਬੰਦਿਆਂ ਨੂੰ ਨਹੀਂ ਬਣਾਇਆ ਹੈਗਾ ਬੰਦਿਆਂ ਨੇ ਰੱਬ ਨੂੰ ਬਣਾਇਆ ਹੈਗਾ ਠੀਕ ਹੈ ਗ ਬਟ ਪੀਪਲ ਹੈਵ ਕ੍ਰੀਏਟਡ ਗੋਡ ਠੀਕ ਹੈ ਕੀ ਮਤਲਬ ਹੈ ਅਸੀਂ ਲੋਕਾਂ ਅਸੀਂ ਲੋਕਾਂ ਨੇ ਰੱਬ ਨੂੰ ਬਣਾਇਆਗਾ ਕਿਸੇ ਨਾ ਕਿਸੇ ਗੱਲ ਸਹੀ ਵੀ ਹੈਗੀ ਹੈ ਠੀਕ ਹੈ ਕਿਉਂ ਬਣਾਇਆ ਰੱਬ ਨੂੰ ਅਸੀਂ ਕਿਉਂਕਿ ਅਸੀਂ ਇੱਕ ਪੋਜ਼ਿਟਿਵ ਮੋਟੀਵੇਸ਼ਨ ਲੈਣਾ ਚਾਹੁੰਦੇ ਹਾਂ ਠੀਕ ਹੈ ਕਿ ਅਗਰ ਸਾਨੂੰ ਆਸ ਨਹੀਂ ਕੋਈ ਸਾਡਾ ਪੇਪਰ ਨਹੀਂ ਕਲੀਅਰ ਹੋ ਰਹਾ ਸਾਡਾ ਕੋਈ ਕੰਮ ਨਹੀਂ ਹੋ ਰਿਹਾ ਫਿਰ ਵੀ ਸਾਨੂੰ ਰੱਬ ਦੇ ਵਿੱਚ ਇੱਕ ਆਸ ਰਹਿੰਦੀ ਹੈ ਪੀਕੇ ਮੂਵੀ ਬਹੁਤ ਅੱਛੀ ਐਗਜ਼ਾਮਪਲ ਹੈ ਇਸ ਦੇ ਵਾਸਤੇ ਠੀਕ ਹੈ ਕਿਉਂਕਿ ਇਹਦੇ ਵਿੱਚ ਵੀ ਇਹ ਚੀਜ਼ ਦਿਖਾਈ ਹੋਈ ਹੈ ਵੀ ਬੰਦੇ ਨੂੰ ਕੁਝ ਨਹੀਂ ਮਿਲ ਰਹਾਗਾ ਬਟ ਫਿਰ ਵੀ ਅਰਬ ਹਰ ਵਾਰ ਨਿਰਾਸ਼ਾ ਯਾਤੇ ਮਿਲ ਰਹੀ ਹੈ ਹਰ ਵਾਰ ਉਹਨੂੰ ਕੁਝ ਨਹੀਂ ਮਿਲ ਰਹਾਗਾ ਬਟ ਫਿਰ ਵੀ ਇੱਕ ਹੋਪ ਹੁੰਦੀ ਹੈ ਰੱਬ ਦੀ ਕਦੋਂ ਦਾ ਟਾਈਮ ਆਊਗਾ ਯਾਰ ਕਦੋਂ ਦਾ ਟਾਈਮ ਆਊਗਾ ਕਦੋਂ ਦਾ ਮੇਰਾ ਪੇਪਰ ਕਲੀਅਰ ਹੋਊਗਾ ਠੀਕ ਹੈ ਇੱਕ ਪੋਜ਼ਿਟਿਵ ਮੋਟੀਵੇਸ਼ਨ ਕਿਉਂ ਇਹ ਸਾਨੂੰ ਰੱਬ ਤੋਂ ਮਿਲਦੀ ਹੈ ਤੁਸੀਂ ਰੱਬ ਦੇ ਵਿੱਚ ਯਕੀਨ ਕਰੋ ਨਾ ਕਰੋ राजे ਠੀਕ ਹੈ ਪਰ ਇੱਕ ਪੋਜ਼ਿਟਿਵ ਮੋਸ਼ਨ ਮੋਟੀਵੇਸ਼ਨ ਠੀਕ ਹੈ ਇੱਕ ਰੇ ਆਫ ਹੋਪ ਇੱਕ ਉਮੀਦ ਦੀ ਕਿਰਨ ਉਮੀਦ ਹੀ ਕਿਰਨ ਸਾਨੂੰ ਰੱਬ ਤੋਂ ਹੀ ਮਿਲਦੀ ਹੈਗੀ ਠੀਕ ਹੈ ਉਮੀਦ ਬਹੁਤ ਵੱਡੀ ਚੀਜ਼ ਹੈ ਰਾਜ ਠੀਕ ਹੈ ਇਹ ਕੀ ਹੈ ਸਾਡਾ ਇਹ ਸਾਡਾ ਐਥਿਕਸ ਹੈਗੇ ਐਥਿਕਸ ਨਾਲ ਅਸੀਂ ਜੁੜਦੇ ਹਾਂ ਫਿਰ ਸਾਨੂੰ ਵੀ ਚੀਜ਼ਾਂ ਸਮਝ ਆ ਜਾਂਦੀਆਂ ਨੇ ਠੀਕ ਹੈ ਜਾਂ ਫਿਰ ਪੋਜ਼ਿਟਿਵ ਮੋਟੀਵੇਸ਼ਨ ਤੋਂ ਅਲਾਵਾ ਇਟ ਰੈਗੂਲੇਟ 네ਗੇਟਿਵ ਬਿਹੇਵੀਅਰ ਨੇਗੇਟਿਵ ਅਸੀਂ ਮਾੜਾ ਕੰਮ ਨਹੀਂ ਕਰਨਾ ਸਾਨੂੰ ਰੱਬ ਦਾ ਡਰ ਹੈਗਾ ਠੀਕ ਹੈ ਕੱਲੋਂ ਅਸੀਂ ਰੱਬ ਨਾਲ ਰੱਬ ਦੇ ਅੱਗੇ ਲੇਖਾ ਦੇਣਾ ਅਸੀਂ ਮਾੜਾ ਕੰਮ ਨਹੀਂ ਕਰਨਾ ਅਗੇ ਨੇ ਕੀ ਹੈ ਜੀ ਇਹ ਐਥਿਕਸ ਹੈਗਾ ਅਸੀਂ ਕਿਵੇਂ ਕੋਈ ਕੋਈ ਡਿਸੀਜਨ ਕਿਵੇਂ ਲੈਣਾ ਕਿਸੇ ਸਿਚੁਏਸ਼ਨ ਦੇ ਵਿੱਚ ਕੀ ਕੰਮ ਕਰਨਾ ਕੀ ਨਹੀਂ ਕਰਨਾ ਇਹ ਸਾਨੂੰ ਐਥਿਕਸ ਤੋਂ ਪਤਾ ਲੱਗ ਰਿਹਾ ਇਹ ਸਾਨੂੰ ਰੱਬ ਦੇ ਡਰ ਤੋਂ ਪਤਾ ਲੱਗ ਰਿਹਾ ਵੀ ਅਸੀਂ ਮਾੜਾ ਕੰਮ ਨਹੀਂ ਕਰਨਾ ਹੈ ਠੀਕ ਹੈ ਜੀ ਨੈਕਸਟ ਆਪਣੇ ਕੋਲ ਗ੍ਰੀਕ ਫਲਸਫਰ ਆਉਂਦੇ ਨੇ ਜੀ ਸੋਕ੍ਰੇਟਸ ਠੀਕ ਹੈ ਸੋਕ੍ਰੇਟਸ ਰਾਜੇ ਬਹੁਤ ਸੋਕ੍ਰੇਟਸ ਪਲਾਟੋ ਅਰਿਸਟੋਟਲ ਇਹ ਤਿੰਨੋਂ ਹੀ ਬਹੁਤ ਇੰਪੋਰਟੈਂਟ ਹੈਗੇ ਤਿੰਨੋਂ ਹੀ ਤੁਸੀਂ ਨਾਮ ਕੋਈ ਵੀ ਸੁਣੇ ਹੋਣੇ ਤਿੰਨਾਂ ਦੇ ਠੀਕ ਹੈ ਤਾਂ ਸੋਕ੍ਰੇਟਸ ਕੀ ਕਹਿੰਦਾ ਰਜੇ ਸੋਕ੍ਰੇਟਸ ਨੇ ਥਿਉਰੀ ਦਿੱਤੀ ਐਥਿਕਸ ਆਫ ਹੈਪੀਨੈਸੀ ਇਹ ਕਹਿੰਦਾ ਕੋਈ ਕ ਅਗਰ ਕੋਈ ਕੰਮ ਐਥੀਕਲ ਹੈ ਤਾਂ ਉਹਦੇ ਨਾਲ ਤੁਹਾਨੂੰ ਡੈਫੀਨਿਟਲੀ ਕੀ ਮਿਲੂਗੀ ਹੈਪੀਨੈਸ ਮਿਲੂਗੀ ਠੀਕ ਹੈ ਯਾਨੀ ਕਿ ਅਗਰ ਤੁਸੀਂ ਕੋਈ ਐਥੀਕਲ ਕੰਮ ਕਰਦੇ ਤਾਂ ਉਹਦੇ ਨਾਲ ਹੈਪੀਨੈਸ ਮਿਲੂਗੀ ਹੀ ਮਿਲੂਗੀ ਠੀਕ ਹੈ ਚਾਹੇ ਤੁਸੀਂ ਆਪਣਾ ਨੁਕਸਾਨ ਕਰ ਰਹੇ ਹੋ ਠੀਕ ਹੈ ਚਾਹੇ ਤੁਸੀਂ ਆਪਣੀ ਜੇਬ ਦੇ ਵਿੱਚੋਂ ਹਜ਼ਾਰ ਰੁਪਏ ਕੱਢ ਕੇ ਆਪਣੇ ਫਰੈਂਡ ਨੂੰ ਦੇ ਰਹੇ ਹੋ ਜਿਹਨੂੰ ਕਿ ਲੋੜ ਸੀਗੀ ਬਟ ਉਹਦੇ ਨਾਲ ਤੁਹਾਨੂੰ ਹੈਪੀਨੈਸ ਹੋਊਗੀ ਤੁਹਾਨੂੰ ਖੁਸ਼ੀ ਹੋਊਗੀ ਤੁਸੀਂ ਕਿਸੇ ਦੀ ਹੈਲਪ ਕੀਤੀ ਹੈਗੀ ਹੈ ਠੀਕ ਹੈ ਚਾਹੇ ਤੁਹਾਡਾ ਜੇਬ ਦੇ ਵਿੱਚੋਂ ਹਜ਼ਾਰ ਰੁਪਏ ਗਿਆ ਹੈ ਠੀਕ ਹੈ ਜਾਂ ਕਿਸੇ ਵੀ ਤਰ੍ਹਾਂ ਹੋਰ ਤੁਸੀਂ ਗਰੀਬ ਦੀ ਹੈਲਪ ਕੀਤੀ ਹੈ ਤਾਂ ਤੁਹਾਨੂੰ ਖੁਸ਼ੀ ਹੋਊਗੀ ਇਹ ਕੀ ਹੈ ਤੁਹਾਡਾ ਕੰਮ ਹੋਊਗਾ ਜੀ ਇਹ ਐਥੀਕਲ ਕੰਮ ਹੋਊਗਾ ਗੱਲ ਕਰੀ ਆਪਾਂ ਸੱਚੇ ਸੌਦੇ ਦੀ ਠੀਕ ਹੈ ਬਾਬੇ ਨਾਨਕ ਨੂੰ ਜਿਹੜਾ ਪੈਸੇ ਦਿੱਤੇ ਸੀ ਕਦੇ ਵਸਤੇ ਸੀਗੇ ਸੋਦੇ ਵਸਤੇ ਸੀ ਬਟ ਉਹਨਾਂ ਨੇ ਕੀ ਕੀਤਾ ਜੀ ਭੁੱਖੇ ਸਾਧੂ ਨੂੰ ਲੰਗਰ ਚਕਾਤਾ ਤਾਂ ਕੀ ਸੀਗਾ ਜੀ ਇਹਦੇ ਨਾਲ ਉਹਨੂੰ ਖੁਸ਼ੀ ਮਿਲੀ ਬਾਬੇ ਨਾਨਕ ਨੂੰ ਠੀਕ ਹੈ ਇਹ ਕੀ ਹੈ ਜੀ ਐਥੀਕਲ ਕੰਮ ਕੀਤਾ ਚਾਹੇ ਆਪਣੇ ਪਿਤਾ ਨੂੰ ਨਾਰਾਜ਼ ਕੀਤਾ ਨਾਰਾਜ਼ ਕੀਤਾ ਬਟ ਉਹਨਾਂ ਦੇ ਵਿੱਚ ਉਸ ਨੂੰ ਹੈਪੀਨੈਸ ਮਿਲੀ ਠੀਕ ਹੈ ਕਿਉਂਕਿ ਕੰਮ ਐਥੀਕਲ ਸੀਗਾ ਹੋ ਤਾਂ ਮਤਲਬ ਕੀ ਹੈ ਐਥੀਕਲ ਕੰਮ ਦੇ ਵਿੱਚ ਉਸ ਹਮੇਸ਼ਾ ਸਾਨੂੰ ਕੀ ਮਿਲਦੀ ਹੈ ਖੁਸ਼ੀ ਮਿਲਦੀ ਹੈ ਠੀਕ ਹੈ ਜੀ ਤਾਂ ਇਹਦੇ ਵਿੱਚ ਕੀ ਹੈ ਜੀ ਨੋਲੇਜ ਵਰਚੂ ਸੋਕ੍ਰੇਟਸ ਨੇ ਇੱਕ ਹੋਰ ਚੀਜ਼ ਦਿੱਤੀ ਨੋਲੇਜ ਵਰਚੂ ਸੋਕ੍ਰੇਟਸ ਕਹਿੰਦਾ ਹੈ ਆਪਣਾ ਜਿਹੜਾ ਇਨਸਾਨ ਹੈ ਉਹ ਕਦੇ ਵੀ ਨੋਇੰਗਲੀ ਜਾਣ ਬੁੱਝ ਕੇ ਕੋਈ ਮਾੜਾ ਕੰਮ ਨਹੀਂ ਕਰਦਾ ਹੈਗਾ ਠੀਕ ਹੈ ਅਗਰ ਆਪਾਂ ਕਹਿ ਰਹੇ ਹਾਂ ਵੀ ਕੋਈ ਮਾੜਾ ਕੰਮ ਕਰ ਰਿਹਾ ਹੈ ਮੰਨ ਲਓ ਕੋਈ ਆ ਡਰਿੰਕ ਕਰ ਰਿਹਾ ਹੈਗਾ ਠੀਕ ਹੈ ਡਰਿੰਕ ਕਰ ਰਿਹਾ ਹੈ ਤਾਂ ਡਰਿੰਕ ਬੰਦ ਤਾਂ ਕਰ ਰਿਹਾ ਉਹਨੂੰ ਅਸਲ ਦੇ ਵਿੱਚ ਪਤਾ ਨਹੀਂ ਹੈ ਕਿੰਨੀ ਕੁ ਮਾੜੀ ਹੈ ਠੀਕ ਹੈ ਆ ਆਬਵੀਅਸਲੀ ਸਾਨੂੰ ਪਤਾ ਹੈ ਕਿ ਮਾੜੀ ਹੈ ਕਿ ਚੰਗੀ ਹੈ ਬਟ ਉਸ ਬੰਦੇ ਨੂੰ ਉਹਨਾਂ ਨੂੰ ਨਹੀਂ ਪਤਾ ਹੈਗਾ ਠੀਕ ਹੈ ਯਾਨੀ ਕਿ ਕੋਈ ਵੀ ਬੰਦਾ ਜਾਣ ਬੁੱਝ ਕੇ ਮਾੜਾ ਕੰਮ ਨਹੀਂ ਕਰਦਾ ਕੌਣ ਕਹ ਰਿਹਾ ਜੀ ਇਹ ਸੋਕ੍ਰੇਟਸ ਕਹ ਰਿਹਾ ਮੈਂ ਨਹੀਂ ਕਹ ਰਿਹਾ ਸੋਕ੍ਰੇਟਸ ਕਹ ਰਿਹਾ ਵੀ ਕੋਈ ਵੀ ਬੰਦਾ ਜਾਣ ਬੁੱਝ ਕੇ ਕੰਮ ਨਹੀਂ ਮਾੜਾ ਨਹੀਂ ਕਰਦਾ ਜਿੰਨੇ ਕਿ ਬੰਦੇ ਨੂੰ ਨੋਲਿਜ ਹੈ ਜਿੰਨੇ ਕਿ ਬੰਦੇ ਨੂੰ ਅਕਲ ਹੈਗੀ ਹੈ ਉਸ ਹਿਸਾਬ ਨਾਲ ਵਧੀਆ ਕੰਮ ਕਰਦਾ ਓਬਵੀਅਸਲੀ ਗੱਲ ਹੈ ਚਾਹੇ ਕੋਈ ਕ੍ਰਿਮੀਨਲ ਹੀ ਕਿਉਂ ਨਾ ਹੋਵੇ ਕ੍ਰਿਮੀਨਲ ਵਾਸਤੇ ਉਹ ਕ੍ਰਿਮ ਗ੍ਰਾਈਮ ਹੀ ਬੱਚੀ ਗੱਲ ਹੈ ਕ੍ਰਿਮੀਨਲ ਵਾਸਤੇ ਤਾਂ ਕ੍ਰਾਈਮ ਹੀ ਉਹਦਾ ਕੰਮ ਹੈਗਾ ਠੀਕ ਹੈ ਤਾਂ ਉਹਦੀ ਨੌਲੇਜ ਹੈਗੀ ਤਾਂ ਜਿੰਨੇ ਕੇ ਬੰਦੇ ਦੀ ਨੌਲੇਜ ਹੈਗੀ ਆਪਣੇ ਨੌਲੇਜ ਹਿਸਾਬ ਨਾਲ ਕੰਮ ਕਰਦਾ ਚੰਗਾ ਮਾੜਾ ਉਹਦੀ ਨੌਲੇਜ ਤੇ ਡਿਪੈਂਡ ਕਰਦਾ ਵੀ ਨੌਲੇਜ ਕਿਹੜੀ ਆ ਉਹਦੀ ਠੀਕ ਹੈ ਤਾਂ ਹੁਣ ਜੇ ਬੰਦੇ ਨੂੰ ਨੌਲੇਜ ਹੈਗੀ ਹੈ ਤਾਂ ਉਹ ਹਮੇਸ਼ਾ ਚੰਗਾ ਕੰਮ ਹੀ ਕਰੂਗਾ ਆਪਾਂ ਕਹਿ ਸਕਦੇ ਹਾਂ ਠੀਕ ਹੈ ਅਨਨੋਇੰਗਲੀ ਜੋ ਵੀ ਕੰਮ ਮਾੜੇ ਕੰਮ ਕਰਦਾ ਬੰਦਾ ਜਿਹੜਾ ਕੀ ਹੈ ਇਗਨੋਰੈਂਸ ਕਰਕੇ ਕਰਦਾ ਹੈਗਾ ਇਗਨੋਰੈਂਸ ਠੀਕ ਹੈ ਇਗਨੋਰੈਂਸ ਕਰਕੇ ਕੋਈ ਵੀ ਮਾੜਾ ਕੰਮ ਕਰਦਾ ਜੇ ਕਰਦਾ ਹੈ ਅਦਰਵਾਈਜ਼ ਨੋਇੰਗਲੀ ਵਿਦ ਅਗਰ ਨੌਲੇਜ ਹੈਗੀ ਹੈ ਤਾਂ ਕੋਈ ਵੀ ਔਰਲੀ ਚੀਜ਼ ਇੰਪੋਰਟੈਂਟ ਹੈ ਜੀ ਐਥਿਕਸ ਆਫ ਅਪੀਲਸ ਸੋਕ੍ਰੈਟਸ ਦਾ ਗੁਰੂ ਚੇਲਾ ਕੌਣ ਸੀ ਜੀ ਪਲਾਟੋ ਸੀਗਾ ਠੀਕ ਹੈ ਫਿਰ ਪਲਾਟੋ ਦਾ ਚੇਲਾ ਕੌਣ ਸੀ ਜੀ ਅਰਿਸਟੋਟਲ ਸੀਗਾ ਤਾਂ ਅਰਿਸਟੋਟਲ ਕਾਫੀ ਇੰਪੋਰਟੈਂਟ ਹੈ ਜੀ ਇਹਨਾਂ ਨੇ ਕੀ ਦਿੱਤਾ ਇਹਨਾਂ ਨੇ ਇੱਕ ਗੋਲਡਨ ਮੀਨ ਦਾ ਕਨਸੈਪਟ ਦਿੱਤਾ ਗੋਲਡਨ ਮੀਨ ਮੱਧਿਆਮਾਰਗ ਦਾ ਦੇਖੋ ਇੱਕ ਤਾਂ ਹੈਗੀ ਹੈ ਮੈਂ ਬਿਲਕੁਲ ਰੋਟੀ ਨਹੀਂ ਖਾਣਾ ਹੈਗਾ ਇੱਕ ਹੈਗੀ ਹੈ ਮੈਂ 10 ਰੋਟੀ ਖਾਣਾ ਹੈਗਾ ਠੀਕ ਹੈ ਇੱਕ ਹੈਗੀ ਹੈ ਮੈਂ 3-4 ਰੋਟੀਆਂ ਖਾਣਾ ਠੀਕ ਹੈ ਤਾਂ ਮਤਲਬ ਕੀ ਹੈ ਇਹ ਦੋਨੇ ਐਕਸਟ੍ਰੀਮ ਨੇ ਮੈਂ ਬਿਲਕੁਲ ਵੀ ਖਾਣਾ ਨਹੀਂ ਖਾਣਾ ਹੈਗਾ ਮੈਂ ਮਿਡਲ ਪਾਥ ਹੈ ਕਦੇ ਵੀ ਐਕਸਟ੍ਰੀਮ ਦੇ ਉੱਪਰ ਨਹੀਂ ਜਾਣਾ ਚਾਹੀਦਾ ਹਮੇਸ਼ਾ ਮਿਡਲ ਮਾਰਕ ਜਿਹੜਾ ਕਿ ਮਿਡਲ ਪਾਥ ਹੈ ਉਹ ਫੋਲੋ ਕਰਨਾ ਚਾਹੀਦਾ ਹੈ ਦੇਖੋ ਕਦੇ ਵੀ ਐਜ਼ ਅ ਐਡਮਿਨਿਸਟਰेटर ਆਪਾਂ ਨੂੰ ਠੀਕ ਹੈ ਕਦੇ ਵੀ ਬੜੇ ਸਟ੍ਰਿਕਟ ਕਦਮ ਨਹੀਂ ਲੈਣੇ ਚਾਹੀਦੇ ਵੀ ਫਟਾਫਟ ਲੋਕਡਾਊਨ ਲਗਾ ਦਿਓ ਫਟਾਫਟ ਲੋਕਾਂ ਨੂੰ ਜਿਹੜਾ ਕੀ ਹੈ ਘਰਾਂ ਦੇ ਵਿੱਚ ਤੱਕ ਦਿਓ ਬਸ ਫੜਾ ਕੋਈ ਜੇ ਬਾਅਦ ਕਿੜਾ ਫਟਾਫਟ ਲਾਟੀ ਚਾਰਜ ਕਰ ਦਿਓ ਐਦਾਂ ਇਹ ਕੀ ਹੋਇਆ ਐਕਸਟ੍ਰੀਮ ਹੋਊਗੀ ਯਾ ਫਿਰ ਕੀ ਐਕਸਟ੍ਰੀਮ ਹੋਊਗੀ ਵੀ ਕੋਈ ਗੱਲ ਨਹੀਂ ਯਾਰ ਫਿਰਾਂ ਤੋਂ ਜੋ ਮਰਜ਼ੀ ਕਰਨ ਉਹ ਐਸ਼ ਕਰਨ ਉਹ ਠੀਕ ਹੈ ਤਾਂ ਇਹ ਦੋਨੇ ਐਕਸਟ੍ਰੀਮਸ ਨੇ ਬਟ ਆਪਾਂ ਨੂੰ ਐਜ਼ ਅ ਐਡਮਿਨਿਸਟਰेटर ਐਜ਼ ਅ ਸਬ ਇਨਸਪੈਕਟਰ ਅਸੀਂ ਕੀ ਹੈ ਇੱਕ ਮੀਡਲ ਪਾਥ ਲ ਬਣਾਏਗਾ ਠੀਕ ਹੈ ਵੀ ਕਿੰਨਾ ਕੁ ਅਸੀਂ ਜਿਹੜਾ ਕੀ ਹੈ ਲੋਕਡਾਊਨ ਲਗਾਣਾ ਹੈ ਪਾਰਸ਼ੀਅਲ ਲਗਾਣਾ ਹੈ ਵੱਧ ਲਗਾਣਾ ਘੱਟ ਲਗਾਣਾ ਉਹ ਅਸੀਂ ਔਨ ਕੇਸ ਬਾਈ ਕੇਸ ਡਿਸਾਈਡ ਕਰਾਂਗੇ ਤਾਂ ਇਹ ਕੀ ਕਹਿੰਦੇ ਜਾਈ ਨੂੰ 골ਡਨ ਮੀਨ ਕਹਿੰਦੇ ਆਪਾਂ ਠੀਕ ਹੈ ਯਾਨੀ ਕਿ ਅਸੀਂ ਜੇ ਆਪਾਂ ਗੱਲ ਕਰੀਏ ਕਿ ਸੇ ਸਿਚੁਏਸ਼ਨ ਦੇ ਵਿੱਚ ਆਪਾਂ ਕਿਵੇਂ ਡਿਸਾਈਡ ਕਰਨਾ ਹੈ ਯਾ ਤਾਂ ਆਪਾਂ ਡਰਪੋਕ ਹੋਈਏ ਠ ਇਆ ਫਿਰ ਆਪਾਂ ਜਮਾਂ ਹੀ ਮਤਲਬ ਬੇ ਕਰਕੇ ਹੋਈ ਹੈ ਨਾ ਵੀ ਆਪਾਂ ਨੂੰ ਕੋਈ ਫਰਕ ਫਰਕ ਨਹੀਂ ਪੈਂਦਾ ਕੋਈ ਕਰਕੇ ਨਹੀਂ ਸਾਡੇ ਘਰ ਦੇ ਹੈਗੇ ਨੇ ਪਰਿਵਾਰ ਪਰਿਵਾਰ ਦੇ ਮੈਂਬਰ ਨੇ ਸਾਡੀ ਕੋਈ ਵੇਟ ਕਰ ਰਿਹਾ ਠੀਕ ਹੈ ਅਸੀਂ ਕੋਈ ਪ੍ਰਵਾਣੀ ਕਰਦੇ ਅਸੀਂ ਬਿਲਕੁਲ ਨੀਡਰ ਹੋ ਕੇ ਜਿਹੜਾ ਕਿ ਨੀਡਰ ਨਹੀਂ ਮੈਂ ਕਵਾਂਗਾ ਉਹਨੂੰ ਬੇਵਕੂਫੀ ਕਵਾਂਗਾ ਵੀ ਬੇਵਕੂਫੀ ਵਾਲਾ ਡਿਸੀਜਨ ਆਪਾਂ ਲੈ ਸਕਦੇ ਹਾਂ ਤਾਂ ਇਹ ਦੋਨੇ ਕੀ ਨੇ ਐਕਸਟ੍ਰੀਮ ਨੇ ਜਮਾਂ ਡਰ ਰ ਬਟਰਪੋਗ ਬੰਨਾ ਵੀ ਐਕਸਟ੍ਰੀਮ ਹੈ ਜਾਂ ਜਮਾਂ ਬੇ ਪ੍ਰਵਾਹ ਬੰਨਾ ਵੀ ਐਕਸਟ੍ਰੀਮ ਹੈਗਾ ਅਸਲ ਦੇ ਵਿੱਚ ਜੋ ਅਪਣਾਣਾ ਚਾਹੀਦਾ ਆਪ ਨੂੰ ਉਹ ਹੈ ਜੀ ਕਰੇਜ ਹੌਸਲਾ ਠੀਕ ਹੈ ਬੀ ਜੋ ਜਿੱਥੇ ਸਾਨੂੰ ਕਰੇਜ ਦੀ ਲੋੜ ਆ ਉੱਥੇ ਸਾਨੂੰ ਦਿਖਾਣੀ ਚਾਹੀਦੀ ਹੈ ਅਦਰਵਾਈਜ਼ ਸਾਨੂੰ ਫਾਲਤੂ ਜਿਹੜਾ ਕੀ ਹੈ ਇੱਕ ਬੇਪਰਵਾਹੀ ਵਾਲੀ ਜਿਹੜੇ ਕੰਮ ਕਰਨੇ ਨਹੀਂ ਚਾਹੀਦੇ ਹੈਗੇ ਤਾਂ ਇਹ ਕੀ ਹੈ ਜੀ ਇੱਕ ਮਿਡਲ ਪਾਥ ਹੈ ਇੱਕ ਗੋਲਡਨ ਮੀਨ ਹੈ ਲੈਫਟ ਸਾਈਡ ਤੇ ਬਿਲਕੁਲ ਹੀ ਡਰਪੋਕਨਸ ਹੈਗੀ ਠੀਕ ਹੈ ਕੋਵੈਡੀ ਸੀਗੀ ਤੇ ਰੈਸ਼ਨਸ ਕੀ ਹੈ ਜੀ ਬਿਲਕੁਲ ਬੇਪਰਵਾਹੀ ਹੈਗੀ ਤੇ ਇਨ ਬੀਟਵੀਨ ਕਰੇਜ ਹੈ ਸਾਡਾ ਹੌਸਲਾ ਹੈ ਸਾਡੀ ਦਲੇਰੀ ਹੈ ਦਲੇਰੀ ਵਰਡ ਬਹੁਤ ਇੰਪੋਰਟੈਂਟ ਹੈ ਇੱਕ ਗੋਲਡਨ ਮੀਨ ਹੈ ਇੱਕ ਮੱਧਿਆ ਮਾਰਗ ਹੈ ਆਪਾਂ ਅੱਗੇ ਪੜਾਂਗੇ ਰਾਜੀ ਅ ਮਹਾਤਮਾ ਬੁੱਧ ਬਾਰੇ ਪੜਾਂਗੇ ਠੀਕ ਹੈ ਮਹਾਤਮਾ ਬੁੱਧ ਵੀ ਅਸੀਂ ਮੀਡਲ ਪਾਥ ਦੀ ਗੱਲ ਕਰਦੇ ਨੇਗੇ ਠੀਕ ਹੈ ਕਰ ਯਾਨੀ ਕਿ ਮੀਡਲ ਪਾਥ ਯਾਨੀ ਕਿ ਗੋਲਡਨ ਮੀਨ ਦੀ ਤਾਂ ਯਾਦ ਕੀ ਕਰਨਾ ਆਪਣੇ ਵੀ ਅਰਿਸਟੋਟਲ ਨੇ ਗੋਲਡਨ ਮੀਨ ਦਾ ਕਨਸੈਪਟ ਦਿੱਤਾ ਠੀਕ ਹੈ ਜੀ ਚਲੋ ਕਾਲ ਮਾਰਕਸ ਦਾ ਨਾਮ ਤੁਸੀਂ ਬਹੁਤ ਵੀ ਸੁਣਿਆ ਹੋਣਾ ਰਹੇ ਜੀ ਠੀਕ ਹੈ ਮਾਰਕਸਿਸਟ ਮਾਰਕਸਿਜ਼ਮ ਫਲਸਫੀ ਦਿੱਤੀ ਇਹਨਾਂ ਨੇ ਠੀਕ ਹੈ ਤਾਂ ਜਿਹੜੀ ਇਹਨਾਂ ਦੀ ਫਲਸਫੀ ਹੈਗੀ ਕਾਲ ਮਾਰਕਸ ਦੀ ਇੱਕ ਕਮਿਊਨਿਸਟ ਫਲਸਫੀ ਹੈਗੀ ਕਮਿਊਨਿਜ਼ਮ ਠੀਕ ਹੈ ਕੀ ਕਹਿੰਦੀ ਹੈ ਇਹ ਫਲਸਫੀ ਵੀ ਜਿਵੇਂ ਦੇਖੋ ਆਪਣਾ ਪਰਿਵਾਰ ਹੈਗਾ ਫ ਫੈਮਿਲੀ ਦੇ ਵਿੱਚ ਜਿਹਦੇ ਕੋਲੇ ਰਿਸੋਰਸਸ ਹੈਗੇ ਨੇ ਕਮਾਈ ਕਰਦੇ ਇਨਕਮ ਕਰਦੇ ਉਹ ਇਨਕਮ ਕਰਦਾ ਹੈਗਾ ਠੀਕ ਹੈ ਜਿਹਦੇ ਕੋਲੇ ਨਹੀਂ ਹੈਗੇ ਉਹ ਆਪਣਾ ਖਰਚਾ ਕਰਦਾ ਹੈ ਸਿੰਪਲੀ ਸਿੰਪਲ ਜੀ ਗੱਲ ਹੈ ਠੀਕ ਹੈ ਹੁਣ ਆਪਾਂ ਮਤਲਬ ਅਗਰ ਅਨਐਮਪਲੋਇਡ ਆ ਠੀਕ ਹੈ ਤਾਂ ਆਪਣੇ ਕੋਲੇ ਖਰਚਾ ਨਹੀਂ ਹੈਗਾ ਆਪਾਂ ਆਪਣੇ ਘਰ ਤੋਂ ਦੇ ਘਰ ਤੋਂ ਲਵਾਂਗੇ ਆਪਾਂ ਨੂੰ ਘਰ ਦੇ ਐਵੇਂ ਤਾਂ ਨਹੀਂ ਕਹਿੰਦੇ ਨਾ ਵੀ ਤੂੰ ਕੋਈ ਕੰਮ ਕਰਕੇ ਦਿਖਾ ਮੈਨੂੰ ਕਿਉਂਕਿ ਮੈਂ ਫੇਰ ਤੈਨੂੰ ਪੈਸਾ ਮਿਲੂਗਾ ਠੀਕ ਹੈ ਆਪਾਂ ਨੂੰ ਜੇਬ ਖਰਚਾ ਮਿਲਦਾਈ ਆਪਾਂ ਨੂੰ ਪਾਕਟ ਮਿਲ ਮੈਨੂੰ ਕੀ ਮਿਲੂਗੀ ਆਪਾਂ ਨੂੰ ਤਾਂ ਮਤਲਬ ਇੱਕ ਪਰਿਵਾਰ ਦੇ ਵਿੱਚ ਜਿਹੜਾ ਬੰਦਾ ਏਬਲ ਹੈ ਉਹ ਕਮਾਈ ਕਰਦਾ ਹੈ ਜਿਹੜਾ ਬੰਦਾ ਏਬਲ ਨਹੀਂ ਹੈਗਾ ਜੇ ਕੁਝ ਹੋਰ ਪੜ ਰਿਹਾ ਹੈ ਪੜਾਈ ਕਰ ਰਿਹਾ ਉਹ ਉਹ ਕੰਜ਼ਮਪਸ਼ਨ ਕਰਦਾ ਐਕਸਪੈਂਡੀਚਰ ਕਰਦਾ ਹੈਗਾ ਠੀਕ ਹੈ ਤਾਂ Karl Marx ਕੀ ਕਹਿੰਦਾ ਹੈ ਵੀ ਸੋਸਾਇਟੀ ਦੇ ਵਿੱਚ ਵੀ ਇਦਾਂ ਹੀ ਹੋਣਾ ਚਾਹੀਦਾ ਹੈਗਾ ਸੋਸਾਇਟੀ ਦੇ ਵਿੱਚ ਵੀ ਇਦਾਂ ਹੀ ਹੋਣਾ ਚਾਹੀਦਾ ਹੈ ਵੀ ਜਿਹੜਾ ਬੰਦਾ ਟੈਲੈਂਟਡ ਹੈ ਉਹ ਕਮਾਈ ਕਰੇ ਕੋਈ ਗੱਲ ਨਹੀਂ ਜਿਹੜਾ ਬੰਦਾ ਘੱਟ ਟੈਲੈਂਟਡ ਹੈ ਜਾਂ ਨਹੀਂ ਹੈਗਾ ਠੀਕ ਹੈ ਉਹ ਕਮਾਈ ਘੱਟ ਕਰ ਲੇ ਬਟ ਉਹਨੂੰ ਜਿਹੜੀਆਂ ਫੈਸਿਲਿਟੀਆਂ ਨੇ ਸਾਰੇ ਮਿਲਣੇ ਚਾਹੀਦੇ ਨਹੀਂ ਆ ਹੁਣ ਪਰਿਵਾਰ ਦੇ ਵਿੱਚ ਆਪਾਂ ਚਾਹੇ ਆਪ ਕਮਾਈ ਨਹੀਂ ਕਰ ਰਹੇ ਬਟ ਏਸੀ ਦੇ ਵਿੱਚ ਤਾਂ ਫੇਰ ਵੀ ਸੌਂਦੇ ਹਨਾ ਠੀਕ ਹੈ ਸਾਰੀਆਂ ਜਿਹੜੀਆਂ ਸੁੱਖ ਸੁਵਿਧਾ ਇੱਕ ਅਰਨਿੰਗ ਮੈਂਬਰ ਨੂੰ ਮਿਲ ਰਹੀਆਂ ਨੇ ਉਹ ਸਾਨੂੰ ਵੀ ਤਾਂ ਮਿਲ ਰਹੀਆਂ ਨੇ ਸਾਨੂੰ ਵੀ ਖਾਣਾ ਮਿਲਦਾ ਹੈਗਾ ਚਾਹੇ ਅਸੀਂ ਕਮਾਈ ਨਹੀਂ ਕਰ ਰਹੇ ਹੈਗੇ ਤਾਂ Karl Marx ਕਹਿੰਦਾ ਜੇ ਸੋਸਾਇਟੀ ਦੇ ਵਿੱਚ ਵੀ ਇਦਾਂ ਹੀ ਹੋਣਾ ਚਾਹੀਦਾ ਹੈ ਵੀ ਜਿਹੜਾ ਬੰਦਾ ਕਮਾਈ ਕਰ ਪਾਰਿਆ ਟੈਲੈਂਟਡ ਹੈ ਮਲਟੀ ਮਿਲੀਅਨਰ ਹੈ ਠੀਕ ਹੈ ਅੱਛੀ ਗੱਲ ਹੈ ਬਟ ਜਿਹੜਾ ਕਿ ਗਰੀਬ ਲੋਕ ਨੇ ਉਹਨਾਂ ਕੋਲੇ ਵੀ ਜਿਹੜੇ ਕੋਈ ਸੁੱਖ ਸੁਵਿਧਾ ਦਾ ਕੋਈ ਕਮੀ ਨਹੀਂ ਹੋਣੀ ਚਾਹੀਦੀ ਠੀਕ ਹੈ ਉਹਨਾਂ ਕੋਲੇ ਵੀ ਜਿਹੜੇ ਸਾਰੇ ਸਾਧਨ ਨਹੀਂ ਉਹ ਹੋਣੇ ਚਾਹੀਦੇ ਨੇ ਠੀ ਵੀ ਸੋਸਾਇਟੀ ਸ਼ੁੱਡ ਬੀ ਐਨ ਐਕਸਪੈਂਡਡ ਫਾਰਮ ਆਫ ਫੈਮਿਲੀ ਜਿਵੇਂ ਫੈਮਿਲੀ ਦੇ ਵਿੱਚ ਹੁੰਦਾ ਉਦਾਂ ਹੀ ਸੋਸਾਇਟੀ ਦੇ ਵਿੱਚ ਵੀ ਹੋਣਾ ਚਾਹੀਦਾ ਠੀਕ ਹੈ ਤੇ ਜਿਹੜੀ ਕਮਿਊਨਿਸਟ ਫਿਲਾਸਫੀ ਹੈਗੀ ਹੈ ਕਮਿਊਨਿਸਟ ਫਿਲਾਸਫੀ ਹੈ Karl Marx ਦੇ ਅਕੋਰਡਿੰਗ ਇਨ ਫਿਊਚਰ ਇਹ ਚੀਜ਼ ਸਭ ਤੋਂ ਵੱਧ ਜਿਹੜੇ ਕੀ ਕੰਮ ਕਰੂਗੀ ਠੀਕ ਹੈ ਕਿ ਇਹ ਅਲਟੀਮੇਟ ਸਟੇਜ ਹੈ ਏ ਹਿਊਮਨ ਡਿਵੈਲਪਮੈਂਟ ਦੀ ਅਲਟੀਮੇਟ ਸਟੇਜ ਹੈ ਕਮਿਊਨਿਜ਼ਮ ਠੀਕ ਹੈ ਇਹ ਕਾਰਲ ਮਾਰਕਸ ਅਕੋਰਡਿੰਗ ਕਿਉਂਕਿ ਇਹ ਤੋਂ ਉਪਰ ਤਾਂ ਕੁਝ ਹੈ ਨਹੀਂ ਨਾ ਜੇ ਇੱਕ ਸੋਸਾਇਟੀ ਇੱਕ ਫੈਮਿਲੀ ਵਾਂਗੂ ਰਹਿਣ ਲੱਗੀ ਤਦ ਉਪਰ ਤਾਂ ਕੁਝ ਹੈ ਨਹੀਂਗਾ ਫਿਰ ਤਾਂ ਆਰਾਮ ਰਾਜ ਆਜੂਗਾ ਠੀਕ ਹੈ ਇਹਨੂੰ ਆਪਾਂ ਕਹਿੰਦੇ ਜੀ ਯੂਟੋਪੀਅਨ ਫਲਸਫੀ ਯੂਟੋਪੀਅਨ ਮਤਲਬ ਕੀ ਹੈ ਵੀ ਜਿੱਥੇ ਯੂਟੋਪੀਆ ਯੂਟੋਪੀਆ ਸਮਝਦੇ ਹੋ ਤੁਸੀਂ ਆਰਾਮ ਰਾਜ ਠੀਕ ਹੈ ਆਪਾਂ ਪੰਜਾਬੀ ਦੇ ਵਿੱਚ ਆਰਾਮ ਰਾਜ ਕਹਿ ਸਕਦੇ ਹਾਂ ਇਹਨੂੰ ਠੀਕ ਹੈ ਜਿੱਥੇ ਵੀ ਸਾਰਾ ਜਿਹੜਾ ਸ਼ਾਸਨ ਹੈ ਬਹੁਤ ਅੱਛਾ ਸ਼ਾਸਨ ਹੋਊਗਾ ਠੀਕ ਮਤਲਬ ਇੱਕ ਇਹ ਜੀ ਸੋਚ ਰੱਖਣੀ ਵੀ ਕਿ ਇਹ ਜਿਆ ਦੇਸ਼ ਬਣਾਣਾ ਇੱਕ ਇਹ ਜੀ ਰੀਜਨ ਬਣਾਣਾ ਜਿੱਥੇ ਕੋਈ ਵੀ ਕ੍ਰਾਈਮ ਨਹੀਂ ਕੁਛ ਨਹੀਂ ਸਾਰਾ ਕੁਝ ਬਹੁਤ ਵਧੀਆ ਹੋ ਰਿਹਾਗਾ ਠੀਕ ਹੈ ਇਹਨੂੰ ਆਪਾਂ ਕਹਿੰਦੇ ਆ ਯੂਟੋਪੀਆ ਇਹ ਆਰਾਮ ਰਾਜ ਕਹਿ ਸਕਦੇ ਆ ਆਪਾਂ ਠੀਕ ਹੈ ਤਾਂ Karl Marx ਜਿਹੜੀ ਫਲਸਫੀਆ ਯੂਟੋਪੀਅਨ ਫਲਸਫੀਆ ਹੈਗੀ Karl Marx ਅਕੋਰਡਿੰਗ ਰਜੇ ਜਿਹੜਾ ਸਾਰਾ ਸਮਾਜ ਹੈ ਉਹ ਦੋ ਤਰ੍ਹਾਂ ਦੇ ਵਿੱਚ ਵੰਡਿਆ ਹੋਇਆ ਹੈ ਹੈਵਜ਼ ਦੇ ਵਿੱਚ ਤੇ ਹੈਵ ਨੋਟਸ ਦੇ ਵਿੱਚ ਹਰ ਚੀਜ਼ ਨੂੰ Karl Marx ਇਕਨੋਮਿਕਸ ਦੇ ਪੁਆਇੰਟ ਆਫ View ਤੋਂ ਦੇਖਦਾ ਹੈਗਾ ਕਿ ਕਿਸੇ ਕੋਲੇ ਸਾਧਨ ਹੈਗੇ ਨੇ ਕਿਸੇ ਕੋਲ ਨਹੀਂ ਹੈਗੇ ਜਿਹੜੇ ਹੈਵਜ਼ ਨੇ ਜਿਹਨਾਂ ਕੋਲੇ ਸਾਧਨ ਹੈਗੇ ਨੇ ਉਹਨਾਂ ਨੂੰ ਕੀ ਕਹਿੰਦਾ ਇਹ ਬੁਰgeois ਠੀਕ ਹੈ ਬੁਰgeois ਕਹਿੰਦਾ ਹੈ ਜਿਹੜੇ ਹੈਵ ਨੋਟਸ ਨੇ ਉਹਨਾਂ ਨੂੰ ਕੀ ਕਹਿੰਦਾ ਜੀ ਇਹ ਲੇਬਰ ਕਲਾਸ ਕਹਿੰਦਾ ਹੈ ਠੀਕ ਹੈ ਤਾਂ ਬੇਸਿਕਲੀ ਜਿਹੜਾ Karl Marx ਉਹ ਕਹਿੰਦਾ ਸਾਡੇ ਸਾਰੇ ਸਮਾਜ ਦੇ ਦੋ ਸ਼੍ਰੇਣੀਆਂ ਦੇ ਵਿੱਚ ਵੰਡੇ ਹੋਏ ਨੇ ਬੁਰgeois ਵਿੱਚ ਬੁਰਜਵਾ ਦੇ ਵਿੱਚ ਜਾਂ ਫਿਰ ਲੇਬਰ ਕਲਾਸ ਦੇ ਵਿੱਚ ਠੀਕ ਹੈ ਜਿਨਾਂ ਕੋਲੇ ਸਾਧਨ ਹੈਗੇ ਨੇ ਜਿਨਾਂ ਕੋਲ ਸਾਧਨ ਨਹੀਂ ਹੈਗੇ ਠੀਕ ਹੈ ਤਾਂ ਇਸ ਇਹ ਜਿਹੜੇ ਹੈਵ ਐਂਡ ਹੈਵ ਨੋਟ ਨੇ ਇਹ ਸਾਰੇ ਹੀ ਸਾਰੀ ਪ੍ਰੋਬਲਮਾਂ ਦੇ ਜੜ ਨੇਗੇ ਅਕੋਰਡਿੰਗ ਟੂ Karl Marx ਠੀਕ ਹੈ ਤੇ ਜਦੋਂ ਯੂਟੋਪੀਆ ਆਜੂਗਾ ਜਦੋਂ ਕਮਿਊਨਿਜ਼ਮ ਆਜੂਗੀ ਇਹ ਹੈਵਸ ਤੇ ਹੈਵ ਨੋਟਸ ਨਹੀਂ ਰਹਿਣਗੇ ਸਾਰੇ ਬਰਾਬਰ ਬਣ ਜਾਣਗੇ ਠੀਕ ਹੈ ਸਾਰੇ ਇਕੁਅਲ ਬਣ ਜਾਣਗੇ ਤਾਂ ਇਹ ਕੀ ਹੈ ਜੀ ਇਹ ਕਾਲ ਮਾਰਕਸ ਦੀ ਫਲਸਫੀ ਹੈ ਠੀਕ ਹੈ ਚਲੋ ਅੱਗੇ ਜੀ ਜான் ਰੋਲਜ਼ ਬਹੁਤ ਬਹੁਤ ਇੰਪੋਰਟੈਂਟ ਜੀ ethic ਪੁਆਇੰਟ ਔਫ ਥੋ ਠੀਕ ਹੈ ਇਹਨੇ ਕੀ ਥਿਉਰੀ ਦਿੱਤੀ ਹੈ ਜੀ ਥਿਉਰੀ ਆਫ ਸੋਸ਼ਲ ਜਸਟਿਸ ਜਾਂ ਕਲਾ ਜਸਟਿਸ ਠੀਕ ਹੈ ਥਿਉਰੀ ਆਫ ਸੋਸ਼ਲ ਜਸਟਿਸ ਜਾਂ ਫਿਰ ਥਿਉਰੀ ਆਫ ਜਸਟਿਸ ਤਾਂ ਇਹ ਕੀ ਕਹਿੰਦਾ ਦੇਖੋ ਸਮਾਜ ਦੇ ਵਿੱਚ ਕੀ ਹੈ ਹਰ ਤਰ੍ਹਾਂ ਦੇ ਲੋਕ ਹੋ ਸਕਦੇ ਨੇ ਠੀਕ ਹੈ ਕੋਈ ਅਮੀਰ ਵੀ ਹੋ ਸਕਦਾ ਹੈ ਕੋਈ ਗਰੀਬ ਵੀ ਹੋ ਸਕਦਾ ਹੈਗਾ ਠੀਕ ਹੈ ਕੋਈ ਸਟਰੋਂਗ ਹੋ ਸਕਦਾ ਕੋਈ ਵੀਕ ਹੋ ਸਕਦਾ ਹੈਗਾ ਠੀਕ ਹੈ ਔਰ ਜਿਹੜੇ ਕਾਨੂੰਨ ਨੇ ਰਜੇ ਠੀਕ ਹੈ ਜੇ ਗੱਲ ਕਰੀ ਆਪਾਂ ਕਾਨੂੰਨ ਬਣਾਣਾ ਮੰਨ ਲਓ ਕੋਈ ਰਿਚ ਲੋਕ ਜਿਹੜੇ ਕੀਨ ਪਾਰਲਮੈਂਟ ਦੇ ਵਿੱਚ ਬੈਠੇ ਨੇਗੇ ਤਾਂ ਰਿਚ ਲੋਕ ਕੀ ਕੋਸ਼ਿਸ਼ ਕਰਨਗੇ ਰਿਚ ਲੋਕ ਕੋਸ਼ਿਸ਼ ਕਰਨਗੇ ਵੀ ਇਹੋ ਜਿਹਾ ਕਾਨੂੰਨ ਬਣਾਇਆ ਜਾਣ ਜਿਹਦੇ ਵਿੱਚ ਟੈਕਸ ਇਸ ਮਿਨੀਮਮ ਹੋਣ ਠੀਕ ਹੈ ਤੇ ਅਸੀਂ ਜਿਹੜਾ ਕਮਾਈ ਹੈ ਅਸੀਂ ਆਪਣੇ ਕੋਲ ਰੱਖ ਸਕੀਏ ਜਾਂ ਜਿਹੜੇ ਸਾਡੇ ਫੈਕਟਰੀਜ਼ ਨੇ ਉਹ इजीली ਬਣਾ ਸਕੀ ਆਪਾਂ ਠੀਕ ਹੈ ਤਾਂ ਇਹੋ ਜਿਹਾ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰਨਗੇ ਕੌਣ ਅਮੀਰ ਲੋਕ ਜੇ ਪਾਵਰ ਦੇ ਵਿੱਚ ਹੋਏ ਪੋਰ ਕੀ ਕੋਸ਼ਿਸ਼ ਕਰਨਗੇ ਵੀ ਟੈਕਸੇਸ਼ਨ ਵੱਧੋ-ਵੱਧ ਹੋਵੇ ਤੇ ਸਾਨੂੰ ਸਬੋਧ ਸਬਸਿਡੀਆਂ ਮਿਲਣ ਠੀਕ ਹੈ ਸਾਨੂੰ ਸਬੋਧ ਸੋਦੀਦਾ ਮਿਲਣ ਇਹ ਕੋਣ ਨੇ ਇਹ ਪੋਰ ਰੋਕਣਗੇ ਉਸੇ ਤਰ੍ਹਾਂ ਸਟਰੋਂਗ ਆਪਣੇ ਕੁਝ ਕਾਨੂੰਨ ਬਣਾਣਗੇ ਵੀਕ ਆਪਣੇ ਕੁਝ ਕਾਨੂੰਨ ਬਣਾਣਗੇ ਤਾਂ ਮਤਲਬ ਜੋ ਵੀ ਬੰਦਾ ਜਿਹੇ ਜਾ ਵੀ ਬੰਦਾ ਪਾਵਰ ਦੇ ਵਿੱਚ ਹੈਗਾ ਕਾਨੂੰਨ ਉਹਦੇ ਹਿਸਾਬ ਨਾਲ ਹੀ ਬਣਦੇ ਨੇਗੇ ਪਹਿਲੀ ਗੱਲ ਤਾਂ ਠੀਕ ਹੈ ਇਹ ਤਾਂ ਹੈਗਾ ਨਾਰਮਲ ਕੇਸ ਬਟ ਜੌਨ ਰੋਲ ਕੀ ਕਹਿੰਦਾ ਹੈ ਵੀ ਜਿਹੜੇ ਲਾ ਮੇਕਰਸ ਨੇ ਜਿਹੜੇ ਕਾਨੂੰਨ ਬਣਾਉਣ ਵਾਲੇ ਲੋਕ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਜੇ ਅਮੀਰ ਲੋਕ ਨੇ ਤਾਂ ਅਮੀਰ ਲੋਕ ਆਪਣੇ ਅੱਗੇ ਇੱਕ ਪਰਦਾ ਰੱਖ ਲਵਾਂ। ਅਵੀਲ ਕੀ ਹੁੰਦਾ ਜੀ? ਪਰਦਾ। ਕਾਲਾ ਪਰਦਾ ਇਗਨੋਰੈਂਸ ਆ। ਵੀ ਸਾਨੂੰ ਤਾਂ ਪਤਾ ਹੀ ਨਹੀਂ ਅਸੀਂ ਅਮੀਰ ਆ। ਅਗਰ ਅਮੀਰ ਬੰਦਾ ਇਹ ਸੋਚੇ ਵੀ ਮੈਨੂੰ ਤਾਂ ਪਤਾ ਹੀ ਨਹੀਂ ਅਮੀਰ ਆ। ਇਹ ਗਰੀਬ ਸੋਚੇ ਮੈਂ ਪਤਾ ਹੀ ਨਹੀਂ ਮੈਂ ਗਰੀਬ ਆ। ਤਾਂ ਫਿਰ ਜਦੋਂ ਕੋਈ ਕਾਨੂੰਨ ਬਣਾਊਗਾ, ਫਿਰ ਜਿਹੜੇ ਕਾਨੂੰਨ ਬਣਾਊਗਾ, ਫਿਰ ਇਹ ਜਿਹੇ ਬਣਾਊਗੀ ਸਾਰਿਆਂ ਨੂੰ ਹੀ ਬਹੁਤ ਪਸੰਦ ਹੋਣਗੇ। ਠੀਕ ਹੈ। ਤਾਂ ਮਤਲਬ ਕੀ ਹੈ? ਜਿਹੜੇ ਲਾਜ਼ ਨੇਗੇ, ਇਹ ਕਾਨੂੰਨ ਨੇ ਜਾਂ ਰੂਲਸ ਨੇ ਅਗਰ ਆਪਣਾ ਜਿਹੜਾ ਬੰਦਾ ਹੈਗਾ ਉਹ ਬਣਾਉਣ ਵਾਲਾ ਉਹ ਇੱਕ ਵੀਲ ਆਫ ਇਗਨੋਰੈਂਸ ਰੱਖੇ ਆਪਣੇ ਸਾਹਮਣੇ ਠੀਕ ਹੈ ਇੱਕ ਜਿਹੜਾ ਕਿ ਇਗਨੋਰੈਂਸ ਪਰਦਾ ਰੱਖੇ ਪਰਦਾ ਰੱਖੇ ਤਾਂ ਇਹ ਜੇ ਲਾਜ਼ ਬਣਾਣਗੇ ਜੋ ਕਿ ਸਾਰਿਆਂ ਵਾਸਤੇ ਐਕਸੈਪਟੇਬਲ ਹੋਣਗੇ ਕਿਉਂਕਿ ਅਗਰ ਤੁਹਾਨੂੰ ਪਤਾ ਤੁਸੀਂ ਰਿਚ ਹੋ ਤਾਂ ਤੁਸੀਂ ਓਬਵੀਅਸਲੀ ਗੱਲ ਹੈ ਆਪਣੇ ਵਾਸਤੇ ਲਾਅ ਬਣਾਓਗੇ ਰਿਚ ਲੋਕਾਂ ਵਾਸਤੇ ਲਾਅ ਬਣਾਓਗੇ ਨੋਇੰਗਲੀ ਅਨਨੋਇੰਗਲੀ ਚਾਹੇ ਤੁਸੀਂ ਸੋਚੋ ਵੀ ਨਹੀਂ ਮੈਂ ਤਾਂ ਨਹੀਂ ਕਰ ਰਿਹਾ ਬਟ ਕਿਤੇ ਨਾ ਕਿਤੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਉਹ ਚ ਚੱਲ ਰਹੀ ਹੋਊਗੀ ਠੀਕ ਹੈ ਤਾਂ ਆਬਵੀਅਸਲੀ ਹਾਈਪੋਥੈਸਿਸ ਹੈ ਇੱਕ ਮਤਲਬ ਇੱਕ ਹਾਈਪੋਥੈਟਿਕਲ ਸਿਨੈਰੀਓ ਹੈ ਕਦੇ ਹੋ ਨਹੀਂ ਸਕਦਾ ਹੈ ਬਟ ਟੇਕ ਇ ਹੈ ਇੱਕ ਥਿਉਰੀ ਹੈ ਜਸਟ ਠੀਕ ਹੈ ਵੀ ਹਾਂਜੀ ਸੋਸ਼ਲ ਜਸਟਿਸ ਫੇਰੀ ਹੋਗੀ ਅਗਰ ਅਪਾ ਇੱਕ ਵੀਲ ਆਫ ਇਗਨੋਰੈਂਸ ਸਾਹਮਣੇ ਰੱਖਾਂਗੇ ਠੀਕ ਹੈ ਤਾਂ ਹੁਣ ਥਿਉਰੀ ਆਫ ਸੋਸ਼ਲ ਜਸਟਿਸ ਤੇ ਵੀਲ ਆਫ ਇਗਨੋਰੈਂਸ ਇਹ ਦੋਨੇ ਚੀਜ਼ਾਂ ਜੌਨ ਰੌਲਜ਼ ਦੀਆਂ ਨੇ ਠੀਕ ਹੈ ਜੀ ਤਾਂ ਹੁਣ ਤਾਂ ਕਰ ਆਪਣੇ ਰਾਜੇ ਵੈਸਟਰਨ ਫਲਸਫੀ ਪੜਨੇ ਹੁਣ ਆਪਾਂ ਗੱਲ ਕਰਦੇ ਆਂ ਇੰਡੀਅਨ ਫਲਸਫੀ ਦੀ ਠੀਕ ਹੈ ਇੰਡੀਅਨ ਫਲਸਫੀ ਕਾਫੀ ਐਡਵਾਂਸਡ ਹੈ ਰਜੇ ਜੀ ਕੋ ਠੀਕ ਹੈ ਹੁਣ ਤੱਕ ਜਿਹੜੇ ਫਲਸਫਰ ਨੇ ਇਹ ਹਮੇਸ਼ਾ ਖੁਸ਼ੀ ਦੀ ਗੱਲ ਕਰਦੇ ਨੇ ਵੀ ਖੁਸ਼ ਕਿਵੇਂ ਰਹਿਣਾ ਹੈ ਡਿਸੀਜਨ ਕਿਵੇਂ ਲੈਣਾ ਹੈ ਠੀਕ ਹੈ ਇਹ ਸਾਰੀਆਂ ਇਹ ਛੋਟੇ ਮੋਟੇ ਚੀਜ਼ਾਂ ਨਹੀਂ ਗੀਆਂ ਜ਼ਿੰਦਗੀ ਦੀਆਂ ਆਮ ਲੋਕਾਂ ਦੀ ਆਮ ਲੋਕਾਂ ਦੀਆਂ ਚੀਜ਼ਾਂ ਨਹੀਂ ਗੀਆਂ ਠੀਕ ਹੈ ਜਿਹੜੇ ਕਿ ਆਮ ਲੋਕ ਪਰੇਸ਼ਾਨ ਰਹਿੰਦੇ ਨੇ ਉਹਨਾਂ ਦਾ ਸੋਲੂਸ਼ਨ ਵਾਸਤੇ ਆ ਬਟ ਜਿਹੜੀ ਆਪਣੀ ਇੰਡੀਅਨ ਫਲਸਫੀ ਹੈ ਰਜੇ ਅਸੀਂ ਹਮੇਸ਼ਾ ਤੋਂ ਬੜੇ ਪ੍ਰੋਸਪਰਸ ਕੰਟਰੀ ਰਹੇ ਸੀਗੇ ਐਂਸ਼ੀਅਨ ਟਾਈਮਸ ਤੋਂ ਸਾਡੇ ਕੋਲੇ ਸਾਰੇ ਸੁੱਖ ਸਹੂਲਤਾਂ ਸਿਗੀਆਂ ਸੀਗੇ ਅਸੀਂ ਕਦੇ ਵੀ ਗਰੀ ਇਹਨਾਂ ਚੀਜ਼ਾਂ ਤੋਂ ਉੱਪਰ ਸੋਚ ਸਕਦੇ ਸੀਗੇ ਖੁਸ਼ੀ ਤੋਂ ਗਮੀ ਤੋਂ ਇਹਨਾਂ ਚੀਜ਼ਾਂ ਤੋਂ ਉੱਪਰ ਸੋਚ ਸਕਦੇ ਸੀ ਆਪਾਂ ਠੀਕ ਹੈ ਤਾਂ ਜਿਹੜੇ ਸਾਡੇ ਸਵਾਲ ਸੀ ਉਹ ਕੀ ਸੀਗੇ ਜੀ ਮੈਂ ਕੌਣ ਹੂ ਆਮ ਆਈ ਮੇਰੀ ਜ਼ਿੰਦਗੀ ਦਾ ਪਰਪਸ ਕੀ ਹੈ ਠੀਕ ਹੈ ਤਾਂ ਆਪਣੇ ਜਿਹੜੇ ਥਿੰਕਰ ਸੀ ਆਪਣੇ ਫਿਲਾਸਫਰ ਸੀ ਐਂਸ਼ੀਅੰਟ ਟਾਈਮ ਤੋਂ ਉਹਨਾਂ ਦੇ ਸਵਾਲ ਇਦਾਂ ਦੇ ਹੁੰਦੇ ਸੀਗੇ ਇਹਨਾਂ ਦੇ ਸਵਾਲ ਕਿ ਇਹ ਜਿਹੇ ਨੇ ਵੀ ਮੈਂ ਕਿਵੇਂ ਡਿਸੀਜਨ ਲੈਣਾ ਹੈ ਮੈਂ ਕਿਵੇਂ ਖੁਸ਼ ਰਹਿਣਾ ਹੈ بڑے ਛੋਟੇ ਲੈਵਲ ਦੇ ਸਵਾਲ ਠੀਕ ਹੈ ਬਟ ਆਪਣੇ ਜਿਹੜੇ ਫਿਲਾਸਫਰ ਸੀ ਥਿੰਕਰ ਸੀ ਉਹਨਾਂ ਦੇ ਬੜੇ ਉੱਚੇ ਲੈਵਲ ਦੇ ਸਵਾਲ ਸੀਗੇ ਠੀਕ ਹੈ ਵੀ ਮੈਂ ਕੌਣ ਹ ਤਾਂ ਆਦਿ ਸ਼ੰਕਰ ਆਚਾਰੀ ਇੱਕ ਫਲਸਫਰ ਹੋਏ ਨੇ ਇੱਕ ਮਤਲਬ ਰਿਸ਼ੀ ਹੋਏ ਨੇਗੇ ਆਪਣੇ ਵੇਦਾਂ ਦੇ ਵਿੱਚ ਆਪਣੇ ਐਂਸ਼ੀਅੰਟ ਟਾਈਮ ਦੇ ਵਿੱਚ ਜਿਹਨਾਂ ਨੇ ਕੀ ਹੈ ਗਿਆ ਤਾਂ ਉਹਨਾਂ ਨੇ ਉਹਨਾਂ ਦਾ ਸਵਾਲ ਆਇਆ ਮਨ 'ਚ ਕੀ ਮੈਂ ਕੌਣ ਹਾਂ ਠੀਕ ਹੈ ਤਾਂ ਕੌਣ ਹਾਂ ਕੌਣ ਹਾਂ ਕਰੀਗੇ ਜਦੋਂ ਤਪੱਸਿਆ ਵਿੱਚ ਬੈਠੇ ਸੀ ਕੌਣ ਹਾਂ ਕੌਣ ਹਾਂ ਕਰੀਗੇ ਤਾਂ ਐਂਡ ਦੇ ਵਿੱਚ ਕੀ ਹੈ ਗਿਆ ਅਹਮ ਬ੍ਰਹਮਸਵੀ ਅਹਮ ਬ੍ਰਹਮਸਵੀ ਆਈ ਐਮ ਬ੍ਰਹਮਾ ਆਈ ਐਮ ਬ੍ਰਹਮਾ ਯਾਨੀ ਕਿ ਉਹਨਾਂ ਨੂੰ ਰੀਅਲਾਈਜੇਸ਼ਨ ਹੋ ਗਈ ਉਹਨਾਂ ਨੂੰ ਰੀਅਲਾਈਜ਼ ਹੋ ਗਿਆ ਕਿ ਮੈਂ ਤਾਂ ਮੈਂ ਕੌਣ ਹਾਂ ਮੈਂ ਬ੍ਰਹਮਾ ਹਾਂ ਮੈਂ ਸ੍ਰਿਸ਼ਟੀ ਹਾਂ ਮੈਂ ਕ੍ਰੀਏਟਰ ਹਾਂ ਆਈ ਏਮ ਦਾ ਕ੍ਰੀਏਸ਼ਨ ਆਈ ਏਮ ਦਾ ਕ੍ਰੀਏਟਰ ਠੀਕ ਹੈ ਮੈਂ ਹੀ ਬ੍ਰਹਮਾ ਹਾਂ ਮੈਂ ਹੀ ਉਸ ਬ੍ਰਹਮਾ ਦੀ ਕ੍ਰੀਏਸ਼ਨ ਹਾਂ ਸ੍ਰਿਸ਼ਟੀ ਹਾਂ ਠੀਕ ਹੈ ਤਾਂ ਮੈਂ ਹੀ ਸ੍ਰਿਸ਼ਟੀ ਹਾਂ ਮੈਂ ਹੀ ਸ੍ਰਿਸ਼ਟੀ ਕਰਤਾ ਹਾਂ ਤਾਂ ਆਦਿ ਸ਼ੰਕਰਾਚਾਰਯਨ ਨੂੰ ਇਹ ਰੀਅਲਾਈਜੇਸ਼ਨ ਹੋ ਗਈ ਸੀਗੀ ਠੀਕ ਹੈ ਤਾਂ ਸਾਡੀ ਜਿਹੜੀ ਸੋਚੀ ਬੜੀ ਉੱਚੀ ਸੀ ਸੋਚੀਗੀ ਪਹਿਲਾਂ ਨਾਮ ਦੇ ਵਿੱਚ ਹੁੰਦਾ ਸੀ ਬਿਲਕੁਲ ਹੀ ਹੋਰ ਬਣ ਚੁੱਕੇ ਹਾਂ ਠੀਕ ਹੈ ਤਾਂ ਆਦਿ ਸ਼ੰਕਰਾਚਾਰਯਨ ਨੇ ਆਦਿ ਸ਼ੰਕਰਚਾਰਾਹਰ ਨੇ ਇੱਕ ਫਲਸਫੀ ਦਿੱਤੀ ਬੱਚੇ ਉਹਦਾ ਨਾਮ ਹੈਗਾ ਅਦਵਾਇਤਾ ਫਲਸਫੀ ਅਦਵਾਇਤਾ ਫਲਸਫੀ ਠੀਕ ਹੈ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਆਈ ਐਮ ਬ੍ਰਹਮਾ ਦੇਖੋ ਆਪਾਂ ਕੀ ਪੜਦੇ ਹਾਂ ਇੱਕ ਤਾਂ ਹੈਗੀ ਹੈ ਕ੍ਰੀਏਟਰ ਕ੍ਰੀਏਟਰ ਕੌਣ ਹੈ ਬ੍ਰਹਮਾ ਬ੍ਰਹਮਾ ਨੇ ਸ੍ਰਿਸ਼ਟੀ ਦੀ ਕ੍ਰੀਏਸ਼ਨ ਕੀਤੀ ਠੀਕ ਹੈ ਇੱਕ ਹੈਗੀ ਹੈ ਕ੍ਰੀਏਸ਼ਨ ਕ੍ਰੀਏਸ਼ਨ ਠੀਕ ਹੈ ਯਾਨੀ ਕਿ ਕੀ ਮਤਲਬ ਵਰਲਡ ਯਾ ਮਤਲਬ ਮਾਇਆ ਵਰਲਡ ਠੀਕ ਹੈ ਵੀ ਜਿਹੜੀ ਇਸ ਵਰਲਡ ਦੀ ਕ੍ਰੀਏਸ਼ਨ ਹੈ ਉਹ ਕਿਹਨੇ ਕੀਤੀ ਉਹ ਬ੍ਰਹਮਾ ਨੇ ਕੀਤੀ ਤਾਂ ਕ੍ਰੀਏਟਰ ਇੱਕ ਚੀਜ਼ ਹੈ ਕ੍ਰੀਏਸ਼ਨ ਇੱਕ ਚੀਜ਼ ਹੈ ਬਟ ਆਪਾਂ ਪੜਦੇ ਹਾਂ ਆ ਯਾਪਾ ਮਤਲਬ ਸਮਝਨੇ ਇਸ ਚੀਜ਼ ਨੂੰ ਕਿ ਜਿਹੜੀ ਕ੍ਰिएशन ਹੈ ਇਹ ਵੀ ਅਸਲ ਦੇ ਵਿੱਚ ਬ੍ਰਹਮਾ ਦਾ ਪਾਰਟ ਹੀ ਹੈਗਾ ਜੇ ਆਪਾਂ ਗੱਲ ਕਰੀਏ ਜਿਹੜੀ ਆਪਣੀ ਜੋਤ ਹੈ ਆਪਾਂ ਮਨ ਤੋਂ ਜੋਤ ਸਰੂਪ ਹਨਾ ਮਨ ਤੋਂ ਜੋਤ ਸਰੂਪ ਤਾਂ ਇਹ ਜਿਹੜੀ ਜੋਤ ਸਰੂਪ ਮਨ ਹੈ ਇਹ ਸਾਡਾ ਇੱਕ ਵੱਡੀ ਜੋਤ ਨੂੰ ਟੁੱਟਿਆ ਹੋਇਆ ਮਨ ਹੈਗਾ ਠੀਕ ਹੈ ਇਹ ਸਾਡੀ ਵੱਡੀ ਜੋਤ ਰੋਟੀ ਜੋਤ ਹੈਗੀ ਤੇ ਜਿਹੜਾ ਸਾਡਾ ਇੱਕ ਲਾਈਫ ਦਾ ਸਾਡਾ ਗੋਲ ਹੋਣਾ ਚਾਹੀਦਾ ਹੈਗਾ ਇਹ ਸਾਡਾ ਲਾਈਫ ਦਾ ਗੋਲ ਹੈ ਵੀ ਜਿਹੜੀ ਸਾਡੀ ਇਹ ਜੋਤ ਰੂਪੀ ਮਨ ਹੈ ਸਾਡਾ ਮਨ ਰੂਪੀ ਜੋਤ ਹੈਗਾ ਇਹ ਸਾਨੂੰ ਜਿਹੜੀ ਕੀ ਹੈ ਪਰਮਾਤਮਾ ਰੂਪੀ ਜੋਤ ਹੈਗੀ ਜਿਹੜੀ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਣਾ ਸਾਡਾ ਇਹ ਗੋਲ ਹੋਣਾ ਚਾਹੀਦਾ ਹੈਗਾ ਠੀਕ ਹੈ ਤਾਂ ਇਹੀ ਫਲਸਫੀ ਯਾਨੀ ਕਿ ਇਹੀ ਆਦਿ ਸ਼ੰਕਰਾ ਜਰਿਆ ਨੇ ਕਿ ਜਿਹੜਾ ਬ੍ਰਹਮਾ ਇਹ ਬ੍ਰਹਮਾ ਤੇ ਕ੍ਰੀਏਟਰ ਤੇ ਕ੍ਰੀਏਸ਼ਨ ਇਹ ਦੋਨੇ ਅਲੱਗ-ਅਲੱਗ ਨਹੀਂ ਹੈਗੇ ਇਹ ਦ્વੈਤ ਨਹੀਂ ਹੈਗਾ ਇਹਦੇ ਵਿੱਚ ਜੇ ਤਾਂ ਅਲੱਗ-ਅਲੱਗ ਹੁੰਦੇ ਤਾਂ ਉਹ ਕੀ ਕਹਿੰਦੇ ਆਪਾਂ ਦ્વੈਤ ਵੀ ਦੋਨੇ ਅਲੱਗ-ਅਲੱਗ ਨਹੀਂ ਬਟ ਜਿਹੜਾ ਕ੍ਰੀਏਟਰ ਕ੍ਰੀਏਸ਼ਨ ਹੈ ਵਰਲਡ ਹੈ ਯਾ ਆਪਾਂ ਲੋਕ ਹਾਂ ਆਪਾਂ ਲੋਕ ਵੀ ਬ੍ਰਹਮਾ ਦੇ ਹੀ 파ੜ ਹਾਂ ਇਸ ਸ੍ਰਿਸ਼ਟੀ ਕਰਤਾ ਦੀ ਹੀ 파ਟਾਂ ਜਿਹੜੀ ਸ੍ਰਿਸ਼ਟੀ ਹੈ ਇਸ ਸ੍ਰਿਸ਼ਟੀ ਕਰਤਾ ਦੀ ਹੀ 파ਟ ਹੈ ਯਾਨੀ ਕਿ ਇਹ ਦੋਨੇ ਦ્વੈਤ ਨਹੀਂ ਹੈਗੇ ਇਹ ਕਿਨੇ ਅਦ્વੈਤ ਨੇਗੇ ਯਾਨੀ ਕਿ ਸਿੰਗਲ ਬੰਦੇ ਨੇ ਸਿੰਗਲ ਐਂਟੀਟੀ ਹੈਗੀ ਹੈ ਆਪਣੀ ਜੋਤ ਟੁੱਟੀ ਹੋਈ ਹੈ ਠੀਕ ਹੈ ਬਟ ਹੈਗੀ ਕੀ ਹੈ 파ਟ ਹੈਗੀ ਉਸ ਪਰਮਾਤਮਾ ਦੀ ਜੋਤ ਦੀ ਠੀਕ ਹੈ ਤਾਂ ਮਤਲਬ ਕੀ ਹੈ ਜੀ ਕੋਈ ਦ્વੈਤ ਨਹੀਂ ਹੈਗਾ ਸਾਡੇ ਵਿੱਚ ਅਸੀਂ ਕੀ ਹੈ ਜੀ ਅਦ્વੈਤਾ ਇਹਨੂੰ ਆਪਾਂ ਕਹਿੰਦੇ ਹਾਂ ਅਦ્વੈਤਾ ਫਲਸਫੀ ਠੀਕ ਹੈ ਹੁਣ ਅਗਰ ਹੁਣ ਇਸ ਚੀਜ਼ ਇਹ ਕਿਉਂ ਕੁਐਸਚਨ ਕਿਉਂ ਪੜ ਰਹਾ ਪਏ ਚੀਜ਼ ਐਸਆਈ ਦੇ ਐਗਜ਼ਾਮ ਵਾਸਤੇ ਇਹ ਚੀਜ਼ ਕਿਉਂ ਪੜ ਰਹਾ ਕਿਉਂਕਿ ਅਗਰ ਸਾਡੇ ਵਿੱਚ ਇਹ ਸੋਚ ਹੋਈ ਕਿ ਸਾਡੇ ਵਿੱਚ ਕੋਈ ਫਰਕ ਨਹੀਂ ਹੈਗਾ ਮੰਨ ਲਓ ਤੁਹਾਡੇ ਕੋਲੇ ਕੋਈ ਦਰਖਾਸਤ ਲੈ ਕੇ ਆਇਆ ਐਜ਼ ਅਨ ਐਸਆਈ ਠੀਕ ਹੈ ਐਜ਼ ਅਨ ਐਸਆਈ ਤੁਸੀਂ ਬੈਠੇ ਹੋ ਤੁਹਾਡੇ ਕੋਲ ਕੋਈ ਦਰਖਾਸਤ ਲੈ ਕੇ ਆਇਆ ਹੁਣ ਅਗਰ ਤਾਂ ਤੁਸੀਂ ਸਮਝੋ ਵੀ ਇਹ ਗਰੀਬ ਲੋਗ ਹੈ ਮੈਂ ਤਾਂ ਕੀ ਲੈਣਾ ਮੇਰਾ ਆਪਦੀ ਐਸਐਸ ਕਰਾਵੇ ਮੈਂ ਕੋਈ ਐਕਸ਼ਨ ਨਹੀਂ ਲੈਣਾ ਮੈਨੇ ਠੀਕ ਹੈ ਬਟ ਅਗਰ ਤੁਸੀਂ ਸੋਚੋ ਵੀ ਇਹ ਤੁਹਾਡਾ ਹੀ ਪਾਰਟ ਹੈ ਇਹ ਠੀਕ ਹੈ ਜੋ ਚੀਜ਼ ਜੋ 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 ਤੁਹਾਡੇ ਵਿੱਚ ਹੈ ਉਹੀ ਜੋ ਉਸ ਬੰਦੇ ਦੇ ਵਿੱਚ ਹੈ ਜੋ ਪੀੜਾ ਇਸ ਬੰਦੇ ਦੀ ਉਹ ਤੁਹਾਡੀ ਪੀੜਾ ਆਪਦੀ ਹੈਗੀ ਹੈ ਠੀਕ ਹੈ ਜੇ ਅਗਰ ਤੁਸੀਂ ਇਹ ਸੋਚੋਗੇ ਤਾਂ ਤੁਸੀਂ ਕੀ ਹੈ EMPATHETICALLY ਉਹਦਾ ਕੰਮ ਕਰ पाओगे ਮਤਲਬ ਕਿ ਇਹ ਜੇ ਅਗਰ ਤੁਸੀਂ ਅਦਵਾਇਤਾ ਫਲਸਫੀ ਦੇ ਵਿੱਚ ਵਿਸ਼ਵਾਸ ਰੱਖੋਗੇ ਤਾਂ ਤੁਸੀਂ ਲੋਕਾਂ ਦੀ ਪੀੜਾ ਨੂੰ ਆਪਣੀ ਪੀੜਾ ਸਮਝ पाओगे ਔਰ ਜਦੋਂ ਬੰਦਾ ਆਪਣੀ ਪੀੜਾ ਸਮਝਦਾ ਉਦੋਂ ਹੱਲ ਡੈਫੀਨੇਟਲੀ ਹੋਊਗਾ ਇਹ ਹੀ ਸਾਡਾ ਪਰਪਸ ਹੈ ਜੀ ਐਥਿਕਸ ਦੇ ਵਿੱਚ ਪੜਨ ਦੀ ਇਸ ਚੀਜ਼ ਐਸਆਈ ਦੇ ਇਗਜ਼ਾਮ ਵਾਸਤੇ ਠੀਕ ਹੈ ਤਾਂ ਕੁਐਸਚਨ ਕੀ ਆਊਗਾ ਜੀ ਕਿ ਅਦਵਾਇਤਾ ਫਲਸਫੀ ਕਿਹਨੇ ਦਿੱਤੀ ਜੀ ਆਦਿ ਸ਼ੰਕਰ ਆਚਾਰੀ ਨੇ ਦਿੱਤੀ ਹੈਗੀ ਠੀਕ ਹੈ ਜੀ ਇਹ ਚੀਜ਼ ਹੈ ਦੂਜੀ ਗੱਲ ਰਾਜੇ ਔਰ ਆਪਣੀ ਇੰਡੀਅਨ ਫਲਸਫੇ ਵਿੱਚ ਕੀ ਹੈ ਜੀ ਨਿਸ਼ਕਾਮ ਕਰਮ ਠੀਕ ਹੈ ਕਰਮ ਕਰੋ ਫਲ ਦੀ ਚਿੰਤਾ मत ਕਰੋ ਠੀਕ ਹੈ ਨਿਸ਼ਕਾਮ ਕਰਮ ਫਲ ਦੀ ਚਿੰਤਾ ਆਪਣੇ ਨਹੀਂ ਕਰਨੀ ਕਿੱਥੋਂ ਆਇਆ ਜੀ ਆਪਣਾ ਇਹ ਗੀਤਾ ਤੋਂ ਆਇਆਗਾ ਠੀਕ ਹੈ ਇਹ ਵੀ ਸਾਡੀ ਕੀ ਹੈ ਜੀ ਇੰਡੀਅਨ ਫਲਸਫੀ ਹੈਗੀ ਬੱਚੇ ਵੀਡੀਓ ਨੂੰ ਪਲੀਜ਼ ਦੁਬਾਰਾ ਦੁਬਾਰਾ ਜ਼ਰੂਰ ਦੇਖਣੋ ਦੇਖੋ ਬੜੀਆਂ ਫਲਸਫੀਨ ਗੱਲਾਂ ਕਰ ਰਹੇ ਆਪਾਂ ਠੀਕ ਹੈ ਔਰ ਹੈਗੀ ਵੀ ਫਲਸਫੀ ਹੈ ਐਥਿਕਸ ਦੇ ਵਿੱਚ ਫਲਸਫੀ ਹੈਗੀ ਹੈ ਤਾਂ ਫਲਸਫੀ ਸਮਝਣੀ ਜ਼ਰੂਰੀ ਹੈ ਅਗਰ ਆਪਾਂ ਨੇ ਕੁਐਸਚਨ ਸੋਲਵ ਕਰਨੇ ਨੇ ਠੀਕ ਹੈ ਤਾਂ ਪਤਾ ਨਹੀਂ ਕਿਹੋ ਜਿਹਾ ਕੁਐਸਚਨ ਕੁਐਸਚਨ ਆ ਸਕਦੇ ਨੇਗੇ ਬਟ ਸਟਿਲ ਆਪਾਂ ਜਿਹੜੀ ਤਿਆਰੀ ਆਪਾਂ ਇਸ ਬੇਸਿਸ 'ਤੇ ਕਰ ਰਹੇ ਨੇ ਕਿ ਹਾਂਜੀ ਫੈਕਚੁਅਲ ਕੁਐਸਚਨ ਆ ਸਕਦੇ ਨੇ ਵੀ ਕਿਹੜੇ ਥਿੰਕਰ ਨੇ ਕਿਹੜੀ ਫਲਸਫੀ ਦਿੱਤੀ ਹੈਗੀ ਇਹ ਕੁਐਸਚਨ ਆ ਸਕਦੇ ਨੇ ਡੈਫੀਨਿਟ ਐਂਗਰੇਵ ਕਰ ਪਾ ਰਹੇ ਆਪਣੇ ਦਿਨ ਨਾਲ ਸਮਝ ਪਾ ਰਹਾਂ ਤਾਂ ਆਪਾਂ ਉਸ ਕੁਸ਼ਚਨ ਆਨਸਰ ਵੀ ਕਰ ਪਾਵਾਂਗੇ ਬਿਲਕੁਲ ਕਰ ਪਾਵਾਂਗੇ ਅਗਰ ਕੋਈ ਐਨਾਲਿਟিক্যাল ਕੁਸ਼ਚਨ ਵੀ ਆਂਦਾ ਹੈਗਾ ਠੀਕ ਹੈ ਚਲੋ ਚਲੋ ਅੱਗੇ ਜੀ ਹੋਰ ਆਪਣੀ ਇੰਡੀਅਨ ਫਲਸਫੀ ਵਿੱਚ ਕੀ ਆਂਦਾ ਜੀ ਬੁੱਧਿਸਟ ਫਲਸਫੀ ਬੁੱਧਧਮ ਦੀ ਆਪਾਂ ਗੱਲ ਕਰਦੇ ਆਂ ਤਾਂ ਆਪਾਂ ਐਂਸ਼ੀਅੰਟ ਹਿਸਟਰੀ ਵਿੱਚ ਵੀ ਪੜ੍ਹਦੇ ਆਂ ਰਜੇ ਕਿ 8 ਫੋਲਡ ਪਾਥ ਦੀ ਗੱਲ ਹੁੰਦੀ ਆ ਅਸ਼ਟ ਅੰਗੀਕਾ ਮਾਰਗ ਠੀਕ ਹੈ ਕਿ ਅਗਰ ਆਪਾਂ ਆਪਣੇ ਜੋ ਆਪਣੇ ਜੀਵਨ ਬਿਹਨ ਕਰਨਾ ਹੈਗਾ ਉਹ ਅੱਠ ਅੱਠ ਜਿਹੜੇ ਤਰੀਕੇ ਨੇ ਉਦਾਂ ਕਰਨਾ ਹੈਗਾ ਠੀਕ ਹੈ ਜੇ ਅਗਰ ਆਪਾਂ ਨੇ ਨਿਰਵਾਣਾ ਅਗਰ ਆਪਾਂ ਨੇ ਇਨਲਾਈਟਨਮੈਂਟ ਗੇਨ ਕਰਨੀ ਹੈ ਤਾਂ ਸਾਨੂੰ ਇਹ ਜਿਹੜੇ 8 ਫੋਲਡ ਪਾਥ ਹੈ ਉਹਦੇ ਉੱਪਰ ਚੱਲਣਾ ਚਾਹੀਦਾ। ਇਹ ਕਿਹਨੇ ਦਿੱਤਾ ਜੀ? ਬੁੱਧਿਸਟ ਮਹਾਤਮਾ ਬੁੱਧ ਨੇ ਦਿੱਤੀ ਆਪਾਂ ਨੂੰ 8 ਫੋਲਡ ਪਾਥ ਦੀ ਫਿਲਾਸਫੀ। ਇੱਕ ਹੋਰ ਰਜੇ ਮਿਡਲ ਪਾਥ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਮਹਾਤਮਾ ਬੁੱਧ ਹਮੇਸ਼ਾ ਮੱਧੇ ਮਾਰਗ ਦੀ ਗੱਲ ਕਰਦੇ ਸੀਗੇ। ਜਿਹੜਾ ਰਜੇ ਜੈਨ ਧਰਮ ਹੈ ਨਾ ਜੈਨ ਧਰਮ ਬੜਾ ਐਕਸਟ੍ਰੀਮ ਦੀ ਗੱਲ ਕਰਦਾ ਹੈ। ਅਤੀ ਦੀ ਗੱਲ ਕਰਦਾ ਹੈਗਾ। ਠੀਕ ਹੈ। ਕੱਪੜੇ ਨਹੀਂ ਪਾਣੇ, ਖਾਣਾ ਨਹੀਂ ਖਾਣਾ ਹਨਾ ਨੰਗੇ ਪੈਰੀ ਤੁਰਨਾ। ਮਤਲਬ ਨੰ ਦਾ ਮਤਲਬ ਕੀ ਹੈ ਜੈਨ ਧਰਮ ਕਾਫੀ ਐਕਸਟ੍ਰੀਮ ਨਿਕਲ ਕਰਦਾ ਹੈਗਾ ਬਟ ਬੁੱਧ ਧਰਮ ਕੀ ਹੈ ਰਜੇ ਬੁੱਧ ਧਰਮ ਹਮੇਸ਼ਾ ਮਿਡਲ ਪਾਥ ਦੀ ਗੱਲ ਕਰਦਾ ਹੈ ਵੀ ਬਿਲਕੁਲ ਐਕਸਟ੍ਰੀਮ ਦੇ ਉੱਪਰ ਨਹੀਂ ਜਾਣਾ ਹੈਗਾ ਆਪਾਂ ਨੇ ਠੀਕ ਹੈ ਤਾਂ ਅਸੀਂ ਬੜਾ ਜਿਹੜਾ ਕਿ ਸਹਿਜ ਸਹਿਜ ਵਰਡ ਬਹੁਤ ਇੰਪੋਰਟੈਂਟ ਹੈਗਾ ਠੀਕ ਹੈ ਸਹਿਜ ਵਰਡ ਹੁਣ ਬਾਬਾ ਨਾਨਕ ਵੀ ਆਪਣਾ ਇਹੀ ਗੁਰਬਾਣੀ ਚ ਉਹੀ ਗੱਲ ਆਉਂਦੀ ਹੈਗੀ ਕਿ ਜਿਹੜਾ ਜੀਵਨ ਹੈ ਬੜਾ ਸਹਿਜ ਤਰੀਕੇ ਨਾਲ ਜੀਤ ਕਰਨਾ ਚਾਹੀਦਾ ਠੀਕ ਹੈ ਜ਼ਰੂਰੀ ਨਹੀਂ ਵੀ ਤੁਸੀਂ ॠषि मुनि ਬਣੋ ਠੀਕ ਹੈ ਤੁਸੀਂ ਮਤਲਬ ਸੰਨਿਆਸ ਲੈ ਲਓ ਨਹੀਂ ਤੁਸੀਂ ਗ੍ਰਸਤ ਜੀਵਨ ਅਪਣਾਓ ਬਟ ਫਿਰ ਵੀ ਗ੍ਰਸਤ ਜੀਵਨ ਦੇ ਵਿੱਚ ਰਹਿ ਕੇ ਵੀ ਤੁਸੀਂ ਜਿਹੜਾ ਕੀ ਹੈ ਆਪਣਾ ਆਪਣਾ ਰੱਬ ਨਾਲ ਜੁੜ ਸਕਦੇ ਹੋ ਠੀਕ ਹੈ ਜ਼ਰੂਰੀ ਨਹੀਂ ਵੀ ਕਾਰੋਬਾਰ ਛੱਡ ਕੇ ਰੱਬ ਨਾਲ ਜੁੜਿਆ ਜਾ ਸਕਦਾ ਤੁਸੀਂ ਗ੍ਰਸਤ ਦੇ ਵਿੱਚ ਰਹਿ ਕੇ ਵੀ ਆਪਣਾ ਰੱਬ ਨਾਲ ਜੁੜ ਸਕਦੇ ਹੋ ਇਹੀ ਸਾਡੀ ਗੁਰਬਾਣੀ ਦੇ ਵਿੱਚ ਇਹੀ ਚੀਜ਼ ਹੈ ਬੀ ਸਹਿਜ ਸਹਜ ਜੀਵਨ ਬਤੀਤ ਕਰਨਾ ਚਾਹੀਦਾ ਹੈਗਾ ਠੀਕ ਹੈ ਤਾਂ ਬੁੱਧਿਸਟ ਫਲਸਫੀ ਵਿੱਚ ਵੀ ਇਹ ਚੀਜ਼ ਹੈ ਵੀ ਆਪਾਂ ਨੂੰ ਹਮੇਸ਼ਾ ਮੱਧਿਆ ਮਾਰਗ ਲੈਣਾ ਚਾਹੀਦਾ ਹੈ ਆਪਾਂ ਨੇ ਪਹਿਲਾਂ ਵੀ ਪੜਿਆ ਇਹ ਚੀਜ਼ ਅਰਿਸਟੋਟਲ ਦੇ ਵਿੱਚ 골ਡਨ ਮੀਨ ਕਿ ਹਮੇਸ਼ਾ ਮੱਧਿਆ ਮਾਰਗ ਦੇ ਉੱਪਰ ਹੀ ਚੱਲਣਾ ਚਾਹੀਦਾ ਹੈ ਇਹ ਕੌਣ ਕਹਿੰਦਾ ਜੀ ਆਪਣਾ ਆਪਣੇ ਮਹਾਤਮਾ ਬੁੱਧ ਕਹਿੰਦੇ ਨੇਗੇ ਠੀਕ ਹੈ ਜੀ ਚਲੋ ਨੈਕਸਟ ਅੰਦਰ ਇਹ ਆਪਣਾ ਜੈਨਾ ਫਲਸਫੀ ਠੀਕ ਹੈ ਜੈਨ ਧਰਮ ਜੈਨ ਧਰਮ ਦੇ ਵਿੱਚ ਇਹਦਾ ਜੀ ਇੱਕ ਫਲਸਫੀ ਆਉਂਦੀ ਹੈ ਇੱਕ ਗੋਲ ਆਉਂਦਾ ਹੈ ਪੰਚ ਪੰਚ ਮਹਾ ਵਰਤਾਸ ਠੀਕ ਹੈ ਫਾਈਵ ਗ੍ਰੇਟ ਵੋਸ ਕਸਮ ਬਰਤ ਠੀਕ ਹੈ ਪੰਜ ਕਸਮਾਂ ਖਾਂਦਾ ਬੰਦਾ ਜੈਨਤਨ ਦਾ ਉਪਾਸਕ ਹੈ ਜਿਹੜਾ ਕਿ ਕਿ ਸਤਿਅਮ ਰਜੇ ਹਮੇਸ਼ਾ ਸੱਚ ਬੋਲਣਾ ਮੈਨੇ ਠੀਕ ਹੈ ਅਸਤਿਅਮ ਕਦੇ ਵੀ ਮੈਨੇ ਚੋਰੀ ਨਹੀਂ ਕਰਨੀ ਹੈਗੀ ਠੀਕ ਹੈ ਅਹਿੰਸਾ ਹਮੇਸ਼ਾ ਮੈਨੇ ਨੋਨ ਵਾਇਲੈਂਸ ਦਾ ਸਾਥ ਦੇਣਾ ਹੈਗਾ ਠੀਕ ਹੈ ਅਪਗ੍ਰਹਾ ਮੈਨੇ ਕਦੇ ਵੀ ਰਜੇ ਕੀ ਹੈ ਪੋਜੀਸ਼ਨ ਨਹੀਂ ਰੱਖਣੀ ਹੈਗੀ ਮੈਨੇ ਆਪਣੇ ਨਾਲ ਅਟੈਚਮੈਂਟ ਨਹੀਂ ਬਣਾਣੀਆਂ ਮੈਨੇ ਇੰਨੀ ਪ੍ਰੋਪਰਟੀ ਲੈ ਲਈ ਮੈਨੇ ਇੰਨੀਆਂ ਕਾਰਾਂ ਲੈ ਲਈਆਂ ਠੀਕ ਹੈ ਪੋਜੀਸ਼ਨ ਨਹੀਂ ਹੋਣੀ ਚਾਹੀਦੀ ਤਾਂ ਸਬ ਇਨਸਪੈਕਟਰ ਵਾਸਤੇ ਇਹ ਚੀਜ਼ ਬਹੁਤ ਇੰਪੋਰਟੈਂਟ ਹੈਗੀ ਠੀਕ ਹੈ ਅ ਵੀ ਪੋਜੀਸ਼ਨ ਦੀ ਲਾਲਸਾ ਨਹੀਂ ਹੋਣੀ ਚਾਹੀਦੀ ਹੈਗੀ ਠੀਕ ਹੈ ਆਦਰਵਾਇਸ ਆਪਾਂ ਕੀ ਕਰਾਂਗੇ ਫਿਰ ਕਰਪਸ਼ਨ ਕਰਾਂਗੇ ਜੋ ਕਿ ਬਿਲਕੁਲ ਵੀ ਹੋਣੀ ਚਾਹੀਦੀ ਤਾਂ ਇਥੋਂ ਰਜੇ ਜੇਨਾ ਫੋਸ ਦਾ ਕੀ ਕੰਮ ਹੈ ਇਹੀ ਕੰਮ ਹੈ ਵੀ ਮੈਂ ਹਮੇਸ਼ਾ ਐਜ਼ ਐਨ ਐਸ ਸੱਚ ਬੋਲਾਂਗਾ ਮੈਂ ਕਦੇ ਵੀ ਚੋਰੀ ਨਹੀਂ ਕਰਾਂਗਾ ਜਾਂ ਜਿਹੜੇ ਚੋਰ ਨੇ ਉਹਨੂੰ ਫੜਾਂਗਾ ਮੈਂ ਠੀਕ ਹੈ ਮੈਂ ਕਦੇ ਵੀ ਜਿਹੜੇ ਮੇਰੇ ਕ੍ਰਿਮੀਨਲਸ ਨੇ ਮੇਰੇ ਕੋਲ ਬੈਠੇ ਨੇਗੇ ਠੀਕ ਹੈ ਮੈਂ ਉਹਨਾਂ ਨਾਲ ਕਦੇ ਵੀ ਹਿੰਸਾ ਨਹੀਂ ਕਰਾਂਗਾ ਮੈਂ ਉਹਨਾਂ ਨਾਲ ਵੀ ਪਿਆਰ ਨਾਲ ਪੇਸ਼ ਆਉਂਗਾ ਜਾਂ ਜੋ ਵੀ ਮਤਲਬ ਕਾਨੂੰਨ ਹੈਗਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰੂੰਗਾ ਮੈਂ ਕਦੇ ਵੀ ਹਿਊਮਨ ਰਾਈਟ ਵਾਇਓ ਠੀਕ ਹੈ ਤਾਂ ਮੈਂ ਹਮੇਸ਼ਾ ਜਿਹੜਾ ਕਿ ਨੌਨ ਵਾਇਲੈਂਸ ਹੈ ਸਾਥ ਸਮਾਂਗਾ ਕਿਉਂ ਕਿਉਂ ਪੜ੍ਹਨਾ ਬੱਚੇ ਐਸਆਈ ਦੇ ਵਿੱਚ ਆਪਾਂ ਨੂੰ ਇਹ ਚੀਜ਼ਾਂ ਜ਼ਰੂਰੀ ਨੇਗੀਆਂ ਇੱਕ ਦੇਖੋ ਸਿਵਲ ਸਰਵੈਂਟ ਵਾਸਤੇ ਆ ਮਤਲਬ ਪੁਲਿਸ ਪਰਸਨ ਵਾਸਤੇ ਇਹ ਚੀਜ਼ਾਂ ਸਮਝਣੀਆਂ ਬਹੁਤ ਜ਼ਰੂਰੀ ਨੇਗੀਆਂ ਆਪਾਂ ਨੂੰ ਲੱਗਦਾ ਨਹੀਂ ਕਿ ਹੈਗਾ ਕਿ ਨਹੀਂ ਹੈਗਾ ਬਟ ਦੇਖੋ ਜਦੋਂ ਤੁਹਾਡੇ ਕੋਲ ਇੰਨੀ ਪਾਵਰ ਹੁੰਦੀਆਂ ਹਨਾ ਨਾ ਥੋੜੇ ਕੋਲ ਅਨਲਿਮਿਟਡ ਪਾਵਰਸ ਹੁੰਦੀਆਂ ਨੇ ਤਾਂ ਤੁਸੀਂ ਰੱਬ ਬਣ ਜਾਂਦੇ ਹੋ ਠੀਕ ਹੈ ਤਾਂ ਜਦੋਂ ਰੱਬ ਬਣ ਜਾਂਦਾ ਨਾ ਬੰਦਾ ਕਿ ਕਦੇ-ਕਦੇ ਲੱਗਦਾ ਆਪਾਂ ਨੂੰ ਇੱਥੇ ਭਗਵਾਨ ਹੈ ਤਾਂ ਉਸ ਟਾਈਮ ਤੇ ਬਰ ਬੰਦਾ ਬੰਦੇ ਨੂੰ ਬੰਦੇ ਨੂੰ ਸਮਝ ਆਏਗਾ ਠੀਕ ਹੈ ਤਾਂ ਫਿਰ ਆਪਣੇ ਆਪ ਨੂੰ ਜਿਹੜਾ ਰੱਬ ਸਮਝਣ ਲੱਗਿਆ ਤਾਂ ਦੂਜੇ ਬੰਦੇ ਨੂੰ ਬੰਦਾ ਵੀ ਨਹੀਂ ਸਮਝਦਾ ਫਿਰ ਉਹ ਬੰਦਾ ਠੀਕ ਹੈ ਤਾਂ ਉਸ ਕੇਸ ਵਿੱਚ ਕੀ ਹੈ ਕਾਫੀ ਜਿਹੜਾ ਕੀ ਹੈ ਪਾਵਰ ਦਾ ਬਹੁਤ ਫਰਕ ਆ ਜਾਂਦਾ ਪਾਵਰ ਡਿਫਰੈਂਸ਼ੀਅਲ ਆ ਜਾਂਦਾ ਤੁਸੀਂ ਆਪਣੇ ਆਪ ਨੂੰ ਇੱਥੇ ਸਮਝਿਓ ਲੋਕਾਂ ਨੂੰ ਇੱਥੇ ਸਮਝਿਓ ਤਾਂ ਉੱਥੇ ਫਿਰ ਕੰਮ ਨਹੀਂ ਹੋ ਪਾਂਦਾ ਹੈਗਾ ਅਸੀਂ ਤਰ੍ਹਾਂ ਅਚੀ ਤਰ੍ਹਾਂ ਤਾਂ ਇਸ ਕਰਕੇ ਐਥਿਕਸ ਵਾਲਾ ਪੋਰਸ਼ਨ ਐਡ ਕੀਤਾ ਗਿਆ ਐਸਆਈ ਦੇ ਪੇਪਰ ਦੇ ਵਿੱਚ ਤਾਂ ਕਿ ਤੁਸੀਂ ਆਪਣੀਆਂ ਛੋੜਾ ਜੜਾਂ ਨਾਲ ਜੁੜ ਸਕੋ ਤੁਸੀਂ ਆਪਣੇ ਜਿਹੜਾ ਕੀ ਐਥਿਕਸ ਨਾਲ ਜੁੜ ਪਾਓ ਠੀਕ ਹੈ ਇਸ ਕਰਕੇ ਚਲੋ ਬ੍ਰह्मਚਰਿਆ ਬੱਚੇ ਤਾਂ ਪੰਜਵਾਂ ਜਿਹੜਾ ਵਰਤ ਹੈਗਾ ਬ੍ਰह्मਚਰਿਆ ਮਤਲਬ ਕੀ ਹੈ ਕੰਟਿਨੈਂਸ ਮਤਲਬ ਕੀ ਹੈ ਮੈਂ ਬਾਡੀਲੀ ਪਲੇਜ਼ਰ ਦੇ ਉੱਪਰ ਜਿਹੜਾ ਕੀ ਹੈ ਬਾਡੀਲੀ ਪਲੇਜ਼ਰ ਦੇ ਉੱਪਰ ਜ਼ਿਆਦਾ ਧਿਆਨ ਨਹੀਂ ਦੇਵਾਂਗਾ ਮੈਂ ਠੀਕ ਹੈ ਤਾਂ ਬ੍ਰह्मਚਰਨ ਨੂੰ ਮਪਣਾਵਾਂਗਾ ਮੈਂ ਠੀਕ ਹੈ ਜੀ ਚਲੋ ਠੀਕ ਹੈ ਜੀ ਆਪਾਂ ਥੋੜਾ ਇੱਕ ਆ ਸੈਕਸ਼ਨ ਜਿਹੜਾ ਨੈਕਸਟ ਸਲਾਈਡ ਦੇ ਵਿੱਚ ਕਰ ਲੈਣਾ ਠੀਕ ਹੈ ਵੀਡੀਓ ਦੋ ਸੈਕਸ਼ਨ ਦੇ ਵਿੱਚ ਬਣਾ ਲੈਣਾ ਆਪਾਂ ਠੀਕ ਹੈ ਜ਼ਿਆਦਾ ਵੱਡੀ ਬਿੰਡ ਬੰਡੀ ਹੈ ਚਲੋ ਫਿਰ ਮਿਲਦੇ ਹਾਂ ਸੈਕਿੰਡ ਪਾਰਟ ਦੇ ਵਿੱਚ ਟੇਕ ਕੇਅਰ ਬੱਚੇ